ਕਾਇਆ ਪਲਟ ਫੋਰੈਂਸ ਕਾਫਕਾ ਦੇ ਵਿਸ਼ਵ ਪ੍ਰਸਿੱਧ ਨਾਵਲ ਮੈਟਾਮੋਰਫੋਸਿਸ ਦਾ ਪੰਜਾਬੀ ਅਨੁਵਾਦ ਹੈ। ਅਨੁਵਾਦਕ ਹਨ ਮਨਜਿੰਦਰ ਸਿੰਘ ਗੋਲਡੀ, ਸਤਨਾਮ ਸਿੰਘ ਕੈਂਥ। ਪਹਿਲਾ ਅੰਗ। ਇੱਕ ਸਵੇਰ ਜਦੋਂ ਗ੍ਰੇਗੋਰ ਸਾਮਸਾ ਖੌਫਨਾਕ ਸੁਪਨਿਆਂ ਵਿੱਚੋਂ ਉੱਠਿਆ, ਉਹਨੇ ਆਪਣੇ ਆਪ ਨੂੰ ਆਪਣੇ ਬਿਸਤਰੇ 'ਚ ਭਿਆਨਕ ਕੀੜੇ ਦੇ ਰੂਪ 'ਚ ਬਦਲਿਆ ਦੇਖਿਆ। ਉਹ ਆਪਣੀ ਸਖ਼ਤ ਖੋਲ ਵਰਗੀ ਪਿੱਠ 'ਤੇ ਪਿਆ ਸੀ ਅਤੇ ਜੇ ਉਹ ਥੋੜ੍ਹਾ ਜਿਹਾ ਵੀ ਸਿਰ ਚੁੱਕਦਾ ਤਾਂ ਆਪਣਾ ਪੂਰਾ ਢਿੱਡ ਵੇਖ ਸਕਦਾ ਸੀ। ਜੇ ਥੋੜ੍ਹਾ ਜਿਹਾ ਗੁੰਬਦ ਵਾਂਗੂ ਅਤੇ ਕਮਾਨਾਂ ਨਾਲ ਸਖ਼ਤ ਭਾਗਾਂ ਵਿੱਚ ਵੰਡਿਆ ਹੋਇਆ ਸੀ। ਚਾਦਰ ਉਹਨੂੰ ਮਸਾਂ ਹੀ ਢੱਕਣ ਯੋਗ ਸੀ ਅਤੇ ਇੰਝ ਲੱਗਦਾ ਸੀ ਕਿ ਕਿਸੇ ਵੀ ਘੜੀ ਉਹ ਖਿਸਕ ਸਕਦੀ ਸੀ। ਉਹਦੀਆਂ ਕਈ ਪਤਲੀਆਂ ਅਤੇ ਤਰਸਯੋਗ ਲੱਤਾਂ ਉਹਦੇ ਬਾਕੀ ਸਰੀਰ ਦੇ ਮੁਕਾਬਲਤਨ ਲਾਚਾਰੀ 'ਚ ਹਿੱਲ ਰਹੀਆਂ ਸਨ। ਇਹ ਮੈਨੂੰ ਕੀ ਹੋ ਗਿਆ, ਉਹਨੇ ਸੋਚਿਆ। ਇਹ ਇੱਕ ਸੁਪਨਾ ਨਹੀਂ ਸੀ, ਉਹਦਾ ਕਮਰਾ ਇੱਕ ਪੂਰੇ ਇਨਸਾਨ ਦਾ ਕਮਰਾ, ਬੇਸ਼ੱਕ ਛੋਟਾ ਜਾਂ ਬਹੁਤ ਹੀ ਛੋਟਾ, ਸ਼ਾਂਤੀਪੂਰਵਕ ਚਾਰ ਜਾਣੀਆਂ ਪਛਾਣੀਆਂ ਕੰਧਾਂ ਨਾਲ ਬਣਿਆ ਹੋਇਆ ਸੀ। ਕੱਪੜਿਆਂ ਦੇ ਨਮੂਨਿਆਂ ਦਾ ਢੇਰ ਮੇਜ਼ 'ਤੇ ਖਿਲ ਰਿਹਾ ਹੋਇਆ ਸੀ। ਸਾਮਸਾ ਇੱਕ ਘੁੰਮਣ ਫਿਰਨ ਵਾਲਾ ਸੇਲਸਮੈਨ ਸੀ ਅਤੇ ਉੱਪਰ ਇੱਕ ਤਸਵੀਰ ਲਟਕਦੀ ਸੀ ਜਿਹਨੂੰ ਉਹਨੇ ਪਿੱਛੇ ਜਿਹੇ ਇੱਕ ਸਚਿੱਤਰ ਮੈਗਜ਼ੀਨ ਵਿੱਚੋਂ ਕੱਟ ਕੇ ਇੱਕ ਖੂਬਸੂਰਤ ਸੁਨਹਿਰੇ ਫਰੇਮ 'ਚ ਜੜਵਾਇਆ ਸੀ। ਉਹਦੇ ਵਿੱਚ ਇੱਕ ਔਰਤ ਸੀ ਜਿਹਨੇ ਫਰ ਵਾਲਾ ਟੋਪ ਅਤੇ ਬੋਇਆ ਪਤਲਾ ਅਤੇ ਲੰਬਾ ਸਕਾਫ ਪਾਇਆ ਸੀ ਜੋ ਸੰਘਣੀ ਫਰ ਨਾਲ ਬਣਿਆ ਹੋਇਆ ਸੀ ਅਤੇ ਜਿਹਨੇ ਵਿਖਾਈ ਦੇਣ ਵਾਲੇ ਪਾਸੇ ਦੀ ਕੂਣੀ ਢੱਕੀ ਹੋਈ ਸੀ। ਗ੍ਰੇਗੋਰ ਫਿਰ ਸੁਸਤ ਮੌਸਮ ਵੇਖਣ ਲਈ ਖਿੜਕੀ ਵੱਲ ਪਲਟਿਆ। ਪਾਣੀ ਦੀਆਂ ਬੂੰਦਾਂ ਦੀ ਖਿੜਕੀ ਦੇ ਪੱਲੇ ਨਾਲ ਟਕਰਾਉਣ ਦੀ ਆਵਾਜ਼ ਸੁਣੀ ਜਾ ਸਕਦੀ ਸੀ ਜਿਹਨੇ ਉਹਨੂੰ ਥੋੜ੍ਹਾ ਜਿਹਾ ਉਦਾਸ ਕਰ ਦਿੱਤਾ। ਕੀ ਹੋ ਜਾਂਦਾ ਜੇ ਮੈਂ ਥੋੜ੍ਹਾ ਹੋਰ ਸੌਂ ਲੈਂਦਾ ਅਤੇ ਸਾਰੀਆਂ ਫਜ਼ੂਲ ਗੱਲਾਂ ਭੁੱਲ ਜਾਂਦਾ, ਉਸ ਸੋਚਿਆ। ਪਰ ਉਹ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ ਕਿਉਂਕਿ ਉਹਨੂੰ ਸੱਜੇ ਪਾਸੇ ਸੌਣ ਦੀ ਆਦਤ ਸੀ ਅਤੇ ਮੌਜੂਦਾ ਹਾਲਤ ਵਿੱਚ ਤਾਂ ਉਹ ਇੱਦਾਂ ਬਿਲਕੁਲ ਵੀ ਨਹੀਂ ਸੀ ਕਰ ਸਕਦਾ। ਫਿਰ ਜਿੰਨੇ ਵੀ ਜ਼ੋਰ ਨਾਲ ਉਹ ਸੱਜੇ ਪਾਸੇ ਮੁੜਦਾ ਤਾਂ ਹਰ ਵਾਰ ਵਾਪਸ ਉਸੇ ਤਰ੍ਹਾਂ ਮੁੜ ਪੈਂਦਾ ਜਿਵੇਂ ਉਹ ਪਿਆ ਸੀ। ਇੱਦਾਂ ਸੈਂਕੜੇ ਵਾਰ ਕਰਕੇ ਉਹ ਥੱਕ ਚੁੱਕਾ ਸੀ ਅਤੇ ਉਹਨੇ ਅੱਖਾਂ ਬੰਦ ਕਰ ਲਈਆਂ ਤਾਂ ਜੋ ਫੜ ਫੜਾਉਂਦੀਆਂ ਲੱਤਾਂ ਨਾਲ ਵੇਖ ਸਕੇ ਅਤੇ ਉਹ ਉਦੋਂ ਰੁਕੀਆਂ ਜਦੋਂ ਉਹਨੂੰ ਹਲਕਾ ਮੱਧਮ ਦਰਦ ਮਹਿਸੂਸ ਹੋਇਆ ਜੋ ਉਹਨੂੰ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਹੋਇਆ। ਹਾਏ ਰੱਬਾ, ਉਸ ਸੋਚਿਆ, ਇੰਨਾ ਤਣਾਅਪੂਰਨ ਪੇਸ਼ਾ ਹੈ ਜਿਹੜਾ ਮੈਂ ਚੁਣਿਆ, ਦਿਨ ਰਾਤ ਸਫ਼ਰ, ਇਸ ਕੰਮ ਨੂੰ ਕਰਨ ਵਿੱਚ ਤਾਂ ਘਰ ਦਾ ਆਪਣਾ ਕੰਮ ਕਰਨ ਨਾਲੋਂ ਵੀ ਜ਼ਿਆਦਾ ਖੇਚਲ ਹੈ। ਉੱਪਰੋਂ ਵੱਧ ਸਫ਼ਰ ਦਾ ਸਿਆਪਾ, ਗੱਡੀ ਫੜਨ ਦੀ ਚਿੰਤਾ, ਘਟੀਆ ਅਤੇ ਬੇਵਕਤੀ ਖਾਣਾ, ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਤਾਂ ਕਿ ਕਿਸੇ ਨਾਲ ਮੇਲ ਮਿਲਾਪ ਜਾਂ ਦੋਸਤੀ ਨਾ ਕਰ ਸਕੋ, ਦੁਰਫਿੱਟੇ ਨੂੰ। ਉਹਨੇ ਆਪਣੇ ਢਿੱਡ 'ਤੇ ਥੋੜ੍ਹੀ ਖੁਰਕ ਮਹਿਸੂਸ ਕੀਤੀ। ਉਹਨੇ ਹੌਲੀ ਜਿਹੀ ਆਪਣੇ ਆਪ ਨੂੰ ਬੈੱਡ ਦੀ ਢੋਅ ਵੱਲ ਖਿੱਚਿਆ ਤਾਂ ਜੋ ਆਪਣਾ ਸਿਰ ਥੋੜ੍ਹਾ ਜ਼ਿਆਦਾ ਚੁੱਕ ਸਕੇ ਜਿੱਥੇ ਖੁਰਕ ਹੋ ਰਹੀ ਸੀ। ਉਹਨੇ ਉੱਧਰ ਦੇਖਿਆ ਕਿ ਉਹ ਥਾਂ ਚਿੱਟੇ ਦਾਗਾਂ ਨਾਲ ਭਰੀ ਹੋਈ ਸੀ ਅਤੇ ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਹਨਾਂ ਦਾ ਉਹ ਕੀ ਕਰੇ। ਅਤੇ ਜਦੋਂ ਉਹਨੇ ਲੱਤ ਨਾਲ ਉਸ ਜਗ੍ਹਾ ਬਾਰੇ ਮਹਿਸੂਸ ਕਰਨਾ ਚਾਹਿਆ ਤਾਂ ਤੇਜ਼ੀ ਨਾਲ ਲੱਤ ਪਿੱਛੇ ਖਿੱਚ ਲਈ ਕਿਉਂਕਿ ਜਦੋਂ ਹੀ ਲੱਤ ਉੱਥੇ ਲੱਗੀ ਉਹਨੂੰ ਠੰਡੀ ਕੰਬਣੀ ਛਿੜ ਗਈ। ਉਹ ਪਹਿਲਾਂ ਵਾਲੀ ਹਾਲਤ 'ਚ ਵਾਪਸ ਖਿਸਕ ਗਿਆ। ਹਰ ਸਮੇਂ ਜਲਦੀ ਉੱਠਣਾ, ਉਹਨੇ ਸੋਚਿਆ, ਇਹਨੇ ਤਾਂ ਮੈਨੂੰ ਪਾਗਲ ਕਰ ਦਿੱਤਾ। ਤੈਨੂੰ ਅਜੇ ਹੋਰ ਸੌਣਾ ਚਾਹੀਦਾ ਹੈ। ਹੋਰ ਸੇਲਸਮੈਨ ਤਾਂ ਟੌਰ ਦੀ ਜ਼ਿੰਦਗੀ ਜਿਉਂਦੇ ਨੇ, ਜਿਵੇਂ ਕਿ ਜਦੋਂ ਮੈਂ ਸਵੇਰੇ ਕੰਮ 'ਤੇ ਜਾਣ ਲਈ ਗੈਸਟ ਹਾਊਸ ਜਾਣਾ, ਉਹ ਸੱਜਣ ਹਮੇਸ਼ਾ ਉੱਥੇ ਬੈਠੇ ਅਜੇ ਨਾਸ਼ਤਾ ਹੀ ਕਰ ਰਹੇ ਹੁੰਦੇ ਨੇ। ਜੇ ਮੈਂ ਇਸ ਬਾਰੇ ਆਪਣੇ ਬੌਸ ਨੂੰ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਮੌਕੇ ਤੋਂ ਹੀ ਬਾਹਰ ਕੱਢ ਦਿੱਤਾ ਜਾਏਗਾ। ਪਰ ਕੀ ਪਤਾ, ਸ਼ਾਇਦ ਇਹੋ ਮੇਰੇ ਲਈ ਸਭ ਤੋਂ ਚੰਗੀ ਗੱਲ ਹੈ। ਜੇ ਮੈਨੂੰ ਆਪਣੇ ਮਾਪਿਆਂ ਦੀ ਫਿਕਰ ਨਾ ਹੁੰਦੀ ਤਾਂ ਮੈਂ ਬਹੁਤ ਸਮਾਂ ਪਹਿਲਾਂ ਹੀ ਨੋਟਿਸ ਦੇ ਜਾਣਾ ਸੀ। ਮੈਂ ਆਪਣੇ ਬੌਸ ਕੋਲ ਜਾਣਾ ਸੀ ਅਤੇ ਉਹਨੂੰ ਦੱਸਣਾ ਸੀ ਕਿ ਮੈਂ ਕੀ ਸੋਚ ਰਿਹਾ। ਮੈਂ ਉਹਨੂੰ ਸਾਰੀ ਗੱਲ ਦੱਸਦਾ ਕਿ ਮੈਂ ਕੀ ਮਹਿਸੂਸ ਕਰਦਾ। ਉਹਨੇ ਆਪਣੇ ਮੇਜ਼ ਤੋਂ ਹੇਠਾਂ ਡਿੱਗ ਪੈਣਾ ਸੀ। ਬੜਾ ਹਾਸੋਹੀਣਾ ਹੁੰਦਾ ਜਦੋਂ ਕੋਈ ਆਪਣੇ ਮੇਜ਼ 'ਤੇ ਬੈਠਾ ਹੁੰਦਾ, ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨਾਲ ਗੱਲਾਂ ਕਰਦਾ, ਖਾਸ ਕਰ ਉਦੋਂ ਜਦੋਂ ਕੋਈ ਗੱਲ ਕਰਨ ਲਈ ਉੱਚਾ ਉੱਠਦਾ ਕਿਉਂਕਿ ਉਹਦਾ ਬੌਸ ਉੱਚਾ ਸੁਣਦਾ। ਠੀਕ ਹੈ, ਫਿਰ ਵੀ ਆਸ ਤਾਂ ਹੁੰਦੀ ਹੈ। ਇੱਕ ਵਾਰ ਮੈਂ ਉਨੇ ਕੁ ਪੈਸੇ ਇਕੱਠੇ ਕਰ ਲਵਾਂ ਜਿੰਨੇ ਮੇਰੇ ਮਾਪਿਆਂ ਨੇ ਉੱਤੋਂ ਉਧਾਰ ਲਏ। ਮੈਨੂੰ ਲੱਗਦਾ 5 ਜਾਂ 6 ਸਾਲ ਲੱਗ ਜਾਣੇ ਨੇ। ਹਾਂ, ਪੱਕਾ ਇਹੋ ਹੀ ਕਰਾਂਗਾ ਮੈਂ। ਉਦੋਂ ਮੈਂ ਵੱਡਾ ਬਦਲਾਅ ਲਿਆਵਾਂਗਾ, ਪਰ ਸਭ ਤੋਂ ਪਹਿਲਾਂ ਮੈਨੂੰ 5 ਵਾਲੀ ਗੱਡੀ ਫੜਨ ਲਈ ਉੱਠਣਾ ਪੈਣਾ। ਫਿਰ ਉਹਨੇ ਘੜੀ ਵੱਲ ਦੇਖਿਆ ਜੋ ਦਰਾਜ਼ ਦੇ ਉੱਤੇ ਟਿਕ ਟਿਕ ਕਰ ਰਹੀ ਸੀ। ਰੱਬ ਖੈਰ ਕਰੇ, ਉਹ ਸੋਚਿਆ, 6:30 ਵੱਜ ਗਏ ਸਨ ਅਤੇ ਸੂਈਆਂ ਚੱਲੀ ਜਾ ਰਹੀਆਂ ਸਨ, ਸਗੋਂ 6:30 ਤੋਂ ਵੀ ਅੱਗੇ ਲਗਭਗ 6:45 ਵੱਜ ਚੱਲੇ ਸਨ।
ਕੀ ਅਲਾਰਮ ਨਹੀਂ ਵੱਜਿਆ? ਬਿਸਤਰੇ ਤੋਂ ਹੀ ਵੇਖ ਸਕਦਾ ਸੀ ਕਿ ਅਲਾਰਮ 4 ਵਜੇ 'ਤੇ ਸੈੱਟ ਸੀ, ਜਿਵੇਂ ਲਾਇਆ ਗਿਆ ਸੀ। ਇਹ ਜ਼ਰੂਰ ਵੱਜਿਆ ਹੋਣਾ। ਹਾਂ, ਪਰ ਕੀ ਠੱਕ ਠੱਕ ਦੇ ਰੌਲੇ 'ਚ ਆਰਾਮ ਨਾਲ ਸੁੱਤਾ ਜਾ ਸਕਦਾ? ਬਿਲਕੁਲ ਸੱਚ, ਉਹ ਆਰਾਮ ਨਾਲ ਨਹੀਂ ਸੀ ਸੌਂ ਸਕਿਆ, ਪਰ ਹੋ ਸਕਦਾ ਇਸੇ ਕਾਰਨ ਗੂੜੀ ਨੀਂਦੇ ਸੁੱਤਾ ਸੀ। ਹੁਣ ਉਹ ਕੀ ਕਰੇ? ਅਗਲੀ ਗੱਡੀ 7 ਵਜੇ ਜਾਣੀ ਸੀ। ਜੇ ਉਹ ਫੜਨੀ ਸੀ ਤਾਂ ਉਹਨੂੰ ਪਾਗਲਾਂ ਵਾਂਗ ਭੱਜਣਾ ਪੈਣਾ ਸੀ, ਪਰ ਅਜੇ ਤੱਕ ਕੱਪੜਿਆਂ ਦੇ ਸੈਂਪਲ ਵੀ ਇਕੱਠੇ ਨਹੀਂ ਸੀ ਕੀਤੇ। ਉਹ ਜੇ ਤਰੋ ਤਾਜ਼ਾ ਵੀ ਨਹੀਂ ਸੀ ਮਹਿਸੂਸ ਕਰ ਰਿਹਾ, ਅਤੇ ਜੇ ਉਹਨੇ ਗੱਡੀ ਫੜ ਵੀ ਲਈ ਤਾਂ ਬੌਸ ਦੇ ਗੁੱਸੇ ਤੋਂ ਨਹੀਂ ਸੀ ਬਚ ਸਕਦਾ, ਕਿਉਂ ਜੋ ਬੌਸ ਦੇ ਸਹਾਇਕ ਨੇ ਆਪਣੀ ਰਿਪੋਰਟ 'ਚ ਲਿਖ ਦਿੱਤਾ ਹੋਣਾ ਕਿ ਗ੍ਰੇਗੋਰ 5 ਵਾਲੀ ਟ੍ਰੇਨ 'ਤੇ ਕਾਫੀ ਸਮੇਂ ਤੋਂ ਨਹੀਂ ਪਹੁੰਚਿਆ। ਦਫ਼ਤਰੀ ਸਹਾਇਕ ਬੌਸ ਦਾ ਆਦਮੀ ਸੀ, ਡੰਗਰ ਅਤੇ ਬੇਅਕਲ, ਪਰ ਜੇ ਬਿਮਾਰੀ ਦੀ ਰਿਪੋਰਟ ਲਿਖ ਦੇਵੇ? ਪਰ ਉੱਦਾਂ ਤਾਂ ਉਹ ਹੋਰ ਵੀ ਘਬਰਾਇਆ ਹੋਇਆ ਅਤੇ ਸ਼ੱਕੀ ਲੱਗੇਗਾ, ਕਿਉਂਕਿ ਗ੍ਰੇਗੋਰ ਨੂੰ 15 ਸਾਲਾਂ ਦੀ ਨੌਕਰੀ 'ਚ ਇੱਕ ਵਾਰ ਵੀ ਬੁਖਾਰ ਨਹੀਂ ਸੀ ਚੜਿਆ। ਉਹਦਾ ਬੌਸ ਮੈਡੀਕਲ ਇੰਸ਼ੋਰੈਂਸ ਕੰਪਨੀ ਦੇ ਡਾਕਟਰ ਨੂੰ ਲੈ ਕੇ ਆ ਜਾਏਗਾ, ਅਤੇ ਡਾਕਟਰ ਨੇ ਕਲੇਮ ਦੀ ਮਨਜ਼ੂਰੀ ਤੋਂ ਨਾ ਕਰ ਦੇਣੀ ਹੈ, ਕਿਉਂਕਿ ਡਾਕਟਰ ਨੂੰ ਪਤਾ ਲੱਗ ਜਾਣਾ ਕਿ ਕੋਈ ਬਿਮਾਰੀ ਹੈ ਹੀ ਨਹੀਂ, ਸਗੋਂ ਕੰਮ ਤੋਂ ਟਰਨ ਦੇ ਬਹਾਨੇ ਨੇ। ਅਤੇ ਹੋਰ ਕੀ, ਇਸ ਮਸਲੇ 'ਚ ਉਹਦਾ ਸਾਰਾ ਕੰਮ ਗਲਤ ਹੋ ਜਾਣਾ। ਦਰਅਸਲ ਗ੍ਰੇਗੋਰ ਗੂੜੀ ਨੀਂਦ ਤੋਂ ਇਲਾਵਾ ਵੀ ਬਹੁਤ ਲੰਮਾ ਸਮਾਂ ਸੁੱਤਾ ਸੀ, ਜਿਹਦੇ ਨਾਲ ਪੂਰੀ ਤਰ੍ਹਾਂ ਠੀਕ ਸੀ ਅਤੇ ਆਮ ਨਾਲੋਂ ਉਹਨੂੰ ਭੁੱਖ ਵੀ ਜ਼ਿਆਦਾ ਲੱਗੀ ਸੀ। ਉਹ ਅਜੇ ਵੀ ਤੇਜ਼ੀ ਨਾਲ ਇਸ ਬਾਰੇ ਸੋਚ ਰਿਹਾ ਸੀ, ਪਰ ਬਿਸਤਰੇ 'ਚ ਉੱਠਣ ਦਾ ਫੈਸਲਾ ਨਹੀਂ ਸੀ ਕਰ ਸਕਿਆ, ਜਦਕਿ ਘੜੀ ਨੇ 7:45 ਵਜਾ ਦਿੱਤੇ ਸਨ। ਉਹਦੇ ਸਿਰ ਲਾਗੇ ਦਰਵਾਜ਼ੇ 'ਤੇ ਖੜਕਾ ਹੋਇਆ। ਗ੍ਰੇਗੋਰ, ਕਿਸੇ ਦੀ ਆਵਾਜ਼ ਆਈ, ਇਹ ਉਹਦੀ ਮਾਂ ਸੀ। 7:45 ਵੱਜ ਗਏ, ਕੀ ਤੂੰ ਕਿਤੇ ਜਾਣਾ ਨਹੀਂ ਚਾਹੁੰਦਾ? ਗ੍ਰੇਗੋਰ ਨੂੰ ਝਟਕਾ ਲੱਗਾ ਜਦੋਂ ਉਹਨੇ ਜਵਾਬ ਵਜੋਂ ਦਿੱਤੀ ਆਪਣੀ ਹੌਲੀ ਆਵਾਜ਼ ਸੁਣੀ। ਇਹ ਮਸਾਂ ਹੀ ਪਛਾਣੀ ਜਾ ਸਕਦੀ ਸੀ, ਕਿਉਂ ਜੋ ਉਹਦੀ ਪਹਿਲੀ ਵਾਲੀ ਆਵਾਜ਼ ਹੋਰ ਤਰ੍ਹਾਂ ਦੀ ਸੀ, ਜਿਵੇਂ ਉਹਦੇ ਢਿੱਡੋਂ ਨਿਕਲ ਰਹੀ ਹੋਵੇ। ਇਸ ਆਵਾਜ਼ 'ਚ ਪੀੜ ਅਤੇ ਅਸੀਮ ਕਰਾਹਟ ਸੀ। ਸ਼ਬਦ ਪਹਿਲਾਂ ਬਣਦੇ ਸੀ ਪਰ ਫਿਰ ਉਹਨਾਂ ਵਿੱਚ ਗੂੰਜ ਰਲ ਜਾਂਦੀ ਸੀ, ਜਿਹਦੇ ਕਾਰਨ ਸਾਫ਼ ਨਹੀਂ ਸਨ ਸੁਣਦੇ ਅਤੇ ਸੁਣਨ ਵਾਲੇ ਨੂੰ ਲੱਗਦਾ ਨਹੀਂ ਸੀ ਕਿ ਉਹਨੇ ਸ਼ਬਦ ਸਹੀ ਸੁਣੇ ਹਨ ਜਾਂ ਨਹੀਂ। ਗ੍ਰੇਗੋਰ ਪੂਰਾ ਜਵਾਬ ਦੇਣਾ ਚਾਹੁੰਦਾ ਸੀ ਅਤੇ ਸਭ ਕੁਝ ਸਪੱਸ਼ਟ ਕਰਨਾ ਚਾਹੁੰਦਾ ਸੀ, ਪਰ ਉਸ ਹਾਲਤ ਵਿੱਚ ਉਹਨੇ ਇਹ ਕਹਿ ਕੇ ਸੰਤੁਸ਼ਟੀ ਕਰ ਲਈ, ਹਾਂ ਮਾਂ, ਹਾਂ, ਧੰਨਵਾਦ, ਮੈਂ ਹੁਣ ਉੱਠ ਰਿਹਾ। ਗ੍ਰੇਗੋਰ ਦੀ ਬਦਲੀ ਹੋਈ ਆਵਾਜ਼ ਦਰਵਾਜ਼ੇ ਤੋਂ ਪਰਾਂ ਨਹੀਂ ਸੁਣੀ ਜਾ ਸਕਦੀ ਸੀ, ਪਰ ਉਹਦੀ ਮਾਂ ਦੀ ਇਸ ਜਵਾਬ ਤੋਂ ਤਸੱਲੀ ਹੋ ਗਈ ਅਤੇ ਉਹ ਚਲੀ ਗਈ। ਪਰ ਇਸ ਸੰਖੇਪ ਗੱਲਬਾਤ ਤੋਂ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਉਮੀਦ ਤੋਂ ਉਲਟ ਗ੍ਰੇਗੋਰ ਅਜੇ ਘਰ ਹੀ ਸੀ। ਫਿਰ ਜਲਦੀ ਉਹਦੇ ਪਿਤਾ ਨੇ ਦਰਵਾਜ਼ੇ ਨੂੰ ਆਪਣੀ ਮੁੱਠੀ ਨਾਲ ਹੌਲੀ ਜਿਹੀ ਇੱਕ ਸਿਰੇ ਤੋਂ ਖੜਕਾਇਆ, ਗ੍ਰੇਗੋਰ, ਗ੍ਰੇਗੋਰ, ਕੀ ਗੱਲ ਹੋ ਗਈ? ਥੋੜ੍ਹੀ ਦੇਰ ਪਿੱਛੋਂ ਚੇਤਾਵਨੀ ਭਰੇ ਲਹਿਜੇ ਵਿੱਚ ਉਹਨੂੰ ਫਿਰ ਬੁਲਾਇਆ, ਗ੍ਰੇਗੋਰ, ਗ੍ਰੇਗੋਰ। ਦਰਵਾਜ਼ੇ ਦੀ ਦੂਜੀ ਸਾਈਡ 'ਤੇ ਭੈਣ ਆ ਖਲੋਤੀ, ਗ੍ਰੇਗੋਰ, ਕੀ ਤੂੰ ਠੀਕ ਨਹੀਂ? ਕਿ ਤੈਨੂੰ ਕੁਛ ਚਾਹੀਦਾ ਹੈ? ਗ੍ਰੇਗੋਰ ਨੇ ਦੋਵੇਂ ਪਾਸੇ ਜਵਾਬ ਦਿੱਤਾ, ਮੈਂ ਹੁਣ ਤਿਆਰ ਹਾਂ। ਉਹਨੇ ਬੜੀ ਧਿਆਨ ਨਾਲ ਹਰੇਕ ਸ਼ਬਦ 'ਚ ਵੱਖਰੇਵਾਂ ਪਾ ਕੇ ਆਪਣੀ ਆਵਾਜ਼ ਵਿੱਚੋਂ ਅਜਨਬੀਪਨ ਨੂੰ ਵੱਖ ਕੀਤਾ। ਉਹਦਾ ਪਿਤਾ ਨਾਸ਼ਤਾ ਕਰਨ ਵਾਸਤੇ ਚਲਾ ਗਿਆ ਅਤੇ ਭੈਣ ਫੁੱਸ ਆਈ, ਗ੍ਰੇਗੋਰ, ਦਰਵਾਜ਼ਾ ਖੋਲ, ਮੈਂ ਤੇਰੇ ਹੱਥ ਜੋੜਦੀ ਹਾਂ। ਫਿਰ ਵੀ ਗ੍ਰੇਗੋਰ ਨੇ ਦਰਵਾਜ਼ਾ ਖੋਲ੍ਹਣ ਦਾ ਹੀਆ ਨਾ ਕੀਤਾ, ਸਗੋਂ ਸਫ਼ਰ ਦੌਰਾਨ ਰਾਤ ਨੂੰ ਦਰਵਾਜ਼ੇ ਦੀਆਂ ਕੁੰਡੀਆਂ ਲਾਉਣ ਦੀ ਆਦਤ ਦਾ ਸ਼ੁਕਰ ਮਨਾਇਆ, ਚਾਹੇ ਉਹ ਘਰ ਹੀ ਕਿਉਂ ਨਾ ਹੋਵੇ। ਸਭ ਤੋਂ ਪਹਿਲਾਂ ਕੰਮ ਜੋ ਚਾਹੁੰਦਾ ਸੀ, ਬਿਨਾਂ ਤਕਲੀਫ ਸ਼ਾਂਤੀ ਨਾਲ ਉੱਠਣਾ, ਤਿਆਰ ਹੋਣਾ ਅਤੇ ਸਭ ਤੋਂ ਜ਼ਰੂਰੀ ਨਾਸ਼ਤਾ ਕਰਨਾ ਸੀ। ਫਿਰ ਹੀ ਉਹ ਸੋਚਦਾ ਸੀ ਕਿ ਅੱਗੇ ਕੀ ਕਰਨਾ, ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਬਿਸਤਰੇ 'ਚ ਪਏ ਪਏ ਉਹ ਕਿਸੇ ਸਿੱਟੇ 'ਤੇ ਨਹੀਂ ਸੀ ਪਹੁੰਚ ਸਕਦਾ। ਉਹਨੂੰ ਯਾਦ ਸੀ ਕਿ ਉਹਨੂੰ ਅਕਸਰ ਬਿਸਤਰੇ 'ਚ ਪਏ ਪਏ ਹਲਕੀ ਦਰਦ ਹੁੰਦੀ ਸੀ, ਸ਼ਾਇਦ ਬੇਢੰਗੇ ਤਰੀਕੇ ਨਾਲ ਸੌਣ ਕਾਰਨ, ਪਰ ਇਹ ਸਭ ਖਿਆਲਾਂ 'ਚ ਹੀ ਬਦਲ ਜਾਂਦਾ ਸੀ ਅਤੇ ਉਹਨੂੰ ਹੈਰਾਨੀ ਸੀ ਕਿ ਉਹਦੇ ਖਿਆਲ ਹੀ ਇਹਨਾਂ ਦਰਦਾਂ ਦਾ ਹੱਲ ਕਰ ਦਿੰਦੇ ਸਨ। ਉਹਨੂੰ ਭੋਰਾ ਵੀ ਸ਼ੱਕ ਨਹੀਂ ਸੀ ਕਿ ਉਹਦੀ ਆਵਾਜ਼ 'ਚ ਸਖ਼ਤ ਬਦਲਾਅ ਠੰਡ ਲੱਗਣ ਦੀ ਨਿਸ਼ਾਨੀ ਤੋਂ ਵੱਧ ਕੁਝ ਨਹੀਂ ਸੀ, ਜੋ ਕਿ ਕਿਸੇ ਸਫ਼ਰ ਕਰਨ ਵਾਲੇ ਸੇਲਜ਼ਮੈਨ ਲਈ ਪੇਸ਼ੇਵਰ ਜੋਖਮ ਸੀ। ਇਹ ਆਪਣੇ ਕੱਪੜੇ ਲਾਉਣ ਦਾ ਸਧਾਰਨ ਜਿਹਾ ਮਾਮਲਾ ਸੀ, ਉਹਨੇ ਆਪਣੇ ਆਪ ਨੂੰ ਫੂਕ ਮਾਰਨੀ ਸੀ ਅਤੇ ਉਹਨਾਂ ਨੇ ਆਪ ਹੀ ਉਤਰ ਜਾਣਾ ਸੀ, ਪਰ ਬਾਅਦ 'ਚ ਇਹ ਕੰਮ ਔਖਾ ਹੋ ਗਿਆ, ਖਾਸ ਕਰ ਜਦੋਂ ਬਹੁਤ ਜ਼ਿਆਦਾ ਵੱਡਾ ਹੋ ਗਿਆ। ਉਹਨੇ ਆਪਣੀਆਂ ਲੱਤਾਂ ਬਾਹਾਂ ਨੂੰ ਆਪਣੇ ਆਪ ਨੂੰ ਚੁੱਕਣ ਲਈ ਵਰਤਿਆ ਹੋਏਗਾ, ਪਰ ਉਹਨਾਂ ਦੀ ਬਜਾਏ ਉਹਦੇ ਕੋਲ ਸਿਰਫ ਛੋਟੀਆਂ ਛੋਟੀਆਂ ਲੱਤਾਂ ਲਗਾਤਾਰ ਵੱਖ ਵੱਖ ਪਾਸੇ ਚੱਲ ਰਹੀਆਂ ਸਨ ਅਤੇ ਜਿਹੜੀਆਂ ਉਹਦੇ ਕਾਬੂ ਤੋਂ ਬਾਹਰ ਸਨ। ਜੇ ਉਹਨਾਂ ਲੱਤਾਂ 'ਚੋਂ ਕਿਸੇ ਇੱਕ ਨੂੰ ਮੋੜਨਾ ਚਾਹੁੰਦਾ ਸੀ ਤਾਂ ਉਹਨਾਂ ਵਿੱਚੋਂ ਪਹਿਲੀ ਲੱਤ ਆਪਣੇ ਆਪ ਨੂੰ ਬਾਹਰ ਖਿੱਚ ਲੈਂਦੀ, ਅਤੇ ਜੇ ਅਖੀਰ ਉਹ ਇੱਦਾਂ ਕਰਨ 'ਚ ਸਫਲ ਹੋ ਜਾਂਦਾ ਤਾਂ ਬਾਕੀ ਸਾਰੀਆਂ ਲੱਤਾਂ ਬੇਕਾਬੂ ਹੋ ਜਾਂਦੀਆਂ ਅਤੇ ਦਰਦ ਨਾਲ ਕਰਾਉਂਦੀਆਂ। ਇਹ ਸਾਰਾ ਕੁਝ ਬਿਸਤਰੇ 'ਚ ਨਹੀਂ ਸੀ ਹੋ ਸਕਦਾ,
ਗ੍ਰੇਗੋਰ ਨੇ ਆਪਣੇ ਆਪ ਨੂੰ ਕਿਹਾ, ਇਸ ਲਈ ਇੱਦਾਂ ਕਰਨ ਦੀ ਕੋਸ਼ਿਸ਼ ਨਾ ਕਰ। ਸਭ ਤੋਂ ਪਹਿਲਾਂ ਉਹ ਆਪਣੇ ਹੇਠਲੇ ਧੜ ਨੂੰ ਬਾਹਰ ਕੱਢਣਾ ਚਾਹੁੰਦਾ ਸੀ, ਪਰ ਇੰਨਾ ਨੀਵਾਂ ਉਹਨੂੰ ਦਿਖਦਾ ਨਹੀਂ ਸੀ। ਉਹਨੂੰ ਖਿਆਲ ਵੀ ਨਹੀਂ ਸੀ ਕਿ ਹੇਠੋਂ ਕਿਵੇਂ ਦਾ, ਇਹ ਇੰਨਾ ਸਖਤ ਹੋ ਗਿਆ ਸੀ ਕਿ ਹਿੱਲ ਨਹੀਂ ਸੀ ਸਕਦਾ। ਇਹ ਬਹੁਤ ਹੌਲੀ ਖਿਸਕਿਆ ਅਤੇ ਅਖੀਰ ਪੂਰੇ ਜਨੂੰਨ ਨਾਲ, ਜਦੋਂ ਬੇਧਿਆਨੇ ਉਹਨੇ ਆਪਣੀ ਪੂਰੀ ਤਾਕਤ ਇਕੱਠੀ ਕਰਕੇ ਅੱਗੇ ਵੱਲ ਨੂੰ ਧੱਕਾ ਮਾਰਿਆ ਤਾਂ ਗਲਤ ਦਿਸ਼ਾ ਚੁਣੇ ਜਾਣ ਕਾਰਨ ਉਹ ਬੈੱਡ ਦੀ ਹੇਠਲੀ ਬੰਨੀ ਉੱਤੇ ਜਾ ਵੱਜਿਆ, ਅਤੇ ਇਸ ਤਰ੍ਹਾਂ ਪੀੜ ਹੋਈ ਪੀੜ ਜਿਵੇਂ ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹਦਾ ਹੇਠਲਾ ਪਾਸਾ ਬਹੁਤ ਸੰਵੇਦਨਸ਼ੀਲ ਹੋਵੇ। ਫਿਰ ਉਹਨੇ ਸਰੀਰ ਦੇ ਉੱਪਰਲੇ ਧੜ ਨੂੰ ਬਿਸਤਰੇ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਬੜੇ ਧਿਆਨ ਨਾਲ ਸਿਰ ਨੂੰ ਇੱਕ ਪਾਸੇ ਮੋੜਦੇ ਹੋਏ ਇਹ ਕੰਮ ਉਹਨੇ ਸੌਖਿਆ ਹੀ ਕਰ ਲਿਆ, ਅਤੇ ਇਹਦੇ ਵਜ਼ਨ ਅਤੇ ਚੌੜਾਈ ਦੇ ਅੰਦਾਜ਼ੇ ਤੋਂ ਬਿਨਾਂ ਹੀ ਉਹਦਾ ਸਾਰਾ ਸਰੀਰ ਹੀ ਸਿਰ ਵਾਲੀ ਦਿਸ਼ਾ ਨੂੰ ਮਗਰ ਹੀ ਤੁਰ ਪਿਆ। ਪਰ ਜਿਉਂ ਹੀ ਉਹਨੇ ਆਪਣਾ ਸਿਰ ਤਾਜ਼ੀ ਹਵਾ 'ਚ ਬਿਸਤਰੇ 'ਚੋਂ ਬਾਹਰ ਕੱਢਿਆ ਤਾਂ ਉਹਨੂੰ ਇਉਂ ਜਾਪਿਆ ਕਿ ਜੇ ਉਹ ਡਿੱਗ ਗਿਆ ਅਤੇ ਇਸ ਤਰ੍ਹਾਂ ਸਿਰ 'ਤੇ ਸੱਟ ਵੀ ਨਾ ਵੱਜੀ ਤਾਂ ਇਹ ਕੋਈ ਕ੍ਰਿਸ਼ਮਾ ਹੀ ਹੋਏਗਾ। ਇਸ ਲਈ ਉਹ ਅੱਗੇ ਵੱਲ ਨੂੰ ਆਪਣਾ ਸਰੀਰ ਖਿੱਚਣ ਤੋਂ ਡਰ ਗਿਆ, ਅਤੇ ਹੁਣ ਉਹ ਕਿਸੇ ਵੀ ਕੀਮਤ 'ਤੇ ਆਪਣੇ ਆਪ ਨੂੰ ਬਾਹਰ ਨਹੀਂ ਸੀ ਕੱਢ ਸਕਦਾ। ਹੁਣ ਤਾਂ ਬਿਹਤਰ ਸੀ ਕਿ ਉਹ ਬੇਹੋਸ਼ ਹੋਣ ਨਾਲੋਂ ਬਿਸਤਰੇ 'ਚ ਹੀ ਲੇਟਿਆ ਰਹੇ। ਆਪਣੀ ਪਹਿਲਾਂ ਵਾਲੀ ਸਥਿਤੀ 'ਚ ਵਾਪਸ ਆਉਣ ਲਈ ਜਦੋਂ ਉੱਥੇ ਪਿਆ, ਆਪਣੀਆਂ ਲੱਤਾਂ ਵੱਲ ਵੇਖ ਰਿਹਾ ਸੀ ਕਿ ਉਹ ਆਪਸ 'ਚ ਪਹਿਲਾਂ ਨਾਲੋਂ ਵੀ ਵੱਧ ਜ਼ੋਰ ਨਾਲ ਇੱਕ ਦੂਜੇ ਨਾਲ ਟਕਰਾ ਰਹੀਆਂ ਸਨ। ਉਹਨੂੰ ਓਨਾ ਹੀ ਜ਼ੋਰ ਲੱਗਿਆ ਜਿੰਨਾ ਪਹਿਲਾਂ ਲੱਗਿਆ ਸੀ। ਜੇ ਉਹ ਸੰਭਵ ਵੀ ਹੋ ਵੀ ਜਾਂਦਾ ਤਾਂ ਵੀ ਉਸ ਕੋਲ ਆਪਣੀ ਹਫੜਾ ਦਫੜੀ ਨੂੰ ਸ਼ਾਂਤ ਕਰਨ ਦਾ ਕੋਈ ਤਰੀਕਾ ਨਹੀਂ ਸੀ। ਉਹਨੇ ਫਿਰ ਆਪਣੇ ਆਪ ਨੂੰ ਕਿਹਾ, ਬਿਸਤਰੇ 'ਚ ਪਏ ਰਹਿਣਾ ਉਸ ਲਈ ਸੰਭਵ ਨਹੀਂ ਸੀ, ਅਤੇ ਵੱਡੀ ਸਮਝਦਾਰੀ ਇਸੇ ਵਿੱਚ ਸੀ ਕਿ ਉਹ ਇਸ ਹਾਲਤ ਤੋਂ ਜਿਵੇਂ ਮਰਜ਼ੀ ਛੁਟਕਾਰਾ ਪਾ ਲਵੇ, ਭਾਵੇਂ ਇਸ ਲਈ ਉਹਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ। ਫਿਰ ਉਸੇ ਸਮੇਂ ਨਾਲ ਦੇ ਨਾਲ ਉਹ ਆਪਣੇ ਆਪ ਨੂੰ ਇਹ ਵੀ ਯਾਦ ਕਰਵਾਉਣਾ ਨਾ ਭੁੱਲਿਆ, ਹਤਾਸ਼ ਕਰਨ ਵਾਲੇ ਫੈਸਲੇ ਲੈਣ ਨਾਲੋਂ ਚੰਗੇ ਸਨ ਸ਼ਾਂਤੀ ਵਾਲੇ ਵਿਚਾਰ। ਜਦੋਂ ਵੀ ਇੱਦਾਂ ਦਾ ਸਮਾਂ ਹੁੰਦਾ ਉਹ ਆਪਣੀਆਂ ਅੱਖਾਂ ਖਿੜਕੀ ਵੱਲ ਗੱਡ ਦਿੰਦਾ, ਪਰ ਬਦਕਿਸਮਤੀ ਨਾਲ ਅੱਜ ਪਤਲੀ ਗਲੀ ਵੀ ਧੁੰਦ ਨਾਲ ਢਕੀ ਹੋਈ ਸੀ, ਅਤੇ ਉਸ ਦ੍ਰਿਸ਼ ਨੇ ਉਹਨੂੰ ਥੋੜ੍ਹਾ ਜਿਹਾ ਹੌਸਲਾ ਅਤੇ ਖੁਸ਼ੀ ਦਿੱਤੀ। ਪਹਿਲਾਂ ਹੀ 7 ਵਜੇ ਪਏ ਨੇ, ਉਸ ਆਪਣੇ ਆਪ ਨੂੰ ਕਿਹਾ, 7 ਵੱਜ ਗਏ ਅਤੇ ਅਜੇ ਵੀ ਇੰਨੀ ਧੁੰਦ। ਉਹ ਲੰਮੇ ਸਾਹ ਲੈਂਦਾ ਉੱਥੇ ਪਿਆ ਰਿਹਾ, ਸ਼ਾਇਦ ਇਸ ਉਮੀਦ ਨਾਲ ਕਿ ਇੱਦਾਂ ਕਰਨ ਨਾਲ ਚੀਜ਼ਾਂ ਪਹਿਲਾਂ ਵਾਂਗ ਹੀ ਅਸਲ ਅਤੇ ਕੁਦਰਤੀ ਅਵਸਥਾ 'ਚ ਆ ਜਾਣਗੀਆਂ। ਪਰ ਫਿਰ ਉਹਨੇ ਆਪਣੇ ਆਪ ਨੂੰ ਕਿਹਾ, ਜਦੋਂ 7:45 ਹੋਏ ਸਨ ਤਾਂ ਮੈਨੂੰ ਸਹੀ ਤਰੀਕੇ ਨਾਲ ਬਿਸਤਰੇ 'ਚ ਉੱਠਣਾ ਚਾਹੀਦਾ ਸੀ। ਕੋਈ ਵੀ ਘੁੰਮਦਾ ਫਿਰਦਾ ਉੱਥੇ ਆ ਕੇ ਮੈਨੂੰ ਪੁੱਛ ਸਕਦਾ ਸੀ ਕਿ ਮੈਨੂੰ ਕੀ ਹੋਇਆ, ਕਿਉਂਕਿ ਉਹ 7 ਵਜੇ ਤੋਂ ਪਹਿਲਾਂ ਕੰਮ ਸ਼ੁਰੂ ਕਰ ਦਿੰਦੇ ਨੇ। ਅਤੇ ਇਸ ਤਰ੍ਹਾਂ ਉਹਨੇ ਨਾਲ ਦੀ ਨਾਲ ਆਪਣੇ ਸਾਰੇ ਸਰੀਰ ਨੂੰ ਬਿਸਤਰੇ 'ਚੋਂ ਬਾਹਰ ਕੱਢਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਜਿਸ ਤਰ੍ਹਾਂ ਉਹ ਬਿਸਤਰੇ ਵਿੱਚੋਂ ਡਿੱਗਣੋਂ ਬਚ ਜਾਂਦਾ ਅਤੇ ਆਪਣਾ ਸਿਰ ਉੱਪਰ ਚੁੱਕੀ ਰੱਖਦਾ ਜਿਵੇਂ ਕਿ ਉਹਨੇ ਕੀਤਾ ਸੀ, ਤਾਂ ਉਹ ਸੱਟ ਲੱਗਣੋਂ ਬਚ ਸਕਦਾ। ਉਹਦੀ ਪਿੱਠ ਕੁਝ ਸਖਤ ਦਿਖਦੀ ਸੀ ਅਤੇ ਉਹਨੂੰ ਲੱਗਦਾ ਸੀ ਕਿ ਸ਼ਾਇਦ ਗਲੀਚੇ 'ਤੇ ਡਿੱਗਣ ਨਾਲ ਇਸ ਨੂੰ ਕੁਝ ਨਾ ਹੋਵੇ। ਉਹਦੀ ਮੁੱਖ ਚਿੰਤਾ ਉਹਦੀ ਆਵਾਜ਼ ਵੀ ਸੀ ਜੋ ਉਹਨੂੰ ਬੋਲਣੀ ਪੈਂਦੀ, ਅਤੇ ਅਲਾਰਮ ਨਾ ਵੱਜਣ 'ਤੇ ਜਿਹੜੇ ਦਰਵਾਜ਼ੇ ਤੋਂ ਬਾਹਰ ਵੀ ਸ਼ਾਇਦ ਪਤਾ ਲੱਗ ਜਾਂਦੀ। ਇਹੀ ਕੁਝ ਗੱਲਾਂ ਸਨ ਜਿਹਦਾ ਉਹਨੂੰ ਡਰ ਸੀ। ਜਦੋਂ ਗ੍ਰੇਗੋਰ ਪਹਿਲਾਂ ਹੀ ਬਿਸਤਰੇ ਵਿੱਚੋਂ ਅੱਧਾ ਕੁ ਬਾਹਰ ਸੀ ਤਾਂ ਇਹ ਨਵਾਂ ਤਰੀਕਾ ਇੱਕ ਕੋਸ਼ਿਸ਼ ਨਾਲੋਂ ਵੱਧ ਇੱਕ ਖੇਡ ਸੀ। ਹੁਣ ਇਹ ਸਿਰਫ ਅੱਗੇ ਪਿੱਛੇ ਹਿੱਲਣਾ ਹੀ ਸੀ, ਅਤੇ ਜੇ ਕੋਈ ਮਦਦ ਕਰ ਦਿੰਦਾ ਤਾਂ ਸਾਰਾ ਕੁਝ ਉਸ ਲਈ ਸੌਖਾ ਹੋ ਜਾਂਦਾ। ਇਸ ਮਦਦ ਲਈ ਉਹਦੇ ਦਿਮਾਗ 'ਚ 2 ਮਜ਼ਬੂਤ ਲੋਕ, ਉਹਦੇ ਪਿਤਾ ਅਤੇ ਉਹਨਾਂ ਦੀ ਨੌਕਰਾਣੀ ਸੀ। ਉਹਨਾਂ ਨੂੰ ਉਹਦੀ ਢੂਈ ਦੇ ਗੁੰਬਦ ਵਿੱਚ ਬਾਹਾਂ ਪਾ ਕੇ ਉਹਦੇ ਬਿਸਤਰੇ ਵਿੱਚੋਂ ਥੋੜ੍ਹਾ ਚੁੱਕ ਕੇ ਉਹਨੂੰ ਖਿੱਚਣਾ ਪੈਣਾ ਸੀ, ਅਤੇ ਫਿਰ ਬੜੇ ਸਬਰ ਅਤੇ ਧਿਆਨ ਨਾਲ ਉਹਨੂੰ ਫਰਸ਼ 'ਤੇ ਰਿੰਗਣ ਦੇਣਾ ਸੀ ਜਿੱਥੇ ਉਹਦੀਆਂ ਛੋਟੀਆਂ ਛੋਟੀਆਂ ਲੱਤਾਂ ਨੂੰ ਕੁਝ ਫਾਇਦਾ ਹੋਣਾ ਸੀ। ਕੀ ਵਾਕਿਆ ਮਦਦ ਲਈ ਬੁਲਾਉਣਾ ਚਾਹੀਦਾ ਹੈ? ਇਹ ਜਾਣਦੇ ਹੋਏ ਵੀ ਕਿ ਸਾਰੇ ਦਰਵਾਜ਼ੇ ਅੰਦਰੋਂ ਬੰਦ ਨੇ, ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੀ ਸੋਚ 'ਤੇ ਆਏ ਹਾਸੇ ਨੂੰ ਰੋਕ ਨਾ ਸਕਿਆ। ਥੋੜ੍ਹੀ ਦੇਰ ਮਗਰੋਂ ਹੀ ਉਹ ਇੰਨੀ ਦੂਰ ਤੁਰ ਗਿਆ ਸੀ ਕਿ ਜੇ ਹੁਣ ਉਹ ਹੋਰ ਜ਼ੋਰ ਨਾਲ ਲੱਗੇ ਜਾਂਦਾ ਤਾਂ ਉਹਦਾ ਸੰਤੁਲਨ ਵਿਗੜਨ ਤੋਂ ਰੋਕਣਾ ਉਹਨੂੰ ਹੋਰ ਔਖਾ ਹੋ ਜਾਣਾ ਸੀ। 7 ਵਜਣ 'ਚ 10 ਮਿੰਟ ਰਹਿ ਗਏ ਸਨ ਅਤੇ ਉਹਨੂੰ ਜਲਦੀ ਹੀ ਅੰਤਿਮ ਫੈਸਲਾ ਲੈਣਾ ਪੈਣਾ ਸੀ। ਫਿਰ ਫਲੈਟ ਦੇ ਗੇਟ ਦੀ ਘੰਟੀ ਵੱਜੀ, ਕੋਈ ਕੰਮ ਤੋਂ ਆਇਆ ਹੋਣਾ, ਉਹਨੇ ਆਪਣੇ ਆਪ ਨੂੰ ਕਿਹਾ, ਅਤੇ ਉਹ ਠੰਭਰ ਗਿਆ। ਬੇਸ਼ੱਕ ਉਹਦੀਆਂ ਲੱਤਾਂ ਬਥੇਰੇ ਰੌਚਕ ਹੋ ਗਈਆਂ ਅਤੇ ਜਦੋਂ ਨੱਚਣ ਲੱਗ ਪਈਆਂ ਤਾਂ ਕੁਝ ਸਮੇਂ ਲਈ ਸਭ ਸ਼ਾਂਤ ਹੋ ਗਿਆ। ਉਹ ਗੇਟ ਨਹੀਂ ਖੋਲ ਰਹੇ, ਗ੍ਰੇਗੋਰ ਨੇ ਆਪਣੇ ਆਪ ਨੂੰ ਬੇਵਕੂਫੀ ਭਰੀ ਆਸ ਵਿੱਚ ਕਿਹਾ। ਫਿਰ ਨੌਕਰਾਣੀ ਹੀ ਪੱਕੇ ਪੈਰੀਂ ਦਰਵਾਜ਼ੇ 'ਤੇ ਗਈ ਅਤੇ ਗੇਟ ਖੋਲ ਦਿੱਤਾ। ਗ੍ਰੇਗੋਰ ਨੂੰ ਆਉਣ ਵਾਲੇ ਦੀ ਸਿਰਫ ਪਹਿਲੀ ਸ਼ੁਭ ਕਾਮਨਾ ਦੀ ਆਵਾਜ਼ ਹੀ ਸੁਣਨ ਦੀ ਲੋੜ ਸੀ ਅਤੇ ਉਹਨੇ ਪਛਾਣ ਲਿਆ ਕਿ ਕੌਣ ਹੈ। ਇਹ ਮੁੱਖ ਕਲਰਕ ਸੀ, ਸਿਰਫ ਗ੍ਰੇਗੋਰ ਦੇ ਕੰਮ 'ਤੇ ਹੀ ਉਸ ਕੰਪਨੀ 'ਚ ਕੰਮ ਕਰਨ ਦਾ ਨੁਕਸ ਕੱਢਿਆ ਗਿਆ, ਜਦਕਿ ਕੰਪਨੀ 'ਚ ਥੋੜ੍ਹੀ ਜਿਹੀ ਗਲਤੀ ਕਰਨ 'ਤੇ ਹੀ ਸਾਰੇ ਸ਼ੱਕੀ ਬਣ ਜਾਂਦੇ ਨੇ।
ਕੀ ਸਾਰੇ ਕਰਮਚਾਰੀ ਬਦਨਾਮ ਸੀ ਕਿ ਉਹਨਾਂ ਵਿੱਚੋਂ ਇੱਕ ਵੀ ਭਰੋਸੇਯੋਗ ਅਤੇ ਇੰਨਾ ਸਮਰਪਿਤ ਨਹੀਂ ਸੀ ਜੋ ਆਪਣੀ ਜ਼ਮੀਰ ਦੀ ਆਵਾਜ਼ ਸੁਣ ਸਕੇ ਅਤੇ ਉਹਦੇ ਦਰਦ ਨੂੰ ਮਹਿਸੂਸ ਕਰ ਸਕੇ, ਜੋ ਉਹਨੂੰ ਬਿਸਤਰ ਵਿੱਚ ਉੱਠਣ ਨਹੀਂ ਸੀ ਦੇ ਰਿਹਾ, ਕਿ ਕਿਸੇ ਨਵੇਂ ਸਿੱਖ ਅੰਦਰੂ ਨੂੰ ਪੜਤਾਲ ਲਈ ਭੇਜਣਾ ਕਾਫੀ ਨਹੀਂ ਸੀ, ਕਿ ਮੁੱਖ ਕਲਰਕ ਆਪੇ ਹੀ ਆਇਆ ਅਤੇ ਕੀ ਕੰਪਨੀ ਵਾਲੇ ਸਾਰਿਆਂ ਨੂੰ ਅਤੇ ਨਿਰਦੋਸ਼ ਪਰਿਵਾਰ ਨੂੰ ਇਹ ਵਿਖਾਉਣਾ ਚਾਹੁੰਦੇ ਨੇ ਕਿ ਉਹ ਇੰਨਾ ਸ਼ੱਕੀ ਸੀ ਕਿ ਸਿਰਫ ਮੁੱਖ ਕਲਰਕ ਨੂੰ ਹੀ ਪੜਤਾਲ ਕਰਨ ਦੀ ਆਜ਼ਾਦੀ ਦੇਣ 'ਤੇ ਹੀ ਭਰੋਸਾ ਕੀਤਾ ਜਾ ਸਕਦਾ ਸੀ। ਅਤੇ ਜਦੋਂ ਉਹਦੀਆਂ ਸੋਚਾਂ ਨੇ ਉਹਨੂੰ ਕਿਸੇ ਫੈਸਲੇ 'ਤੇ ਪਹੁੰਚਣ ਲਈ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਤਾਂ ਉਹਨੇ ਆਪਣੇ ਆਪ ਨੂੰ ਬਿਸਤਰੇ ਤੋਂ ਪੂਰੀ ਤਾਕਤ ਲਾ ਕੇ ਇੱਕ ਪਾਸੇ ਸੁੱਟ ਲਿਆ। ਇੱਕ ਉੱਚੀ ਧਮਕ ਪਈ ਪਰ ਇਹ ਕੋਈ ਜ਼ਿਆਦਾ ਰੌਲੇ ਵਾਲੀ ਆਵਾਜ਼ ਨਹੀਂ ਸੀ। ਗਲੀਚੇ ਨੇ ਉਹਦੇ ਡਿੱਗਣ ਨੂੰ ਸੌਖਾ ਕਰ ਦਿੱਤਾ ਸੀ ਅਤੇ ਗ੍ਰੇਗੋਰ ਦੀ ਪਿੱਠ, ਜੋ ਉਹਦੀ ਸੋਚ ਤੋਂ ਵੀ ਵੱਧ ਲਚਕਦਾਰ ਸੀ, ਨੇ ਭੈੜੀ ਜਿਹੀ ਆਵਾਜ਼ ਕੱਢੀ ਜੋ ਜ਼ਿਆਦਾ ਧਿਆਨ ਖਿੱਚੂ ਨਹੀਂ ਸੀ। ਜਦੋਂ ਡਿੱਗਿਆ ਸੀ ਤਾਂ ਉਹਨੇ ਆਪਣੇ ਸਿਰ 'ਤੇ ਲੱਗੀ ਸੱਟ ਵੱਲ ਬਹੁਤਾ ਧਿਆਨ ਨਾ ਦਿੱਤਾ। ਉਹਨੂੰ ਦੁੱਖ ਅਤੇ ਪੀੜ ਹੋਈ, ਉਹ ਮੁੜਿਆ ਅਤੇ ਸਿਰ ਨੂੰ ਗਲੀਚੇ 'ਤੇ ਪੂੰਝਿਆ, ਰਗੜਿਆ। ਉੱਥੇ ਕੁਝ ਡਿੱਗਿਆ ਲੱਗਦਾ ਹੈ, ਮੁੱਖ ਕਲਰਕ ਨੇ ਖੱਬੇ ਹੱਥ ਵਾਲੇ ਕਮਰੇ ਵੱਲ ਨੂੰ ਜਾਂਦਿਆਂ ਹੁੰਦਿਆਂ ਕਿਹਾ। ਗ੍ਰੇਗੋਰ ਨੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਅੱਜ ਉਹਦੇ ਨਾਲ ਹੋਇਆ ਕਦੇ ਮੁੱਖ ਕਲਰਕ ਨਾਲ ਵੀ ਹੋਇਆ ਹੋਣਾ ਅਤੇ ਉਹਨੂੰ ਇਹ ਮੰਨਣਾ ਪੈਣਾ ਕਿ ਇੱਦਾਂ ਹੋਣਾ ਸੰਭਵ ਸੀ। ਜਿਵੇਂ ਕਿ ਗੁੱਸੇ ਵਿੱਚ ਇਸ ਸਵਾਲ ਦੇ ਜਵਾਬ ਵਜੋਂ ਮੁੱਖ ਕਲਰਕ ਦੇ ਲਿਸ਼ਕਦੇ ਪਾਲਿਸ਼ ਕੀਤੇ ਬੂਟਾਂ ਦੇ ਵੱਧੇ ਕਦਮਾਂ ਦੀ ਖੜਕਦੀ ਆਵਾਜ਼ ਨਾਲ ਦੇ ਕਮਰੇ 'ਚੋਂ ਸੁਣੀ ਜਾ ਸਕਦੀ ਸੀ। ਆਪਣੇ ਸੱਜੇ ਪਾਸੇ ਦੇ ਕਮਰੇ ਵਿੱਚੋਂ ਗ੍ਰੇਗੋਰ ਦੀ ਭੈਣ ਫੁਸਫੁਸਾਈ ਤਾਂ ਕਿ ਉਹਨੂੰ ਪਤਾ ਲੱਗ ਜਾਏ, ਗ੍ਰੇਗੋਰ ਮੁੱਖ ਕਲਰਕ ਆ ਗਿਆ। ਗ੍ਰੇਗੋਰ ਨੇ ਉੱਚੀ ਬੋਲਣ ਤੋਂ ਗੁਰੇਜ਼ ਕਰਦੇ ਹੋਏ ਤਾਂ ਜੋ ਉਹਦੀ ਆਵਾਜ਼ ਸਿਰਫ ਉਹਦੀ ਭੈਣ ਨੂੰ ਸੁਣੇ ਕਿਹਾ, ਹਾਂ ਮੈਨੂੰ ਪਤਾ ਹੈ। ਉਸਦੇ ਖੱਬੇ ਕਮਰੇ ਵਿੱਚੋਂ ਉਹਦੇ ਪਿਓ ਨੇ ਆਵਾਜ਼ ਦਿੱਤੀ, ਗ੍ਰੇਗੋਰ ਮੁੱਖ ਕਲਰਕ ਆਇਆ ਅਤੇ ਜਾਣਨਾ ਚਾਹੁੰਦਾ ਹੈ ਕਿ ਤੂੰ ਸਵੇਰੇ ਜਲਦੀ ਵਾਲੀ ਗੱਡੀ ਕਿਉਂ ਨਹੀਂ ਫੜੀ, ਸਾਨੂੰ ਕੋਈ ਪਤਾ ਹੈ ਕਿ ਉਹਨੇ ਕੀ ਕਹਿਣਾ ਅਤੇ ਨਾਲੇ ਉਹ ਤੇਰੇ ਨਾਲ ਆਪ ਗੱਲ ਕਰਨੀ ਚਾਹੁੰਦਾ, ਇਸ ਲਈ ਕਿਰਪਾ ਕਰਕੇ ਦਰਵਾਜ਼ਾ ਖੋਲ੍ਹ ਦੇ, ਮੈਨੂੰ ਭਰੋਸਾ ਹੈ ਕਿ ਉਹ ਤੇਰੇ ਖਿੰਡੇ ਪੁੰਡੇ ਕਮਰੇ ਲਈ ਤੈਨੂੰ ਬਖਸ਼ ਦੇਵੇਗਾ। ਫਿਰ ਮੁੱਖ ਕਲਰਕ ਬੋਲਿਆ, ਗੁੱਡ ਮਾਰਨਿੰਗ ਮਿਸਟਰ ਸਾਮਸਾ, ਉਹ ਠੀਕ ਨਹੀਂ, ਉਹਦੀ ਮਾਂ ਬੋਲੀ ਜਦਕਿ ਉਹਦਾ ਪਿਓ ਦਰਵਾਜ਼ੇ ਵਿੱਚੋਂ ਲਗਾਤਾਰ ਬੋਲੀ ਜਾ ਰਿਹਾ, ਉਹ ਠੀਕ ਨਹੀਂ ਹੈ, ਮੇਰਾ ਵਿਸ਼ਵਾਸ ਕਰੋ। ਗ੍ਰੇਗੋਰ ਨੂੰ ਭਲਾਂ ਗੱਡੀ ਛੱਡਣ ਦੀ ਕੀ ਲੋੜ ਸੀ, ਮਾਲਕ ਤਾਂ ਸਿਰਫ ਆਪਣੇ ਕਾਰੋਬਾਰ ਬਾਰੇ ਹੀ ਸੋਚਦਾ, ਮੈਨੂੰ ਤਾਂ ਕਦੇ ਨਹੀਂ ਲੱਗਿਆ ਕਿ ਉਹ ਬਾਹਰ ਜਾਂਦਾ ਹੋਏਗਾ, ਉਹ ਪਿਛਲੇ ਹਫ਼ਤੇ ਤੋਂ ਸ਼ਹਿਰ 'ਚ ਹੀ ਸੀ ਅਤੇ ਸ਼ਾਮੀ ਰੋਜ਼ ਘਰੇ ਹੀ ਹੁੰਦਾ ਸੀ, ਉਹ ਸਾਡੇ ਨਾਲ ਰਸੋਈ 'ਚ ਬੈਠ ਜਾਂਦਾ ਸੀ ਅਤੇ ਗੱਡੀਆਂ ਦਾ ਟਾਈਮ ਟੇਬਲ ਹੀ ਵੇਖਦਾ ਰਹਿੰਦਾ ਸੀ, ਉਹਦੇ ਛੁੱਟੀ ਲੈਣ ਦਾ ਮਤਲਬ ਵੀ ਉਹਦੇ ਆਰੀ ਨਾਲ ਕੰਮ ਕਰਨ ਤੋਂ ਹੈ। ਉਹਨੇ ਇੱਕ ਛੋਟਾ ਜਿਹਾ ਫਰੇਮ ਥੋੜ੍ਹੇ ਜਿਹੇ ਸਮੇਂ 'ਚ ਬਣਾਇਆ ਅਤੇ ਉਹਨੇ ਇਸ ਕੰਮ ਲਈ ਸਿਰਫ 2-3 ਸ਼ਾਮਾਂ ਹੀ ਲੱਗੀਆਂ ਸਨ। ਤੁਹਾਨੂੰ ਇਹਨੂੰ ਵੇਖ ਕੇ ਹੈਰਾਨੀ ਹੋਏਗੀ ਕਿ ਕਿੰਨਾ ਵਧੀਆ ਬਣਿਆ ਹੈ ਅਤੇ ਉਹਦੇ ਕਮਰੇ 'ਚ ਟੰਗਿਆ ਹੋਇਆ ਹੈ, ਜਦੋਂ ਵੀ ਗ੍ਰੇਗੋਰ ਦਰਵਾਜ਼ਾ ਖੋਲ੍ਹੇਗਾ ਤਾਂ ਤੁਸੀਂ ਉਹਨੂੰ ਵੇਖ ਲੈਣਾ। ਚਲੋ ਮੈਨੂੰ ਤਾਂ ਖੁਸ਼ੀ ਹੈ ਕਿ ਤੁਸੀਂ ਇੱਥੇ ਆਏ, ਨਹੀਂ ਸਾਡੇ ਵਿੱਚ ਤਾਂ ਗ੍ਰੇਗੋਰ ਤੋਂ ਦਰਵਾਜ਼ਾ ਖੁੱਲ੍ਹਵਾਉਣ ਦੀ ਤਾਕਤ ਹੀ ਨਹੀਂ ਸੀ, ਬੜਾ ਜ਼ਿੱਦੀ ਹੈ ਉਹ ਅਤੇ ਮੈਨੂੰ ਯਕੀਨ ਹੈ ਕਿ ਉਹ ਠੀਕ ਨਹੀਂ, ਬੇਸ਼ੱਕ ਕਹਿੰਦਾ ਤਾਂ ਸੀ ਕਿ ਉਹ ਠੀਕ ਹੈ ਪਰ ਹੈ ਨਹੀਂ, ਮੈਂ ਹੁਣੇ ਆਇਆ, ਗ੍ਰੇਗੋਰ ਨੇ ਬਿਨਾਂ ਹਿੱਲੇ ਹੌਲੀ ਜਿਹੀ ਸੋਚ ਕੇ ਕਿਹਾ ਤਾਂ ਕਿ ਉਹਨੂੰ ਗੱਲਬਾਤ ਵਿੱਚੋਂ ਕੁਝ ਸੁਣਨੋਂ ਨਾ ਰਹਿ ਜਾਏ। ਅੱਛਾ ਮਿਸਟਰ ਸਾਮਸਾ, ਮੈਨੂੰ ਲੱਗਦਾ ਹੈ ਕਿ ਐਡੀ ਕੋਈ ਗੱਲ ਨਹੀਂ ਕਿ ਮੈਨੂੰ ਕਿਸੇ ਹੋਰ ਤਰ੍ਹਾਂ ਦੀ ਸਫਾਈ ਦੇਣ ਦੀ ਲੋੜ ਹੋਵੇ, ਪਰ ਦੂਜੇ ਪਾਸੇ ਮੈਨੂੰ ਇਹ ਕਹਿਣਾ ਪਏਗਾ ਕਿ ਜੇ ਅਸੀਂ ਵਪਾਰੀ ਲੋਕ ਕਿਤੇ ਢਿੱਲੇ ਮੱਠੇ ਹੋ ਜਾਈਏ ਕਿਸਮਤ ਜਾਂ ਬਦਕਿਸਮਤੀ ਨਾਲ ਜਿਵੇਂ ਤੂੰ ਹੋਇਆ ਤਾਂ ਸਾਨੂੰ ਕੰਮ ਕਾਰ ਦੀ ਖਾਤਰ ਠੀਕ ਹੀ ਹੋਣਾ ਪੈਣਾ। ਉਹਦੇ ਪਿਤਾ ਨੇ ਦਰਵਾਜ਼ਾ ਖੜਕਾ ਕੇ ਕਾਹਲੀ 'ਚ ਪੁੱਛਿਆ, ਕੀ ਹੁਣ ਮੁੱਖ ਕਲਰਕ ਤੈਨੂੰ ਵੇਖਣ ਲਈ ਅੰਦਰ ਆ ਸਕਦਾ? ਨਹੀਂ, ਗ੍ਰੇਗੋਰ ਨੇ ਕਿਹਾ। ਉਹਦੇ ਸੱਜੇ ਹੱਥ ਕਮਰੇ 'ਚ ਸੋਗਮਈ ਚੁੱਪ ਪਸਰ ਗਈ ਅਤੇ ਖੱਬੇ ਹੱਥ ਕਮਰੇ 'ਚ ਭੈਣ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹਦੀ ਭੈਣ ਕਿਉਂ ਨਹੀਂ ਗਈ ਅਤੇ ਉਹਨਾਂ ਨੂੰ ਕਿਉਂ ਨਹੀਂ ਮਿਲੀ? ਸ਼ਾਇਦ ਉਹ ਹੁਣੇ ਉੱਠੀ ਹੋਏਗੀ ਅਤੇ ਅਜੇ ਤਿਆਰ ਨਹੀਂ ਹੋਈ ਹੋਏਗੀ, ਪਰ ਉਹ ਰੋ ਕਿਉਂ ਰਹੀ ਸੀ? ਸ਼ਾਇਦ ਇਸ ਲਈ ਕਿ ਗ੍ਰੇਗੋਰ ਉੱਠਿਆ ਨਹੀਂ ਸੀ, ਜਿਸ ਕਰਕੇ ਮੁੱਖ ਕਲਰਕ ਨੂੰ ਵੀ ਅੰਦਰ ਨਹੀਂ ਸੀ ਆਉਣ ਦਿੱਤਾ, ਕਿਉਂਕਿ ਉਹਦੀ ਨੌਕਰੀ ਜਾਣ ਦਾ ਖਤਰਾ ਸੀ ਅਤੇ ਜੇ ਇੱਦਾਂ ਹੋ ਜਾਂਦਾ ਤਾਂ ਉਹਦੇ ਮਾਲਕ ਨੇ ਇੱਕ ਵਾਰ ਫਿਰ ਉਹਦੇ ਮਾਪਿਆਂ ਤੋਂ ਪਹਿਲਾਂ ਦੀ ਤਰ੍ਹਾਂ ਕਰਜ਼ਾ ਵਾਪਸ ਮੰਗਣ 'ਤੇ ਪਿੱਛੇ ਪੈ ਜਾਣਾ ਸੀ, ਹਾਲਾਂਕਿ ਅਜਿਹੀਆਂ ਗੱਲਾਂ ਬਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਗ੍ਰੇਗੋਰ ਅਜੇ ਉੱਥੇ ਹੀ ਸੀ ਅਤੇ ਉਹਦਾ ਆਪਣੇ ਪਰਿਵਾਰ ਨੂੰ ਛੱਡਣ ਦਾ ਭੋਰਾ ਵੀ ਇਰਾਦਾ ਨਹੀਂ ਸੀ। ਫਿਲਹਾਲ ਉਹ ਗਲੀਚੇ 'ਤੇ ਪਿਆ ਸੀ ਅਤੇ ਕੋਈ ਵੀ ਅਜਿਹਾ ਨਹੀਂ ਸੀ ਜੋ ਉਹਦੀ ਹਾਲਤ ਬਾਰੇ ਜਾਣਦਾ ਹੋਵੇ ਅਤੇ ਸੋਚ ਸਮਝ ਕੇ ਮੁੱਖ ਕਲਰਕ ਨੂੰ ਅੰਦਰ ਆਉਣ ਦੇਵੇ।
ਇੱਕ ਮਾਮੂਲੀ ਜਿਹੀ ਗੁਸਤਾਖੀ ਸੀ। ਇਹਦੇ ਲਈ ਬਾਅਦ ਵਿੱਚ ਕੋਈ ਵੀ ਬਹਾਨਾ ਲੱਭਿਆ ਜਾ ਸਕਦਾ ਸੀ। ਇਹੋ ਜਿਹੀ ਗੱਲ ਵੀ ਨਹੀਂ ਸੀ ਕਿ ਗ੍ਰੇਗੋਰ ਨੂੰ ਮੌਕੇ 'ਤੇ ਹੀ ਝਿੜਕਿਆ ਜਾਵੇ, ਬਲਕਿ ਰੋਣ ਦੀ ਜਗ੍ਹਾ ਉਹਨੂੰ ਸ਼ਾਂਤ ਛੱਡ ਦਿੱਤਾ ਜਾਵੇ, ਜੋ ਕਿ ਜ਼ਿਆਦਾ ਬਿਹਤਰ ਵੀ ਸੀ। ਪਰ ਬਾਕੀਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਕੀ ਹੋ ਰਿਹਾ, ਉਹ ਚਿੰਤਤ ਸਨ। ਹੁਣ ਮੁੱਖ ਕਲਰਕ ਗੜਕਿਆ, ਮਿਸਟਰ ਸਾਮਸਾ ਕੀ ਚੱਕਰ ਹੈ? ਤੂੰ ਆਪਣੇ ਆਪ ਨੂੰ ਕਮਰੇ 'ਚ ਬੰਦੀ ਬਣਾ ਰੱਖਿਆ, ਮੈਨੂੰ ਹਾਂ ਜਾਂ ਨਾ 'ਚ ਜਵਾਬ ਦੇ। ਤੂੰ ਆਪਣੇ ਮਾਪਿਆਂ ਲਈ ਗੰਭੀਰ ਅਤੇ ਬੇਲੋੜੀ ਚਿੰਤਾ ਦਾ ਕਾਰਨ ਬਣ ਰਿਹਾ ਅਤੇ ਤੂੰ ਅਸਫਲ ਹੈ, ਅਤੇ ਮੈਂ ਸਿਰਫ ਗੱਲ ਹੀ ਕਰ ਰਿਹਾ। ਤੂੰ ਆਪਣੇ ਕਾਰੋਬਾਰ ਦੀ ਡਿਊਟੀ ਤੋਂ ਉਸ ਤਰੀਕੇ ਨਾਲ ਅਸਫਲ ਹੈ ਜਿਹੜਾ ਕਦੇ ਸੁਣਿਆ ਹੀ ਨਹੀਂ। ਮੈਂ ਤੇਰੇ ਮਾਪਿਆਂ ਅਤੇ ਤੇਰੇ ਮਾਲਕ ਵੱਲੋਂ ਕਹਿ ਰਿਹਾ ਅਤੇ ਤੈਨੂੰ ਸੱਚਮੁੱਚ ਹੀ ਸਪੱਸ਼ਟ ਅਤੇ ਤੁਰੰਤ ਸਫਾਈ ਦੇਣ ਦੀ ਬੇਨਤੀ ਕਰਨੀ ਚਾਹੀਦੀ ਹੈ। ਮੈਂ ਹੈਰਾਨ ਹਾਂ, ਬਹੁਤ ਹੈਰਾਨ ਹਾਂ। ਮੈਂ ਤੈਨੂੰ ਇੱਕ ਸ਼ਾਂਤ ਅਤੇ ਸਮਝਦਾਰ ਬੰਦਾ ਸਮਝਦਾ ਸੀ ਅਤੇ ਤੂੰ ਹੁਣ ਖੇਖਣ ਕਰਦੀਆਂ ਅੜਬਾਈਆਂ ਵਿਖਾ ਰਿਹਾ। ਅੱਜ ਸਵੇਰੇ ਤੇਰੇ ਮਾਲਕ ਨੇ ਤੇਰੀ ਅਸਫਲਤਾ ਕਾਰਨ ਤੈਨੂੰ ਬੁਲਾਉਣ ਦਾ ਤਰੀਕਾ ਸੁਝਾਇਆ ਸੀ, ਅਤੇ ਇਹ ਵੀ ਸੱਚ ਹੈ ਕਿ ਇਹ ਸਭ ਕੁਝ ਉਸ ਪੈਸੇ ਨਾਲ ਕਰਨਾ ਸੀ ਜੋ ਹਾਲ ਹੀ ਵਿੱਚ ਤੈਨੂੰ ਸੌਂਪੇ ਗਏ ਸਨ। ਪਰ ਮੈਂ ਉਹਨੂੰ ਪਿਆਰ ਅਤੇ ਸਤਿਕਾਰ ਨਾਲ ਨੇੜੇ ਜਾ ਕੇ ਕਿਹਾ ਕਿ ਇੱਦਾਂ ਦਾ ਸਪੱਸ਼ਟੀਕਰਨ ਠੀਕ ਨਹੀਂ ਹੋ ਸਕਦਾ, ਪਰ ਹੁਣ ਤੇਰੀ ਨਜਾਇਜ਼ ਜਿੱਦ ਵੇਖ ਕੇ ਮੈਨੂੰ ਤੇਰੀ ਤਰਫੋਂ ਕੋਈ ਪੱਖ ਪੇਸ਼ ਕਰਨ ਦੀ ਲੋੜ ਨਹੀਂ, ਅਤੇ ਨਾ ਹੀ ਮੈਨੂੰ ਤੇਰੀ ਸਥਿਤੀ ਸੁਰੱਖਿਅਤ ਲੱਗਦੀ ਹੈ। ਪਹਿਲਾਂ ਤਾਂ ਮੇਰਾ ਇਰਾਦਾ ਤੈਨੂੰ ਆਪ ਮਿਲ ਕੇ ਗੱਲ ਕਰਨ ਦਾ ਸੀ, ਪਰ ਹੁਣ ਤੂੰ ਬਿਨਾਂ ਕਿਸੇ ਸਹੀ ਕਾਰਨ ਦੇ ਇੱਥੇ ਮੇਰਾ ਸਮਾਂ ਬਰਬਾਦੀ ਦਾ ਕਾਰਨ ਬਣ ਰਿਹਾ। ਮੈਨੂੰ ਨਹੀਂ ਲੱਗਦਾ ਕਿ ਤੇਰੇ ਮਾਪਿਆਂ ਨੂੰ ਇਹ ਤੋਂ ਕੁਝ ਸਿੱਖਿਆ ਨਾ ਮਿਲੀ ਹੋਏ। ਤੇਰੀ ਟਰਨਓਵਰ ਪਿਛਲੇ ਲੰਮੇ ਸਮੇਂ ਤੋਂ ਅਸੰਤੁਸ਼ਟੀ ਵਾਲੀ ਹੈ, ਅਸੀਂ ਜਾਣਦੇ ਹਾਂ, ਅਤੇ ਤੈਨੂੰ ਵੀ ਦੱਸ ਰਹੇ ਹਾਂ ਕਿ ਸਾਲ ਦਾ ਇਹ ਸਮਾਂ ਖਾਸ ਕਰ ਕਾਰੋਬਾਰ ਲਈ ਚੰਗਾ ਨਹੀਂ, ਪਰ ਸਾਲ ਦਾ ਕੋਈ ਵੀ ਸਮਾਂ ਕਿਸੇ ਵੀ ਕੰਮ ਕਾਰ ਲਈ ਚੰਗਾ ਨਹੀਂ ਹੁੰਦਾ। ਮਿਸਟਰ ਸਾਮਸਾ, ਅਸੀਂ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਪਰ ਸਰ, ਉਤਸੁਕਤਾ ਵਜੋਂ ਆਪਣੇ ਆਪ ਨੂੰ ਅਤੇ ਹੋਰ ਸਾਰਾ ਕੁਝ ਭੁੱਲ ਕੇ ਗ੍ਰੇਗੋਰ ਬੋਲਿਆ, ਮੈਂ ਹੁਣੇ ਖੋਲ੍ਹਦਾ, ਥੋੜ੍ਹਾ ਚਿਰ ਖਲੋ ਜਾਓ। ਮੈਂ ਥੋੜ੍ਹਾ ਠੀਕ ਨਹੀਂ, ਸੁਸਤੀ ਪਈ ਹੋਈ ਹੈ, ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ, ਮੈਂ ਅਜੇ ਵੀ ਬਿਸਤਰੇ 'ਤੇ ਹੀ ਹਾਂ। ਮੈਂ ਹੁਣੇ ਥੋੜ੍ਹਾ ਤਰੋ ਤਾਜ਼ਾ ਹੋਇਆ, ਮੈਂ ਬਸ ਬਿਸਤਰੇ ਤੋਂ ਉੱਠ ਹੀ ਰਿਹਾ। ਸਿਰਫ ਥੋੜ੍ਹਾ ਜਿਹਾ ਖਲੋ ਜਾਓ, ਸਬਰ ਕਰੋ। ਇਹ ਇੰਨਾ ਸੌਖਾ ਵੀ ਨਹੀਂ ਸੀ ਜਿੰਨਾ ਕਿ ਮੈਂ ਸੋਚਿਆ ਸੀ, ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਚਾਨਕ ਕਿਸੇ ਬੰਦੇ ਨੂੰ ਕੀ ਹੋ ਸਕਦਾ। ਮੈਂ ਕੱਲ੍ਹ ਰਾਤ ਤੱਕ ਬਿਲਕੁਲ ਠੀਕ ਠਾਕ ਸੀ, ਮੇਰੇ ਮਾਪਿਆਂ ਨੂੰ ਵੀ ਪਤਾ, ਸ਼ਾਇਦ ਮੇਰੇ ਤੋਂ ਵੀ ਵੱਧ। ਰਾਤੀ ਮੈਨੂੰ ਇਹਦੇ ਕੁਝ ਲੱਛਣ ਲੱਗੇ ਸੀ, ਇਹਨਾਂ ਨੇ ਵੀ ਵੇਖਿਆ ਹੋਏਗਾ। ਮੈਨੂੰ ਯਾਦ ਹੀ ਨਹੀਂ ਕਿ ਮੈਂ ਤੁਹਾਨੂੰ ਕੰਮ 'ਤੇ ਜਾਣ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ, ਪਰ ਤੁਸੀਂ ਹਮੇਸ਼ਾ ਸੋਚਦੇ ਹੋ ਕਿ ਤੁਸੀਂ ਘਰ ਰਹਿਣ ਤੋਂ ਬਿਨਾਂ ਹੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਕਿਰਪਾ ਕਰਕੇ ਮੇਰੇ ਮਾਪਿਆਂ ਨੂੰ ਦੁਖੀ ਨਾ ਕਰੋ, ਤੁਹਾਡੇ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ। ਕਿਸੇ ਨੇ ਕਦੇ ਵੀ ਇਹਨਾਂ ਗੱਲਾਂ ਬਾਰੇ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ। ਹੋ ਸਕਦਾ ਤੁਸੀਂ ਮੇਰੇ ਨਵੇਂ ਕੰਟਰੈਕਟ ਨਾ ਪੜ੍ਹੇ ਹੋਣ ਜੋ ਮੈਂ ਭੇਜੇ ਸੀ। ਮੈਂ 8 ਵਜੇ ਵਾਲੀ ਗੱਡੀ 'ਤੇ ਚਲਾ ਜਾਵਾਂਗਾ, ਨਾਲੇ ਇਹ ਥੋੜ੍ਹੇ ਜਿਹੇ ਘੰਟਿਆਂ ਨੇ ਮੈਨੂੰ ਤਾਕਤ ਦਿੱਤੀ ਹੈ, ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪਏਗਾ। ਸਰ, ਮੈਂ ਤੁਹਾਡੇ ਪਹੁੰਚਣ ਤੋਂ ਜਲਦੀ ਬਾਅਦ ਹੀ ਦਫ਼ਤਰ ਪਹੁੰਚ ਜਾਵਾਂਗਾ, ਅਤੇ ਕਿਰਪਾ ਕਰਕੇ ਬੌਸ ਨੂੰ ਕੁਝ ਚੰਗੀਆਂ ਗੱਲਾਂ ਕਰਕੇ ਮੇਰੀ ਸਿਫਾਰਿਸ਼ ਕਰ ਦਿਓ। ਅਤੇ ਜਦੋਂ ਗ੍ਰੇਗੋਰ ਇਹ ਸ਼ਬਦ ਬੋਲ ਹਟਿਆ ਤਾਂ ਉਹਨੂੰ ਖੁਦ ਇਸ ਗੱਲ ਦੀ ਸਮਝ ਨਾ ਆਈ ਕਿ ਉਹ ਕੀ ਕਹਿ ਰਿਹਾ ਸੀ। ਫਿਰ ਉਹਨੇ ਅਲਮਾਰੀ ਦੇ ਉੱਪਰ ਦੀ ਆਪਣਾ ਰਸਤਾ ਬਣਾ ਲਿਆ। ਬਿਸਤਰੇ 'ਚ ਪਏ ਪਏ ਇਹਦਾ ਅਭਿਆਸ ਹੋਣ ਕਾਰਨ ਇਹ ਕੰਮ ਸੌਖੇ ਹੀ ਹੋ ਗਿਆ। ਹੁਣ ਉਹਨੇ ਸਿੱਧਾ ਹੋਣ ਦੀ ਕੋਸ਼ਿਸ਼ ਕੀਤੀ। ਅਸਲ ਵਿੱਚ ਉਹ ਦਰਵਾਜ਼ਾ ਖੋਲ੍ਹਣਾ ਚਾਹੁੰਦਾ ਸੀ, ਉਹ ਸੱਚਮੁੱਚ ਚਾਹੁੰਦਾ ਸੀ ਕਿ ਉਹ ਉਹਨੂੰ ਵੇਖ ਲੈਣ, ਅਤੇ ਮੁੱਖ ਕਲਰਕ ਨਾਲ ਵੀ ਗੱਲ ਕਰਨੀ ਚਾਹੁੰਦਾ ਸੀ, ਕਿਉਂਕਿ ਬਾਕੀ ਸਾਰੇ ਜ਼ਿੱਦ ਕਰ ਰਹੇ ਸਨ, ਅਤੇ ਉਹਨੂੰ ਇਸ ਗੱਲ ਦੀ ਵੀ ਉਤਸੁਕਤਾ ਸੀ ਕਿ ਜਦੋਂ ਉਹਨਾਂ ਦੀ ਨਜ਼ਰ ਉਸ 'ਤੇ ਪਏਗੀ ਤਾਂ ਉਹਨੂੰ ਕੀ ਕਹਿਣਗੇ। ਜੇ ਉਹਨਾਂ ਨੂੰ ਝਟਕਾ ਲੱਗਿਆ ਤਾਂ ਫਿਰ ਗ੍ਰੇਗੋਰ ਦੀ ਕੋਈ ਜ਼ਿੰਮੇਵਾਰੀ ਨਹੀਂ ਰਹੇਗੀ ਅਤੇ ਉਹ ਆਰਾਮ ਕਰ ਸਕੇਗਾ। ਜੇ ਕਿਤੇ ਸਭ ਕੁਝ ਸ਼ਾਂਤੀਪੂਰਵਕ ਹੋਇਆ ਤਾਂ ਵੀ ਉਹਨੂੰ ਪਰੇਸ਼ਾਨੀ ਹੋਣ ਦੀ ਕੋਈ ਲੋੜ ਨਹੀਂ, ਅਤੇ ਜੇ ਉਹਨੇ ਫੁਰਤੀ ਵਰਤੀ ਤਾਂ ਉਹ ਸੱਚੀ ਹੀ 8 ਵਜੇ ਸਟੇਸ਼ਨ 'ਤੇ ਪੁੱਜ ਜਾਏਗਾ। ਪਹਿਲਾਂ ਕਈ ਵਾਰ ਉਹਨੇ ਅਲਮਾਰੀ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਹ ਫਿਰ ਹੇਠਾਂ ਤਿਲਕ ਗਿਆ। ਫਿਰ ਉਹਨੇ ਆਪਣੇ ਆਪ ਨੂੰ ਇੱਕ ਆਖਰੀ ਹਲੂਣਾ ਦਿੱਤਾ ਅਤੇ ਸਿੱਧਾ ਖਲੋ ਗਿਆ। ਉਹਦੇ ਹੇਠਲੇ ਪਾਸੇ ਬਹੁਤ ਦਰਦ ਹੋ ਰਿਹਾ ਸੀ, ਪਰ ਉਹਨੇ ਇਸ ਵੱਲ ਧਿਆਨ ਨਾ ਦਿੱਤਾ। ਫਿਰ ਉਹਨੇ ਨਾਲ ਪਈ ਕੁਰਸੀ ਦੀ ਢੋਅ 'ਤੇ ਹੱਥ ਪਾ ਲਿਆ ਅਤੇ ਉਹਦੇ ਸਿਰਿਆਂ ਨੂੰ ਆਪਣੀਆਂ ਛੋਟੀਆਂ ਛੋਟੀਆਂ ਲੱਤਾਂ ਨਾਲ ਕੱਸ ਕੇ ਫੜ ਲਿਆ। ਹੁਣ ਤੱਕ ਉਹ ਸ਼ਾਂਤ ਹੋ ਗਿਆ ਸੀ ਤਾਂ ਜੋ ਸੁਣ ਸਕੇ ਕਿ ਮੁੱਖ ਕਲਰਕ ਕੀ ਕਹਿ ਰਿਹਾ। ਕੀ ਤੁਹਾਨੂੰ ਉਸ 'ਤੇ ਕਿਸੇ ਸ਼ਬਦ ਦੀ ਸਮਝ ਆਈ? ਮੁੱਖ ਕਲਰਕ ਨੇ ਉਹਦੇ ਮਾਪਿਆਂ ਤੋਂ ਪੁੱਛਿਆ। ਤੁਹਾਨੂੰ ਯਕੀਨ ਹੈ ਕਿ ਉਹ ਸਾਨੂੰ ਮੂਰਖ ਨਹੀਂ ਬਣਾ ਰਿਹਾ? ਹਾਏ ਰੱਬਾ, ਉਹਦੀ ਮਾਂ ਬੋਲੀ, ਜਿਹਦੇ ਪਹਿਲਾਂ ਹੀ ਹੰਝੂ ਵਗ ਰਹੇ ਸਨ। ਉਹ ਚੋਖਾ ਬਿਮਾਰ ਹੋ ਸਕਦਾ ਹੈ ਅਤੇ ਅਸੀਂ ਉਹਨੂੰ ਤੰਗ ਕਰ ਰਹੇ ਹਾਂ। ਗ੍ਰੇਗ, ਗ੍ਰੇਗ, ਉਹ ਫਿਰ ਰੋਣ ਲੱਗੀ।
ਮਾਂ, ਉਹਦੀ ਭੈਣ ਦੂਜੇ ਪਾਸਿਓਂ ਬੋਲੀ। ਉਹ ਗ੍ਰੇਗੋਰ ਦੇ ਕਮਰੇ ਦੇ ਆਰ ਪਾਰ ਬੋਲ ਰਹੇ ਸਨ। ਤੁਹਾਨੂੰ ਸਿੱਧਾ ਡਾਕਟਰ ਕੋਲ ਜਾਣਾ ਪਏਗਾ, ਗ੍ਰੇਗੋਰ ਬਿਮਾਰ ਹੈ, ਜਲਦੀ ਕਰੋ। ਡਾਕਟਰ ਨੂੰ ਬੁਲਾਓ, ਤੁਸੀਂ ਸੁਣਿਆ ਹੁਣੇ ਗ੍ਰੇਗੋਰ ਕਿਵੇਂ ਬੋਲ ਰਿਹਾ ਸੀ? ਉਹ ਕਿਸੇ ਜਾਨਵਰ ਦੀ ਆਵਾਜ਼ ਸੀ। ਮੁੱਖ ਕਲਰਕ ਸ਼ਾਂਤੀਪੂਰਵਕ ਬੋਲਿਆ, ਜੋ ਕਿ ਉਹਦੀ ਮਾਂ ਦੀਆਂ ਚੀਸਾਂ ਦੇ ਬਿਲਕੁਲ ਉਲਟ ਸੀ। ਇੰਨਾ ਉਹਦੇ ਪਿਤਾ ਨੇ ਪ੍ਰਵੇਸ਼ ਦਰਵਾਜ਼ੇ ਵਿੱਚ ਰਸੋਈ ਵਿੱਚ ਤਾੜੀ ਮਾਰਦਿਆਂ ਆਵਾਜ਼ ਮਾਰੀ, ਹੁਣ ਇੱਕ ਸਿਕਲੀ ਗਰਵੀ ਲੈ ਆਓ। ਅਤੇ ਉਸੇ ਵੇਲੇ ਦੋ ਕੁੜੀਆਂ ਆਪਣੀਆਂ ਸਕਰਟਾਂ ਲਹਿਰਾਉਂਦੀਆਂ ਝੱਟ ਹਾਲ 'ਚ ਭੱਜੀਆਂ ਅਤੇ ਮੋਹਰਲੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਤੁਰ ਗਈਆਂ। ਗ੍ਰੇਗੋਰ ਨੇ ਸੋਚਿਆ ਕਿ ਉਹਦੀ ਭੈਣ ਐਡੀ ਜਲਦੀ ਤਿਆਰ ਕਿਵੇਂ ਹੋ ਗਈ, ਜਦਕਿ ਦੁਬਾਰਾ ਦਰਵਾਜ਼ਾ ਭਿੜ ਕੇ ਬੰਦ ਹੋਣ ਦੀ ਆਵਾਜ਼ ਵੀ ਨਹੀਂ ਆਈ। ਉਹ ਜ਼ਰੂਰ ਖੁੱਲ੍ਹਾ ਛੱਡ ਗਈਆਂ ਹੋਈਆਂ ਨੇ। ਲੋਕ ਅਕਸਰ ਉਹਨਾਂ ਘਰਾਂ 'ਚ ਇੱਦਾਂ ਹੀ ਕਰਦੇ ਨੇ ਜਿੱਥੇ ਕੋਈ ਭਿਆਨਕ ਘਟਨਾ ਵਾਪਰਦੀ। ਇਹਦੇ ਉਲਟ ਗ੍ਰੇਗੋਰ ਹੋਰ ਸ਼ਾਂਤ ਹੋ ਗਿਆ। ਇਸ ਤਰ੍ਹਾਂ ਉਹਦੇ ਸ਼ਬਦਾਂ ਦੀ ਉਹਨਾਂ ਨੂੰ ਕੋਈ ਸਮਝ ਨਾ ਆਈ, ਬੇਸ਼ੱਕ ਉਹ ਸਾਰੇ ਉਹਨੂੰ ਸਾਫ਼ ਸਾਫ਼ ਦਿਖਾਈ ਦੇ ਰਹੇ ਸਨ, ਪਹਿਲਾਂ ਨਾਲੋਂ ਵੀ ਸਾਫ਼। ਸ਼ਾਇਦ ਉਹਦੇ ਕੰਨ ਆਵਾਜ਼ ਸੁਣਨ ਦੇ ਆਦੀ ਹੋ ਗਏ ਸਨ। ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਦੇ ਨਾਲ ਕੋਈ ਨਾ ਕੋਈ ਮਾੜੀ ਗੱਲ ਹੋਈ ਹੈ ਅਤੇ ਉਹ ਮਦਦ ਕਰਨ ਲਈ ਤਿਆਰ ਸਨ। ਉਹਦੀ ਹਾਲਤ ਨੂੰ ਨਜਿੱਠਣ ਦਾ ਪਹਿਲਾ ਤਰੀਕਾ ਵਿਸ਼ਵਾਸ ਅਤੇ ਸਮਝਦਾਰੀ ਸੀ, ਜਿਹਨੇ ਉਹਨੂੰ ਬਿਹਤਰ ਮਹਿਸੂਸ ਕਰਵਾਉਣਾ ਸੀ। ਉਹਨੂੰ ਮਹਿਸੂਸ ਹੋਇਆ ਕਿ ਉਹ ਫਿਰ ਵਾਪਸ ਲੋਕਾਂ 'ਚ ਆ ਗਿਆ ਅਤੇ ਡਾਕਟਰ ਅਤੇ ਸਿਕਲੀਗਰ ਤੋਂ ਉਹਨੂੰ ਬੇਹੱਦ ਜ਼ਿਆਦਾ ਅਤੇ ਹੈਰਾਨੀਜਨਕ ਉਮੀਦਾਂ ਸਨ। ਬੇਸ਼ੱਕ ਉਹ ਦੋਹਾਂ ਵਿੱਚੋਂ ਸੱਚੀ ਮੁੱਚੀ ਫਰਕ ਨਾ ਕਰ ਸਕਿਆ। ਅੱਗੇ ਜੋ ਵੀ ਕਿਹਾ ਜਾਏਗਾ ਉਹ ਮਹੱਤਵਪੂਰਨ ਹੋਏਗਾ, ਇਸ ਲਈ ਉਹਨੇ ਆਪਣੀ ਆਵਾਜ਼ ਨੂੰ ਜਿੰਨੀ ਕੁ ਵੀ ਹੋ ਸਕੇ ਸਾਫ਼ ਕਰਨ ਲਈ ਹੌਲੀ ਜਿਹੇ ਖੰਘੂਰਾ ਮਾਰਿਆ ਤਾਂ ਜੋ ਇਹ ਆਦਮੀ ਦੀ ਖੰਘ ਨਾਲੋਂ ਵੱਖਰੀ ਆਵਾਜ਼ ਨਾ ਲੱਗੇ। ਉਹਨੂੰ ਉਮੀਦ ਵੀ ਨਹੀਂ ਸੀ ਕਿ ਉਹ ਇਸ ਬਾਰੇ ਖੁਦ ਫੈਸਲਾ ਕਰ ਸਕਦਾ। ਇਸ ਦੌਰਾਨ ਨਾਲ ਦੇ ਕਮਰੇ 'ਚ ਚੁੱਪ ਪਸਰ ਗਈ। ਸ਼ਾਇਦ ਉਹਦੇ ਮਾਪੇ ਮੁੱਖ ਕਲਰਕ ਨਾਲ ਫੁੱਸਫੁਸਾਹਟ ਕਰਦਿਆਂ ਮੇਜ਼ ਦੁਆਲੇ ਬੈਠ ਗਏ ਸਨ, ਜਾਂ ਸ਼ਾਇਦ ਦਰਵਾਜ਼ੇ ਨਾਲ ਕੰਨ ਲਾਈ ਬੈਠੇ ਸਨ ਅਤੇ ਸੁਣ ਰਹੇ ਸਨ। ਗ੍ਰੇਗੋਰ ਨੇ ਹੌਲੀ ਜਿਹੀ ਕੁਰਸੀ ਨੂੰ ਦਰਵਾਜ਼ੇ ਵੱਲ ਧੱਕਾ ਦਿੱਤਾ। ਇੱਕ ਵਾਰ ਉੱਥੇ ਪਹੁੰਚ ਗਿਆ ਅਤੇ ਉਹਨੇ ਆਪਣੇ ਆਪ ਨੂੰ ਦਰਵਾਜ਼ੇ ਨਾਲ ਲਗਾ ਲਿਆ ਅਤੇ ਆਪਣੀ ਲੱਤਾਂ ਦੀ ਚਿਪ ਚਪਾਹਟ ਨਾਲ ਆਪਣੇ ਆਪ ਨੂੰ ਖੜ੍ਹਾ ਕਰ ਲਿਆ। ਉਹਨੇ ਇਸ ਕੰਮ ਤੋਂ ਅਤੇ ਲਾਏ ਜ਼ੋਰ ਤੋਂ ਸਾਹ ਲੈਣ ਲਈ ਥੋੜ੍ਹਾ ਆਰਾਮ ਕੀਤਾ, ਫਿਰ ਆਪਣੇ ਆਪ ਨੂੰ ਜਿੰਦਰਾ ਖੋਲ੍ਹਣ ਲਈ ਅਤੇ ਚਾਬੀ ਘੁਮਾਉਣ ਲਈ ਤਿਆਰ ਕਰ ਲਿਆ। ਬਦਕਿਸਮਤੀ ਨਾਲ ਉਹਨੂੰ ਲੱਗਿਆ ਕਿ ਉਹਦੇ ਦੰਦ ਹੀ ਨਹੀਂ ਹਨ, ਫਿਰ ਉਹ ਚਾਬੀ ਨੂੰ ਕਿਵੇਂ ਫੜੇ? ਪਰ ਬਿਨਾਂ ਦੰਦਾਂ ਤੋਂ ਵੀ ਉਹਦਾ ਜਬਾੜਾ ਬੜਾ ਮਜ਼ਬੂਤ ਸੀ ਅਤੇ ਸੱਚਮੁੱਚ ਚਾਬੀ ਘੁਮਾਉਣ ਦੇ ਯੋਗ ਸੀ। ਇਸ ਗੱਲ ਦੀ ਉਹਨੂੰ ਪਰਵਾਹ ਨਹੀਂ ਸੀ ਕਿ ਉਹਨੂੰ ਕੋਈ ਨਾ ਕੋਈ ਨੁਕਸਾਨ ਹੋ ਰਿਹਾ, ਕਿਉਂਕਿ ਉਹਦੇ ਮੂੰਹ 'ਚੋਂ ਭੂਰੇ ਰੰਗ ਦਾ ਤਰਲ ਨਿਕਲ ਰਿਹਾ ਸੀ ਜੋ ਚਾਬੀ 'ਤੇ ਖਿਲਰ ਗਿਆ ਅਤੇ ਫਰਸ਼ 'ਤੇ ਡਿੱਗਣ ਲੱਗ ਪਿਆ। ਸੁਣੋ, ਮੁੱਖ ਕਲਰਕ ਬੋਲਿਆ, ਉਹ ਚਾਬੀ ਘੁਮਾ ਰਿਹਾ। ਗ੍ਰੇਗੋਰ ਨੂੰ ਇਸ ਗੱਲ ਨਾਲ ਹੌਸਲਾ ਮਿਲਿਆ, ਪਰ ਉਹਨਾਂ ਸਾਰਿਆਂ ਨੂੰ ਅਤੇ ਮਾਂ ਪਿਓ ਅਤੇ ਪਿਓ ਨੂੰ ਵੀ ਕਹਿਣਾ ਚਾਹੀਦਾ ਸੀ, ਬਹੁਤ ਵਧੀਆ ਗ੍ਰੇਗੋਰ, ਉਹਨਾਂ ਨੂੰ ਬੋਲਣਾ ਚਾਹੀਦਾ ਸੀ, ਕਰੀ ਚੱਲ ਚੁੱਕਦੇ ਜਿੰਦਰਾ। ਅਤੇ ਇਹ ਸੋਚ ਕੇ ਕਿ ਸਾਰੇ ਉਸ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹ ਨਾਲ ਵੇਖ ਰਹੇ ਨੇ, ਉਹਨੇ ਪੂਰੇ ਜ਼ੋਰ ਨਾਲ ਚਾਬੀ ਨੂੰ ਮੂੰਹ 'ਚ ਫੜਿਆ ਅਤੇ ਇਸ ਤਰ੍ਹਾਂ ਉਹਨੂੰ ਜੋ ਪੀੜ ਹੋ ਰਹੀ ਸੀ ਉਹਨੇ ਉਹਦੀ ਕੋਈ ਪਰਵਾਹ ਨਾ ਕੀਤੀ। ਜਿਉਂ ਹੀ ਚਾਬੀ ਘੁੰਮੀ, ਉਹ ਵੀ ਜਿੰਦਰੇ ਦੁਆਲੇ ਘੁੰਮ ਗਿਆ ਅਤੇ ਚਾਬੀ ਨਾਲ ਲਟਕ ਕੇ ਅਤੇ ਮੂੰਹ ਉੱਤੇ ਵੱਲ ਨੂੰ ਕਰਕੇ ਸਿੱਧਾ ਖਲੋ ਗਿਆ ਅਤੇ ਉਹਨੇ ਆਪਣੇ ਸਰੀਰ ਦੇ ਭਾਰ ਨਾਲ ਚਾਬੀ ਨੂੰ ਹੇਠਾਂ ਵੱਲ ਧੱਕਿਆ। ਤਾਲਾ ਖੁੱਲ੍ਹਣ ਦੀ ਸਾਫ਼ ਆਵਾਜ਼ ਸੁਣ ਗ੍ਰੇਗੋਰ ਨੂੰ ਲੱਗਿਆ ਕਿ ਉਹਦਾ ਧਿਆਨ ਭਟਕ ਸਕਦਾ ਹੈ। ਜਦੋਂ ਉਹਦਾ ਸਾਹ ਮੁੜਿਆ ਤਾਂ ਉਹਨੇ ਆਪਣੇ ਆਪ ਨੂੰ ਕਿਹਾ ਕਿ ਹੁਣ ਮੈਨੂੰ ਸਿਕਲੀ ਗੀਰ ਦੀ ਕੋਈ ਲੋੜ ਨਹੀਂ। ਫਿਰ ਉਹਨੇ ਆਪਣਾ ਸਿਰ ਦਰਵਾਜ਼ੇ ਦੇ ਹੈਂਡਲ 'ਤੇ ਦਰਵਾਜ਼ੇ ਨੂੰ ਪੂਰਾ ਖੋਲ੍ਹਣ ਹੀ ਰੱਖ ਦਿੱਤਾ। ਹੁਣ ਦੋਹਾਂ ਦਰਵਾਜ਼ਿਆਂ ਦੀ ਜੋੜੀ ਵਿੱਚੋਂ ਇੱਕ ਨੂੰ ਆਪ ਦਰਵਾਜ਼ੇ ਦੁਆਲੇ ਘੁੰਮ ਕੇ ਖੋਲ੍ਹਣਾ ਪੈਣਾ ਸੀ ਅਤੇ ਇਹ ਕੰਮ ਉਹਨੂੰ ਬਹੁਤ ਧਿਆਨ ਨਾਲ ਕਰਨਾ ਪੈਣਾ ਸੀ, ਕਿਉਂ ਜੋ ਕਮਰੇ 'ਚ ਵੜਨ ਤੋਂ ਪਹਿਲਾਂ ਉਹ ਪਿੱਠ ਦੇ ਭਾਰ ਸਿੱਧਾ ਡਿੱਗਣਾ ਨਹੀਂ ਸੀ ਚਾਹੁੰਦਾ। ਉਹ ਅਜੇ ਵੀ ਕਿਸੇ ਵੱਲ ਧਿਆਨ ਦਿੱਤੇ ਬਿਨਾਂ ਆਪਣੇ ਔਖੇ ਕੰਮ 'ਚ ਲੱਗਿਆ ਹੋਇਆ ਸੀ, ਜਦੋਂ ਮੁੱਖ ਕਲਰਕ ਨੇ ਉੱਚੀ ਸਾਰੀ ਆਵਾਜ਼ ਮਾਰੀ, ਉਹ ਜਿਹੜੀ ਹਵਾ ਦੀ ਸਰਸਰਾਹਟ ਵਾਂਗੂ ਸੀ। ਹੁਣ ਉਹਨੇ ਵੀ ਉਹਨੂੰ ਵੇਖਿਆ, ਉਹ ਦਰਵਾਜ਼ੇ 'ਤੇ ਸਭ ਤੋਂ ਨੇੜੇ ਸੀ, ਉਹਦਾ ਹੱਥ ਉਹਦੇ ਮੂੰਹ 'ਤੇ ਸੀ ਅਤੇ ਹੌਲੀ ਹੌਲੀ ਪਿੱਛੇ ਜਾ ਰਿਹਾ ਸੀ, ਜਿਵੇਂ ਕੋਈ ਸਥਿਰ ਅਤੇ ਅਧਿਕ ਤਾਕਤ ਧੱਕ ਰਹੀ ਹੋਵੇ। ਉਹਦੀ ਮਾਂ ਜਿਹਦੇ ਵਾਲ ਚੀਫ ਕਲਰਕ ਦੇ ਉੱਥੇ ਹੋਣ ਦੇ ਬਾਵਜੂਦ ਬਿਸਤਰ ਤੋਂ ਉੱਠਣ ਵਾਂਗ ਖਿੰਡੇ ਹੋਏ ਸਨ, ਨੇ ਉਹਦੇ ਪਿਓ ਵੱਲ ਵੇਖਿਆ। ਉਹਨੇ ਆਪਣੀਆਂ ਬਾਹਾਂ ਖਿਲਾਰੀਆਂ ਅਤੇ ਦੋ ਕਦਮ ਗ੍ਰੇਗੋਰ ਵੱਲ ਗਈ ਅਤੇ ਆਪਣੀ ਸਕਰਟ, ਜੋ ਫਰਸ਼ 'ਤੇ ਬੈਠਦਿਆਂ ਖਿਲਰ ਕੇ ਫੈਲ ਗਈ ਸੀ, ਦੇ ਸਮੇਤ ਹੇਠਾਂ ਬੈਠ ਗਈ ਅਤੇ ਆਪਣਾ ਸਿਰ ਆਪਣੀ ਛਾਤੀ ਵੱਲ ਝੁਕਾ ਲਿਆ। ਉਹਨੂੰ ਆਪਣਾ ਪਿਓ ਵੈਰੀ ਲੱਗ ਰਿਹਾ ਸੀ, ਜਿਹਨੇ ਗੁੱਸੇ 'ਚ ਆਪਣੀਆਂ ਮੁੱਠੀਆਂ ਮੇਟ ਲਈਆਂ ਸਨ, ਜਿਵੇਂ ਕਿ ਗ੍ਰੇਗੋਰ ਨੂੰ ਘਸੁੰਨ ਮਾਰ ਕੇ ਵਾਪਸ ਕਮਰੇ 'ਚ ਵਾੜਨਾ ਹੋਵੇ।
ਫਿਰ ਉਹਨੇ ਅਚਾਨਕ ਕਮਰੇ ਵੱਲ ਵੇਖਿਆ ਅਤੇ ਆਪਣੇ ਹੱਥਾਂ ਨਾਲ ਅੱਖਾਂ ਢੱਕ ਲਈਆਂ ਅਤੇ ਇੰਝ ਹੋਇਆ ਕਿ ਉਹਦੀ ਹਿੱਕ ਵਿੱਚੋਂ ਧਾਰ ਨਿਕਲ ਗਈ। ਇਸ ਲਈ ਗ੍ਰੇਗੋਰ ਕਮਰੇ 'ਚ ਨਹੀਂ ਗਿਆ, ਸਗੋਂ ਦੂਜੇ ਦਰਵਾਜ਼ੇ ਜਿਹਦੀ ਕੁੰਡੀ ਅਜੇ ਲੱਗੀ ਹੋਈ ਸੀ ਦੇ ਨਾਲ ਲਿਪਟ ਗਿਆ। ਇਸ ਤਰ੍ਹਾਂ ਉਹਦਾ ਅੱਧਾ ਸਰੀਰ ਹੀ ਸਿਰ ਸਮੇਤ ਬਾਹਰ ਦਿਖਦਾ ਸੀ ਅਤੇ ਜਿਹਦੇ ਨਾਲ ਉਹ ਹੋਰਾਂ ਵੱਲ ਝਾਕ ਸਕਦਾ ਸੀ। ਇੰਨੇ ਨੂੰ ਦਿਨ ਹੋਰ ਸਾਫ਼ ਹੋ ਗਿਆ ਸੀ। ਕਾਲੇ ਸਲੇਟੀ ਰੰਗ ਦੀ ਵੱਡੀ ਸਾਰੀ ਬਿਲਡਿੰਗ ਜੋ ਇੱਕ ਹਸਪਤਾਲ ਦੀ ਸੀ, ਖਿੜਕੀ ਦੇ ਮਜ਼ਬੂਤ ਅਤੇ ਡਿਜ਼ਾਈਨ ਵਾਲੀਆਂ ਬਾਹੀਆਂ ਦੇ ਵਿੱਚੋਂ ਦੀ ਗਲੀ ਦੇ ਦੂਜੇ ਪਾਸੇ ਸਾਫ਼ ਵਿਖਾਈ ਦੇ ਰਹੀ ਸੀ। ਮੀਂਹ ਅਜੇ ਵੀ ਪੈ ਰਿਹਾ ਸੀ ਅਤੇ ਹੁਣ ਮੋਟੀਆਂ ਮੋਟੀਆਂ ਬੂੰਦਾਂ ਹੇਠਾਂ ਜ਼ਮੀਨ 'ਤੇ ਡਿੱਗ ਰਹੀਆਂ ਸਨ। ਨਾਸ਼ਤੇ ਦੀ ਜੂਠ ਮੇਜ਼ 'ਤੇ ਪਈ ਸੀ। ਇਹ ਬਹੁਤ ਜ਼ਿਆਦਾ ਸੀ ਕਿਉਂਕਿ ਗ੍ਰੇਗੋਰ ਦੇ ਪਿਤਾ ਲਈ ਦਿਨ ਵਿੱਚ ਨਾਸ਼ਤਾ ਸਭ ਤੋਂ ਵੱਧ ਜ਼ਰੂਰੀ ਹੁੰਦਾ ਸੀ ਅਤੇ ਉਹ ਇਹਨੂੰ ਕਈ ਘੰਟੇ ਤੱਕ ਖਾਂਦਾ ਸੀ, ਕਿਉਂ ਜੋ ਬੈਠ ਕੇ ਬਹੁਤ ਸਾਰੀਆਂ ਅਖਬਾਰਾਂ ਪੜ੍ਹਦਾ ਰਹਿੰਦਾ ਸੀ। ਉਹਦੇ ਬਿਲਕੁਲ ਸਾਹਮਣੇ ਗ੍ਰੇਗੋਰ ਦੀ ਉਹ ਫੋਟੋ ਸੀ ਜਦੋਂ ਫੌਜ ਵਿੱਚ ਲੈਫਟੀਨੈਂਟ ਹੁੰਦਾ ਸੀ। ਹੱਥ ਵਿੱਚ ਤਲਵਾਰ ਫੜੀ, ਚਿਹਰੇ 'ਤੇ ਬੇਪਰਵਾਹ ਮੁਸਕਾਨ, ਜਿਵੇਂ ਵਰਦੀ 'ਤੇ ਆਪਣੀ ਸਹਿਣਸ਼ੀਲਤਾ ਨੂੰ ਸਨਮਾਨ ਕਰਨ ਲਈ ਕਹਿ ਰਿਹਾ ਹੋਵੇ। ਹਾਲ ਦੇ ਅੰਦਰ ਆਉਣ ਵਾਲਾ ਦਰਵਾਜ਼ਾ ਖੁੱਲ੍ਹਾ ਸੀ, ਫਲੈਟ ਦਾ ਮੁੱਖ ਦਰਵਾਜ਼ਾ ਵੀ ਖੁੱਲ੍ਹਾ ਸੀ ਜਿੱਥੋਂ ਪੌੜੀਆਂ ਤੋਂ ਵਿਹੜਾ ਵੇਖ ਸਕਦਾ ਸੀ ਅਤੇ ਜਿੱਥੋਂ ਅਕਸਰ ਹੇਠਾਂ ਉਤਰਦੇ ਸਨ। ਗ੍ਰੇਗੋਰ ਜੀ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਿਰਫ ਉਸੇ ਨੂੰ ਹੀ ਸ਼ਾਂਤੀ ਰੱਖਣੀ ਪੈਣੀ ਹੈ। ਬੋਲਿਆ, ਮੈਂ ਹੁਣੇ ਹੀ ਤਿਆਰ ਹੋਵਾਂਗਾ, ਨਮੂਨੇ ਪੈਕ ਕਰਕੇ ਨਿਕਲ ਜਾਵਾਂਗਾ, ਕਿਰਪਾ ਕਰਕੇ ਕੀ ਤੁਸੀਂ ਮੈਨੂੰ ਹੁਣ ਛੱਡੋਗੇ? ਉਹਨੇ ਮੁੱਖ ਕਲਰਕ ਨੂੰ ਕਿਹਾ, ਤੁਸੀਂ ਵੇਖ ਸਕਦੇ ਹੋ ਕਿ ਮੈਂ ਜਿੱਦੀ ਨਹੀਂ ਹਾਂ ਅਤੇ ਮੈਂ ਤਾਂ ਸਗੋਂ ਕੰਮ 'ਤੇ ਜਾਵਾਂਗਾ। ਵਪਾਰਕ ਯਾਤਰਾ ਬੜੀ ਤਕਲੀਫ ਦੇ ਹੈ, ਪਰ ਬਿਨਾਂ ਯਾਤਰਾ ਤੋਂ ਮੈਂ ਰੋਜ਼ੀ ਰੋਟੀ ਨਹੀਂ ਕਮਾ ਸਕਾਂਗਾ। ਤੁਸੀਂ ਕਿੱਥੇ ਚੱਲੇ ਹੋ? ਦਫ਼ਤਰ? ਹਾਂ, ਫਿਰ ਤੁਸੀਂ ਉੱਥੇ ਰਿਪੋਰਟ ਸਹੀ ਸਹੀ ਦੱਸੋਗੇ? ਕਿਸੇ ਲਈ ਅਸਥਾਈ ਤੌਰ 'ਤੇ ਥੋੜ੍ਹੇ ਸਮੇਂ ਲਈ ਕੰਮ ਨਾ ਕਰ ਸਕਣਾ ਸੰਭਵ ਹੈ, ਪਰ ਉਹੀ ਸਮਾਂ ਹੁੰਦਾ ਜਦੋਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੀਆਂ ਪਿਛਲੇ ਸਮੇਂ 'ਚ ਕੀ ਪ੍ਰਾਪਤੀਆਂ ਹਨ, ਅਤੇ ਬਾਅਦ 'ਚ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਜਦੋਂ ਇੱਕ ਵਾਰ ਕਿਸੇ ਦੀ ਮਜਬੂਰੀ ਖਤਮ ਹੋ ਗਈ, ਉਹ ਨਿਸ਼ਚਿਤ ਤੌਰ 'ਤੇ ਹੋਰ ਵਧੇਰੇ ਮਿਹਨਤ ਅਤੇ ਧਿਆਨ ਨਾਲ ਕੰਮ ਕਰੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਆਪਣੇ ਮਾਲਕ ਦਾ ਬੁਰੀ ਤਰ੍ਹਾਂ ਕਰਜ਼ਦਾਰ ਹਾਂ ਅਤੇ ਮੈਨੂੰ ਆਪਣੇ ਮਾਪਿਆਂ ਦਾ ਅਤੇ ਆਪਣੇ ਭੈਣ ਦਾ ਪਾਲਣ ਪੋਸ਼ਣ ਵੀ ਕਰਨਾ ਅਤੇ ਮੈਂ ਮੁਸ਼ਕਲ ਹਾਲਤਾਂ ਦੇ ਜਾਲ 'ਚ ਫਸ ਗਿਆ ਹਾਂ, ਪਰ ਮੈਂ ਇੱਥੋਂ ਨਿਕਲਣ ਲਈ ਕੰਮ ਕਰਾਂਗਾ। ਮੈਨੂੰ ਪਹਿਲਾਂ ਹੀ ਬਹੁਤ ਮੁਸ਼ਕਲਾਂ ਨੇ ਅਤੇ ਮੇਰੇ ਲਈ ਹੋਰ ਮੁਸ਼ਕਲਾਂ ਨਾ ਵਧਾਓ ਅਤੇ ਮੇਰੇ ਖਿਲਾਫ਼ ਦਫ਼ਤਰ ਵਿੱਚ ਕੋਈ ਗੱਲ ਨਾ ਕਰਨਾ। ਮੈਂ ਜਾਣਦਾ ਕਿ ਕੋਈ ਵੀ ਯਾਤਰੂਆਂ ਨੂੰ ਪਸੰਦ ਨਹੀਂ ਕਰਦਾ। ਉਹ ਸੋਚਦੇ ਨੇ ਕਿ ਅਸੀਂ ਬਹੁਤ ਤਨਖਾਹ ਲੈਂਦੇ ਹਾਂ ਅਤੇ ਨਾਲ ਹੀ ਸਾਡਾ ਸਮਾਂ ਸੌਖਾ ਲੰਘਦਾ। ਇਹ ਤਾਂ ਪੱਖਪਾਤੀ ਗੱਲ ਹੈ, ਪਰ ਉਹਨਾਂ ਕੋਲ ਇਸ ਬਾਰੇ ਚੰਗਾ ਸੋਚਣ ਦਾ ਕੋਈ ਠੋਸ ਕਾਰਨ ਨਹੀਂ ਹੈ। ਪਰ ਤੁਹਾਡਾ ਬਾਕੀ ਦੇ ਸਟਾਫ ਨਾਲੋਂ ਨਜ਼ਰੀਆ ਵਧੀਆ ਹੈ, ਸਗੋਂ ਮੈਂ ਤਾਂ ਪੂਰੇ ਭਰੋਸੇ ਨਾਲ ਕਹਿੰਦਾ ਕਿ ਬੌਸ ਦੇ ਨਜ਼ਰੀਏ ਤੋਂ ਵੀ ਵਧੀਆ। ਉਸ ਵਰਗੇ ਵਪਾਰੀਆਂ ਲਈ ਆਪਣੇ ਕੰਮ ਕਰਦੇ ਕਰਮਚਾਰੀਆਂ ਦੇ ਨੁਕਸ ਕੱਢਣੇ ਬੜੇ ਸੌਖੇ ਨੇ ਅਤੇ ਉਹਨਾਂ ਲਈ ਲੋੜ ਤੋਂ ਵੱਧ ਸਖਤੀ ਵਰਤਣੀ ਵੀ। ਅਤੇ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਵਰਗੇ ਯਾਤਰੀ ਸਾਰਾ ਸਾਲ ਵੱਧ ਤੋਂ ਵੱਧ ਸਮਾਂ ਬਾਹਰ ਹੀ ਬਿਤਾਉਂਦੇ ਨੇ, ਨਹੀਂ ਤਾਂ ਅਸੀਂ ਛੇਤੀ ਚੁਗਲੀਆਂ ਅਤੇ ਨਿਰਾਧਾਰ ਸ਼ਿਕਾਇਤਾਂ ਦੇ ਸ਼ਿਕਾਰ ਹੋ ਜਾਈਏ। ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਉਣਾ ਲਗਭਗ ਅਸੰਭਵ ਹੈ ਕਿਉਂਕਿ ਅਸੀਂ ਇਹਨਾਂ ਬਾਬਤ ਕੁਝ ਸੁਣਿਆ ਵੀ ਨਹੀਂ ਹੁੰਦਾ ਅਤੇ ਜਦੋਂ ਟੂਰ ਤੋਂ ਪੂਰੀ ਤਰ੍ਹਾਂ ਥੱਕੇ ਹਾਰੇ ਘਰ ਆਉਂਦੇ ਹਾਂ ਤਾਂ ਉਦੋਂ ਹੀ ਪਤਾ ਲੱਗਦਾ ਹੈ ਕਿ ਕੀ ਹੋ ਰਿਹਾ ਹੈ ਅਤੇ ਇਹ ਵੀ ਨਹੀਂ ਪਤਾ ਕਿ ਕਿਉਂ ਹੋ ਰਿਹਾ ਹੈ, ਤਾਂ ਉਦੋਂ ਸਾਨੂੰ ਸਿਰਫ ਹੋਣ ਵਾਲੇ ਨੁਕਸਾਨ ਦਾ ਹੀ ਪਤਾ ਲੱਗਦਾ ਹੈ। ਕਿਰਪਾ ਕਰਕੇ ਜਾਓ ਨਾ, ਘੱਟੋ ਘੱਟ ਇਹ ਦਰਸਾਉਣ ਲਈ ਤਾਂ ਕੁਝ ਕਹੋ ਕਿ ਮੈਂ ਥੋੜ੍ਹਾ ਬਹੁਤ ਤਾਂ ਸੱਚ ਬੋਲਿਆ। ਪਰ ਜਦੋਂ ਹੀ ਗ੍ਰੇਗੋਰ ਨੇ ਬੋਲਣਾ ਸ਼ੁਰੂ ਕੀਤਾ, ਮੁੱਖ ਕਲਰਕ ਪਰਾਂ ਮੁੜ ਗਿਆ ਅਤੇ ਚੌੜੇ ਬੁੱਲਾਂ ਨਾਲ ਉਹਦੇ ਕੰਬਦੇ ਮੋਢਿਆਂ ਵੱਲ ਘੂਰਦਾ ਹੋਇਆ ਚਲਾ ਗਿਆ। ਜਦੋਂ ਗ੍ਰੇਗੋਰ ਬੋਲ ਰਿਹਾ ਸੀ ਤਾਂ ਇੱਕ ਪਲ ਲਈ ਵੀ ਨਾ ਖੜਿਆ ਅਤੇ ਬਿਨਾਂ ਉੱਤੇ ਨਜ਼ਰ ਮਾਰੇ ਦਰਵਾਜ਼ੇ ਵੱਲ ਚਲਾ ਗਿਆ। ਉਹ ਬੜੀ ਹੌਲੀ ਹੌਲੀ ਗਿਆ, ਜਿਵੇਂ ਕਿ ਉਸ ਉੱਤੇ ਕਮਰੇ ਵਿੱਚੋਂ ਨਿਕਲਣ 'ਤੇ ਕੋਈ ਅਣਦੱਸੀ ਪਾਬੰਦੀ ਲੱਗੀ ਹੋਵੇ। ਇਹ ਸਿਰਫ ਉਨਾ ਸਮਾਂ ਹੀ ਜਦ ਤੱਕ ਉਹ ਹਾਲ 'ਚ ਨਹੀਂ ਸੀ ਪਹੁੰਚਿਆ ਅਤੇ ਫਿਰ ਉਹਦੀ ਤੇਜ਼ੀ ਨਾਲ ਦਰਵਾਜ਼ੇ ਵਿੱਚੋਂ ਬਾਹਰ ਕਦਮ ਪੁੱਟਿਆ ਅਤੇ ਘਬਰਾਹਟ ਵਿੱਚ ਤੇਜ਼ੀ ਨਾਲ ਅੱਗੇ ਵਧ ਗਿਆ। ਹਾਲ ਵਿੱਚ ਉਹਨੇ ਪੌੜੀਆਂ ਵੱਲ ਸੱਜਾ ਹੱਥ ਕੱਢਿਆ, ਜਿਵੇਂ ਕਿ ਕੋਈ ਗੈਬੀ ਤਾਕਤਾਂ ਉਹਨੂੰ ਬਚਾਉਣ ਲਈ ਉਹਨੂੰ ਉਡੀਕ ਰਹੀਆਂ ਹੋਣ। ਗ੍ਰੇਗੋਰ ਨੂੰ ਲੱਗਿਆ ਕਿ ਜਿਹੜੇ ਮੂਡ ਵਿੱਚ ਮੁੱਖ ਕਲਰਕ ਵਾਪਸ ਗਿਆ, ਇਹ ਹੋ ਹੀ ਨਹੀਂ ਸਕਦਾ ਕਿ ਉਹਦੀ ਨੌਕਰੀ ਪੂਰੀ ਖਤਰੇ 'ਚ ਨਾ ਹੋਵੇ। ਇਹ ਗੱਲ ਉਹਦੇ ਮਾਪੇ ਨਹੀਂ ਸਨ ਭਾਂਪ ਸਕਦੇ, ਕਿਉਂਕਿ ਕਈ ਸਾਲਾਂ ਤੋਂ ਉਹਨਾਂ ਨੂੰ ਇਹ ਯਕੀਨ ਹੋ ਗਿਆ ਸੀ ਕਿ ਗ੍ਰੇਗੋਰ ਲਈ ਇਹ ਨੌਕਰੀ ਸਾਰੀ ਉਮਰ ਵਫਾ ਕਰੇਗੀ, ਜਦਕਿ ਸਿਰਫ ਵਰਤਮਾਨ ਬਾਰੇ ਚਿੰਤਾ ਕਰਨੀ ਚਾਹੀਦੀ ਸੀ। ਸ਼ਾਇਦ ਉਹਨਾਂ ਦੀ ਭਵਿੱਖ ਲਈ ਦੂਰਦਰਸ਼ਟੀ
ਦੂਰ ਦ੍ਰਿਸ਼ਟੀ ਖਤਮ ਹੋ ਗਈ ਸੀ। ਪਰ ਗ੍ਰੇਗੋਰ ਨੇ ਭਵਿੱਖ ਬਾਰੇ ਸੋਚਿਆ। ਮੁੱਖ ਕਲਰਕ ਨੂੰ ਸ਼ਾਂਤ ਕਰਕੇ ਵਾਪਸ ਲਿਆਉਣਾ ਅਤੇ ਮਨਾ ਲੈਣਾ ਚਾਹੀਦਾ, ਕਿਉਂਕਿ ਗ੍ਰੇਗੋਰ ਅਤੇ ਉਹਦੇ ਪਰਿਵਾਰ ਦਾ ਭਵਿੱਖ ਇਸੇ ਗੱਲ 'ਤੇ ਨਿਰਭਰ ਹੈ। ਜੇ ਕਿਤੇ ਉਹਦੀ ਭੈਣ ਹੁੰਦੀ, ਕਿਉਂ ਜੋ ਚਲਾਕ ਸੀ, ਪਰ ਜਦੋਂ ਉਹ ਆਪਣੀ ਪਿੱਠ ਸਹਾਰੇ ਸ਼ਾਂਤ ਅਤੇ ਅਟੂਲ ਬੈਠਾ ਸੀ, ਉਸ ਸਮੇਂ ਹੰਝੂਆਂ 'ਚ ਡੁੱਬੀ ਹੋਈ ਸੀ ਅਤੇ ਮੁੱਖ ਕਲਰਕ ਦੇ ਰੰਨਾਂ ਦਾ ਸ਼ੌਕੀਨ ਹੋਣ ਕਾਰਨ ਉਹਦੀ ਭੈਣ ਨੇ ਉਹਨੂੰ ਮਨਾ ਲੈਣਾ ਸੀ। ਉਹਨੇ ਹਾਲ ਦਾ ਦਰਵਾਜ਼ਾ ਬੰਦ ਕਰ ਲੈਣਾ ਸੀ ਅਤੇ ਉਹਨੂੰ ਉਹਦੀ ਹੈਰਾਨੀ ਵਾਲੀ ਹਾਲਤ ਵਿੱਚੋਂ ਗੱਲਾਂ ਬਾਤਾਂ ਨਾਲ ਕੱਢ ਲੈਣਾ ਸੀ। ਪਰ ਉਹਦੀ ਭੈਣ ਉੱਥੇ ਹੈ ਹੀ ਨਹੀਂ ਸੀ। ਹੁਣ ਗ੍ਰੇਗੋਰ ਨੂੰ ਇਹ ਕੰਮ ਆਪ ਹੀ ਕਰਨਾ ਪੈਣਾ ਸੀ ਅਤੇ ਉਹਨੇ ਇਹ ਵੀ ਨਹੀਂ ਸੋਚਿਆ ਕਿ ਉਹਨੂੰ ਅਜੋਕੀ ਹਾਲਤ ਵਿੱਚੋਂ ਬਾਹਰ ਨਿਕਲਣ ਦਾ ਕੋਈ ਤਜਰਬਾ ਤਾਂ ਹੈ ਨਹੀਂ, ਜਾਂ ਉਹਦੀ ਆਵਾਜ਼ ਕਿਸੇ ਨੂੰ ਸੁਣੇਗੀ ਜਾਂ ਕਿਸੇ ਨੂੰ ਸਮਝ ਆਏਗੀ ਜਾਂ ਨਹੀਂ। ਉਹ ਦਰਵਾਜ਼ੇ ਵੱਲ ਵਧਿਆ, ਬਾਹਰ ਨਿਕਲਿਆ ਅਤੇ ਵਿਹੜੇ ਵਿੱਚ ਮੁੱਖ ਕਲਰਕ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ, ਜਿਹਨੇ ਹਾਸੋ ਹੀਣੇ ਤਰੀਕੇ ਨਾਲ ਦੋਵੇਂ ਹੱਥਾਂ ਨਾਲ ਪੌੜੀਆਂ ਦੀ ਰੇਲਿੰਗ ਫੜੀ ਹੋਈ ਸੀ। ਪਰ ਗ੍ਰੇਗੋਰ ਉਸ ਸਮੇਂ ਆਪਣੀਆਂ ਛੋਟੀਆਂ ਛੋਟੀਆਂ ਲੱਤਾਂ ਦੇ ਸਹਾਰੇ ਹਲਕੀ ਜਿਹੀ ਚੀਕ ਮਾਰ ਜਾ ਡਿੱਗਿਆ, ਜਿਵੇਂ ਕਿਸੇ ਚੀਜ਼ ਨੂੰ ਜਾਂ ਫੜਨਾ ਹੋਵੇ। ਇੱਦਾਂ ਪਹਿਲੀ ਵਾਰੀ ਹੋਇਆ ਅਤੇ ਸ਼ਾਇਦ ਹੀ ਪਹਿਲਾਂ ਕਦੇ ਹੋਇਆ ਹੋਵੇ। ਉਹਨੂੰ ਆਪਣਾ ਸਰੀਰ ਠੀਕ ਮਹਿਸੂਸ ਹੋਇਆ। ਉਹਦੀਆਂ ਲੱਤਾਂ ਹੇਠ ਪੱਕਾ ਫਰਸ਼ ਸੀ। ਉਹ ਖੁਸ਼ ਸੀ ਕਿ ਲੱਤਾਂ ਨੇ ਉਵੇਂ ਹੀ ਕੀਤਾ ਜਿਵੇਂ ਉਹਨੇ ਸੋਚਿਆ ਸੀ, ਅਤੇ ਉਹਨੂੰ ਉੱਥੇ ਲਿਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ ਜਿੱਥੇ ਉਹ ਜਾਣਾ ਚਾਹੁੰਦਾ ਸੀ, ਅਤੇ ਉਹਨੂੰ ਭਰੋਸਾ ਹੋ ਰਿਹਾ ਸੀ ਕਿ ਅਖੀਰ ਉਹਦੇ ਸਾਰੇ ਦੁੱਖ ਟੁੱਟ ਜਾਣਗੇ। ਉਹਨੇ ਪਿੱਛੇ ਹਿੱਲਣ ਦੀ ਤਾਕੀਦ ਕੀਤੀ, ਪਰ ਇੱਕ ਪਾਸੇ ਤੋਂ ਦੂਜੇ ਪਾਸੇ ਫਰਸ਼ 'ਤੇ ਚੱਲਦੇ ਹੋਏ ਮੁੜ ਗਿਆ। ਉਹਨੇ ਵੇਖਿਆ ਕਿ ਉਹਦੀ ਮਾਂ, ਜੋ ਉਹ ਤੋਂ ਬਹੁਤੀ ਦੂਰ ਨਹੀਂ ਸੀ, ਪਹਿਲਾਂ ਤਾਂ ਆਪਣੇ ਆਪ 'ਚ ਡੁੱਬੀ ਹੋਈ ਸੀ, ਫਿਰ ਉਂਗਲਾਂ ਫੈਲਾ ਕੇ ਅਤੇ ਬਾਹਾਂ ਫੈਲਾ ਖਿਲਾਰ ਉਸ ਵੱਲ ਵੱਧਦੀ ਹੋਈ, ਉਸ ਵੱਲ ਬੋਲਦੀ ਹੋਈ ਭੱਜੀ, ਬਚਾ ਲਓ ਰੱਬ ਦੇ ਵਾਸਤੇ ਬਚਾ ਲਓ। ਜਿਹੜੇ ਢੰਗ ਨਾਲ ਉਹਨੇ ਆਪਣਾ ਸਿਰ ਫੜ ਲਿਆ, ਉਹ ਗ੍ਰੇਗੋਰ ਨੂੰ ਹੋਰ ਠੀਕ ਹੋਣਾ ਵੇਖਣਾ ਚਾਹੁੰਦੀ ਸੀ। ਪਰ ਅਣਜਾਣ ਪੁਣੇ 'ਚ ਜਿਸ ਤਰ੍ਹਾਂ ਉਹ ਤੇਜ਼ੀ ਨਾਲ ਮੁੜ ਪਿੱਛੇ ਚਲੀ ਗਈ, ਉਸ ਤੋਂ ਇਹ ਨਹੀਂ ਸੀ ਲੱਗਦਾ। ਉਹ ਭੁੱਲ ਗਈ ਸੀ ਕਿ ਪਿੱਛੇ ਮੇਜ਼ 'ਤੇ ਨਾਸ਼ਤੇ ਦੀਆਂ ਸਾਰੀਆਂ ਚੀਜ਼ਾਂ ਖਿਲ ਰਹੀਆਂ ਹੋਈਆਂ ਸਨ, ਅਤੇ ਉਹ ਮੇਜ਼ 'ਤੇ ਬਹਿ ਗਈ। ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰ ਰਹੀ ਹੈ। ਉਹਨੂੰ ਇਹ ਵੀ ਪਤਾ ਨਾ ਲੱਗਾ ਕਿ ਕੌਫੀ ਵਾਲਾ ਭਾਂਡਾ ਉਲਟ ਗਿਆ ਸੀ ਅਤੇ ਕੌਫੀ ਡੁੱਲ੍ਹ ਕੇ ਗਲੀਚੇ 'ਤੇ ਡਿੱਗਣ ਲੱਗ ਪਈ ਸੀ। ਗ੍ਰੇਗੋਰ ਨੇ ਉਸ ਵੱਲ ਵੇਖਦਿਆਂ ਹੌਲੀ ਜਿਹੀ ਕਿਹਾ, ਮਾਂ ਮਾਂ। ਉਹਨੇ ਇੱਕ ਪਾਲੇ ਮੁੱਖ ਕਲਰਕ ਨੂੰ ਵਿਸਾਰ ਦਿੱਤਾ ਸੀ। ਉਹ ਆਪਣੇ ਜਬਾੜਿਆਂ ਨਾਲ ਫੂਕ ਮਾਰ ਕੇ ਕੌਫੀ ਨੂੰ ਡੁੱਲ੍ਹਣੋਂ ਰੋਕ ਨਾ ਸਕਿਆ। ਇਹਦੇ ਨਾਲ ਹੀ ਉਹਦੀ ਮਾਂ ਨੇ ਚੀਕ ਮਾਰੀ। ਉਹ ਮੇਜ਼ ਤੋਂ ਉੱਠੀ ਅਤੇ ਉਹਦੇ ਪਿਤਾ ਦੀਆਂ ਬਾਹਾਂ 'ਚ ਜਾ ਪਈ, ਜੋ ਦੌੜ ਕੇ ਉਸ ਵੱਲ ਆਇਆ ਸੀ। ਗ੍ਰੇਗੋਰ ਕੋਲ ਹੁਣ ਆਪਣੇ ਮਾਂ ਬਾਪ ਲਈ ਸਮਾਂ ਨਹੀਂ ਸੀ। ਮੁੱਖ ਕਲਰਕ ਪੌੜੀਆਂ ਤੱਕ ਪਹੁੰਚ ਗਿਆ ਸੀ। ਪੌੜੀਆਂ ਦੀ ਰੇਲਿੰਗ 'ਤੇ ਠੋਡੀ ਰੱਖ ਉਹਨੇ ਆਖਰੀ ਵਾਰ ਪਿਛਾਂਹ ਨੂੰ ਝਾਕਿਆ। ਗ੍ਰੇਗੋਰ ਉਸ ਵੱਲ ਦੌੜਿਆ, ਉਸ ਕੋਲ ਹਰ ਹਾਲ ਵਿੱਚ ਪਹੁੰਚਣਾ ਚਾਹੁੰਦਾ ਸੀ। ਮੁੱਖ ਕਲਰਕ ਨੂੰ ਜ਼ਰੂਰ ਕਿਸੇ ਗੱਲ ਦਾ ਖਦਸ਼ਾ ਸੀ, ਤਾਂ ਹੀ ਉਹ ਇੱਕੋ ਸਮੇਂ ਕਈ ਕਈ ਪੌੜੀਆਂ ਟੱਪਦਾ ਗਿਆ ਅਤੇ ਲੋਪ ਹੋ ਗਿਆ। ਉਹਦੀਆਂ ਚੀਕਾਂ ਪੌੜੀ 'ਚ ਗੂੰਜਦੀਆਂ ਰਹੀਆਂ। ਬਦਕਿਸਮਤੀ ਨਾਲ ਮੁੱਖ ਕਲਰਕ ਦੀ ਉਡਾਰੀ ਨੇ ਗ੍ਰੇਗੋਰ ਦੇ ਪਿਓ ਨੂੰ ਡਰਾ ਦਿੱਤਾ ਸੀ। ਉਦੋਂ ਤੱਕ ਉਹਨੇ ਆਪਣੇ ਆਪ 'ਤੇ ਕਾਬੂ ਪਾ ਲਿਆ ਸੀ, ਅਤੇ ਹੁਣ ਬਜਾਏ ਇਹਦੇ ਕਿ ਉਹ ਮੁੱਖ ਕਲਰਕ ਦੇ ਪਿੱਛੇ ਭੱਜਦਾ, ਤਾਂ ਘੱਟੋ ਘੱਟ ਗ੍ਰੇਗੋਰ ਨੂੰ ਕਲਰਕ ਪਿੱਛੇ ਭੱਜਣੋਂ ਰੋਕਦਾ, ਗ੍ਰੇਗੋਰ ਦੇ ਪਿਓ ਨੇ ਕਲਰਕ ਵਾਲੀ ਸੋਟੀ ਫੜ ਲਈ। ਕਲਰਕ ਆਪਣੀ ਸੋਟੀ, ਆਪਣਾ ਟੋਪ ਅਤੇ ਓਵਰਕੋਟ ਉੱਥੇ ਭੁੱਲ ਗਿਆ ਸੀ, ਅਤੇ ਖੱਬੇ ਹੱਥ ਅਖਬਾਰ ਦਾ ਵੱਡਾ ਪੰਨਾ ਫੜ ਲਿਆ, ਅਤੇ ਉਹਨਾਂ ਇਹਨਾਂ ਲਈ ਗ੍ਰੇਗੋਰ ਨੂੰ ਹੁੱਜਾ ਮਾਰ ਕੇ ਕਮਰੇ 'ਚ ਵਾਪਸ ਭੇਜ ਦਿੱਤਾ। ਗ੍ਰੇਗੋਰ ਨੇ ਦੇ ਤਰਲਿਆਂ ਦਾ ਉਸਦੇ ਪਿਓ 'ਤੇ ਕੋਈ ਅਸਰ ਨਾ ਹੋਇਆ, ਅਤੇ ਨਾ ਹੀ ਉਹਦੀਆਂ ਅਰਜ਼ੋਈਆਂ ਸਮਝ ਆਈਆਂ। ਹਾਲਾਂਕਿ ਉਹਨੇ ਬੜੀ ਨਿਮਰਤਾ ਨਾਲ ਸਿਰ ਮੋੜਿਆ, ਪਰ ਉਹਦੇ ਪਿਓ ਨੇ ਹੋਰ ਜ਼ੋਰ ਦੀ ਹੁੱਜ ਮਾਰੀ। ਕਮਰੇ ਤੋਂ ਬਾਹਰ ਕੜਕਵੀਂ ਠੰਡ ਦੇ ਬਾਵਜੂਦ ਗ੍ਰੇਗੋਰ ਦੀ ਮਾਂ ਨੇ ਖਿੜਕੀ ਖੋਲ੍ਹ ਦਿੱਤੀ, ਬਾਹਰ ਵੱਲ ਨੂੰ ਝੁਕੀ ਅਤੇ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ। ਇੱਕ ਤੇਜ਼ ਹਵਾ ਦਾ ਬੁੱਲਾ ਗਲੀ ਵੱਲੋਂ ਪੌੜੀਆਂ ਵੱਲ ਨੂੰ ਆਇਆ, ਪਰਦੇ ਉੱਡ ਗਏ, ਮੇਜ਼ 'ਤੇ ਪਈਆਂ ਅਖਬਾਰਾਂ ਉੱਪਰ ਉੱਡੀਆਂ ਅਤੇ ਕੁਝ ਫਰਸ਼ 'ਤੇ ਜਾ ਡਿੱਗੀਆਂ। ਕੋਈ ਚੀਜ਼ ਵੀ ਗ੍ਰੇਗੋਰ ਦੇ ਪਿਤਾ ਨੂੰ ਗ੍ਰੇਗੋਰ ਨੂੰ ਵਾਪਸ ਧੱਕਣੋਂ ਨਾ ਰੋਕ ਸਕੀ, ਅਤੇ ਉਹਦਾ ਪਿਤਾ ਜੰਗਲੀ ਇਨਸਾਨ ਵਾਂਗ ਫੁੰਕਾਰੇ ਮਾਰ ਰਿਹਾ ਸੀ। ਗ੍ਰੇਗੋਰ ਨੂੰ ਪਿੱਛੇ ਮੁੜਨ ਦਾ ਕੋਈ ਤਜਰਬਾ ਨਹੀਂ ਸੀ, ਇਸ ਲਈ ਹੌਲੀ ਹੌਲੀ ਜਾ ਰਿਹਾ ਸੀ। ਜੇ ਗ੍ਰੇਗੋਰ ਨੂੰ ਪਿੱਛੇ ਵੱਲ ਨੂੰ ਘੁੰਮਣ ਦਾ ਮੌਕਾ ਮਿਲ ਜਾਂਦਾ ਤਾਂ ਉਹ ਸਿੱਧਾ ਆਪਣੇ ਕਮਰੇ ਵੱਲ ਨੂੰ ਮੁੜ ਜਾਂਦਾ, ਪਰ ਉਹਨੂੰ ਡਰ ਸੀ ਕਿ ਜੇ ਉਹਨੇ ਹੋਰ ਦੇਰੀ ਕਰ ਦਿੱਤੀ ਤਾਂ ਉਹਦੇ ਪਿਓ ਨੇ ਆਪੇ ਤੋਂ ਬਾਹਰ ਹੀ ਹੋ ਜਾਣਾ ਸੀ। ਉਹਨੇ ਆਪਣੇ ਪਿਓ ਦੇ ਹੱਥ 'ਚ ਫੜੀ ਸੋਟੀ ਤੋਂ ਕਿਸੇ ਵੀ ਸਮੇਂ ਸਿਰ ਜਾਂ ਪਿੱਠ 'ਤੇ ਘਾਤਕ ਸੱਟ ਦਾ ਡਰ ਸੀ। ਅਖੀਰ ਗ੍ਰੇਗੋਰ ਨੂੰ ਪਤਾ ਲੱਗ ਗਿਆ ਕਿ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ, ਅਤੇ ਉਹਨੂੰ ਇਸ ਗੱਲੋਂ ਬੜੀ ਨਿਰਾਸ਼ਾ ਹੋਈ ਕਿ ਉਹ ਪਿਛਾਂਹ ਨੂੰ ਸਿੱਧਾ ਤੁਰਨ ਦੇ ਕਾਬਲ ਨਹੀਂ ਸੀ। ਇਸ ਲਈ ਉਹਨੇ ਜਿੰਨੀ ਜਲਦੀ ਹੋ ਸਕੇ ਆਪਣੇ ਪਿਓ ਵੱਲ ਚਿੰਤਤ ਨਜ਼ਰਾਂ ਨਾਲ ਵੇਖ ਕੇ ਆਪਣੇ ਆਪ ਨੂੰ ਘੁਮਾ ਲਿਆ। ਇਹ ਬੜੀ ਹੌਲੀ ਹੋਇਆ, ਪਰ ਸ਼ਾਇਦ ਉਹਦੇ ਪਿਓ ਨੂੰ ਉਹਦੇ ਚੰਗੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਸੀ, ਇਸ ਲਈ ਉਹਨੇ ਗ੍ਰੇਗੋਰ ਨੂੰ ਰੋਕਣ ਲਈ ਕੁਝ ਨਾ ਕੀਤਾ।
ਸਗੋਂ ਸੋਟੀ ਦੀ ਚੁੰਝ ਨਾਲ ਉਹਨੂੰ ਦੂਰ ਖੜ ਕੇ ਸਮਝਾ ਰਿਹਾ ਸੀ ਕਿ ਕਿਸ ਦਿਸ਼ਾ ਵੱਲ ਮੁੜਿਆ ਜਾਵੇ। ਜੇ ਉਹਦਾ ਪਿਤਾ ਅਸਹਿ ਫੁੰਕਾਰੇ ਮਾਰਨੇ ਬੰਦ ਕਰ ਦਿੰਦਾ ਤਾਂ ਗ੍ਰੇਗੋਰ ਨੂੰ ਭੁਲੇਖਾ ਲੱਪਿਆ ਜਾਣਾ ਸੀ। ਜਦੋਂ ਉਹ ਲਗਭਗ ਪਰਾਂ ਮੁੜ ਗਿਆ, ਉਹਨੂੰ ਅਜੇ ਵੀ ਫੁੰਕਾਰੇ ਸੁਣਾਈ ਦੇ ਰਹੇ ਸਨ। ਉੱਥੋਂ ਗਲਤੀ ਹੋ ਗਈ ਕਿ ਥੋੜ੍ਹਾ ਜਿਹਾ ਉਸ ਪਾਸੇ ਮੁੜ ਗਿਆ ਜਿੱਧਰੋਂ ਉਹ ਆਇਆ ਸੀ। ਜਦੋਂ ਉਹਦਾ ਸਿਰ ਦਰਵਾਜ਼ੇ ਵਾਲੇ ਪਾਸੇ ਆਇਆ ਤਾਂ ਉਹ ਖੁਸ਼ ਹੋਇਆ, ਪਰ ਫਿਰ ਵੇਖਿਆ ਕਿ ਰਸਤਾ ਬਹੁਤ ਤੰਗ ਹੈ ਅਤੇ ਉਹਦਾ ਵੱਡਾ ਸਰੀਰ ਇੱਥੋਂ ਨਿਕਲਣਾ ਔਖਾ ਹੈ। ਉਹਦੀ ਹੁਣ ਵਾਲੀ ਹਾਲਤ ਵਿੱਚ ਗ੍ਰੇਗੋਰ ਦੇ ਪਿਓ ਨੂੰ ਇਹ ਨਾ ਸੁਝਿਆ ਕਿ ਦਰਵਾਜ਼ੇ ਨੂੰ ਹੋਰ ਖੋਲ੍ਹ ਦਿੱਤਾ ਜਾਏ ਤਾਂ ਜੋ ਗ੍ਰੇਗੋਰ ਉਹਦੇ ਵਿੱਚੋਂ ਲੰਘ ਸਕੇ। ਉਹ ਤਾਂ ਇਸ ਗੱਲ 'ਤੇ ਅੜਿਆ ਹੋਇਆ ਸੀ ਕਿ ਜਲਦੀ ਤੋਂ ਜਲਦੀ ਗ੍ਰੇਗੋਰ ਨੂੰ ਆਪਣੇ ਕਮਰੇ 'ਚ ਚਲੇ ਜਾਣਾ ਚਾਹੀਦਾ ਅਤੇ ਨਾ ਹੀ ਉਹ ਗ੍ਰੇਗੋਰ ਨੂੰ ਸਮਾਂ ਦੇ ਰਿਹਾ ਸੀ ਕਿ ਕੀ ਗ੍ਰੇਗੋਰ ਦਰਵਾਜ਼ੇ 'ਚੋਂ ਨਿਕਲਣ ਲਈ ਸਿੱਧਾ ਖੜ੍ਹਾ ਹੋਣ ਲਈ ਤਿਆਰ ਹੋ ਜਾਏ। ਸਗੋਂ ਉਹਨੇ ਇਹ ਕੀਤਾ ਕਿ ਉਹ ਹੋਰ ਉੱਚੀ ਰੌਲਾ ਪਾਉਣ ਲੱਗ ਪਿਆ, ਗ੍ਰੇਗੋਰ ਨੂੰ ਹੋਰ ਧੱਕੇ ਨਾਲ ਗਾਂਹ ਨੂੰ ਧੱਕਿਆ ਜਾਏ। ਉਸ ਸਮੇਂ ਉੱਥੇ ਹੋਰ ਕੋਈ ਨਹੀਂ ਸੀ, ਪਰ ਗ੍ਰੇਗੋਰ ਨੂੰ ਇਹ ਆਵਾਜ਼ਾਂ ਇਉਂ ਲੱਗ ਰਹੀਆਂ ਸੀ ਕਿ ਜਿਵੇਂ ਉਹਦੇ ਮਗਰ ਇੱਕ ਪਿਓ ਨਹੀਂ ਸਗੋਂ ਕਈ ਪਿਓ ਲੱਗੇ ਹੋਏ ਸਨ। ਇਹ ਚੰਗੀ ਗੱਲ ਨਹੀਂ ਸੀ ਅਤੇ ਗ੍ਰੇਗੋਰ ਨੇ ਆਪਣੇ ਆਪ ਨੂੰ ਦਰਵਾਜ਼ੇ ਵੱਲ ਧੱਕ ਦਿੱਤਾ, ਬਿਨਾਂ ਇਹ ਜਾਣੇ ਕਿ ਕੀ ਹੋਏਗਾ। ਉਹਦਾ ਸਿਰ ਇੱਕ ਪਾਸਾ ਆਪੇ ਹੀ ਉੱਚਾ ਚੁੱਕਿਆ ਹੋਇਆ ਸੀ। ਉਹ ਦਰਵਾਜ਼ੇ ਵਾਲੇ ਇੱਕ ਕੋਣ ਬਣਾ ਕੇ ਪੈ ਗਿਆ। ਉਹਦੀ ਵੱਖੀ ਚਿੱਟੇ ਦਰਵਾਜ਼ੇ ਨਾਲ ਕਸਰੀ ਅਤੇ ਬੜੀ ਪੀੜਦਾਇਕ ਸੱਟ ਲੱਗੀ ਅਤੇ ਨਾਲ ਹੀ ਦਰਵਾਜ਼ੇ 'ਤੇ ਭੂਰੇ ਰੰਗ ਦੇ ਦਾਗ ਪੈ ਗਏ। ਜਲਦੀ ਉੱਥੇ ਉਹ ਚਿੰਬੜ ਗਿਆ ਅਤੇ ਹੁਣ ਕਿਸੇ ਤਰ੍ਹਾਂ ਵੀ ਆਪਣੇ ਆਪ ਹਿੱਲਣ ਦੇ ਕਾਬਲ ਨਾ ਰਿਹਾ। ਇੱਕ ਪਾਸੇ ਦੀਆਂ ਛੋਟੀਆਂ ਛੋਟੀਆਂ ਲੱਤਾਂ ਹਵਾ ਵਿੱਚ ਕੁਰਲਾਉਂਦੀਆਂ ਲਹਿਰਾਉਂਦੀਆਂ ਰਹੀਆਂ, ਦੂਜੇ ਪਾਸੇ ਵਾਲੀਆਂ ਫਰਸ਼ 'ਤੇ ਦਰਦ ਭਰੇ ਤਰੀਕੇ ਨਾਲ ਦੱਬੀਆਂ ਗਈਆਂ। ਫਿਰ ਉਹਦੇ ਪਿਓ ਨੇ ਉਹਨੂੰ ਪਿੱਛੋਂ ਜ਼ੋਰ ਦੀ ਧੱਕਾ ਮਾਰਿਆ, ਜਿਸ ਨਾਲ ਉਹ ਜਿੱਥੇ ਫਸਿਆ ਹੋਇਆ ਸੀ ਉੱਥੋਂ ਨਿਕਲ ਗਿਆ ਅਤੇ ਇਸ ਤਰ੍ਹਾਂ ਉਹ ਕਮਰੇ 'ਚ ਆ ਗਿਆ। ਉਹਦਾ ਬਹੁਤ ਖੂਨ ਵਗਿਆ, ਦਰਵਾਜ਼ੇ ਨੂੰ ਸੋਟੀ ਨਾਲ ਧੱਕ ਕੇ ਬੰਦ ਕਰ ਦਿੱਤਾ ਗਿਆ ਅਤੇ ਅਖੀਰ ਵਿੱਚ ਸਭ ਸ਼ਾਂਤ ਹੋ ਗਿਆ। ਅੰਗ ਦੂਸਰਾ। ਉਸ ਸ਼ਾਮ ਅਜੇ ਹਨੇਰਾ ਨਹੀਂ ਸੀ ਹੋਇਆ ਕਿ ਗ੍ਰੇਗੋਰ ਬੇਹੋਸ਼ੀ ਵਰਗੀ ਨੀਂਦ 'ਚ ਉੱਠ ਪਿਆ। ਜੇ ਉਹਨੂੰ ਛੇੜਿਆ ਨਾ ਵੀ ਜਾਂਦਾ ਤਾਂ ਵੀ ਉਹਨੇ ਕੁਝ ਸਮੇਂ ਬਾਅਦ ਉੱਠ ਹੀ ਪੈਣਾ ਸੀ, ਕਿਉਂ ਜੋ ਬਹੁਤ ਸੌਂ ਚੁੱਕਾ ਸੀ ਅਤੇ ਹੁਣ ਪੂਰੀ ਤਰ੍ਹਾਂ ਆਰਾਮ ਮਹਿਸੂਸ ਕਰ ਰਿਹਾ ਸੀ। ਉਹਨੂੰ ਵੇਖ ਲੱਗਦਾ ਸੀ ਜਿਵੇਂ ਸਾਹਮਣੇ ਵਾਲੇ ਕਮਰੇ 'ਚ ਕਿਸੇ ਕਾਹਲੀ ਨਾਲ ਜਾ ਰਹੇ ਬੰਦੇ ਦੇ ਕਦਮਾਂ ਦੀ ਖੜਾਕ ਨੇ ਉਹਨੂੰ ਜਗਾ ਦਿੱਤਾ ਹੋਵੇ। ਗਲੀ 'ਚ ਜਗ ਰਹੀ ਬਿਜਲੀ ਦੇ ਬੱਲਬ ਦੀ ਮੱਧਮ ਰੋਸ਼ਨੀ ਛੱਤ 'ਤੇ ਫਰਨੀਚਰ 'ਤੇ ਪਸਰੀ ਹੋਈ ਸੀ, ਪਰ ਹੇਠਾਂ ਜਿੱਥੇ ਗ੍ਰੇਗੋਰ ਪਿਆ ਸੀ ਉੱਥੇ ਹਨੇਰਾ ਸੀ। ਉਹਨੇ ਆਪਣੇ ਆਪ ਨੂੰ ਦਰਵਾਜ਼ੇ ਵੱਲ ਖਿੱਚਿਆ। ਆਪਣੇ ਰਸਤੇ 'ਚ ਉਹਨੇ ਕੁਝ ਐਂਟੀਨੇ ਮਹਿਸੂਸ ਕੀਤੇ ਜਿਨ੍ਹਾਂ ਤੋਂ ਉਹਨੇ ਹੁਣ ਕੰਮ ਲੈਣਾ ਸੀ, ਇਹ ਵੇਖਣ ਲਈ ਕਿ ਉੱਥੇ ਕੀ ਹੋ ਰਿਹਾ ਹੈ। ਉਹਦਾ ਖੱਬਾ ਪਾਸਾ ਪੀੜ ਕਰਦੇ ਜ਼ਖਮਾਂ ਨਾਲ ਭਰਿਆ ਪਿਆ ਸੀ ਅਤੇ ਉਹ ਦੋਵੇਂ ਪਾਸੇ ਦੀਆਂ ਲੱਤਾਂ ਤੋਂ ਬੁਰੀ ਤਰ੍ਹਾਂ ਲੰਘੜਾ ਰਿਹਾ ਸੀ। ਇੱਕ ਲੱਤ ਤਾਂ ਸਵੇਰ ਦੀ ਘਟਨਾ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਇਹ ਅਜੂਬਾ ਹੀ ਸੀ ਕਿ ਇੱਕੋ ਲੱਤ ਹੀ ਜ਼ਖਮੀ ਹੋਈ ਸੀ ਅਤੇ ਬੇਜਾਨ ਜਿਹੀ ਹਾਲਤ ਵਿੱਚ ਘਿਸਰੀ ਆ ਰਹੀ ਸੀ। ਉਹਨੂੰ ਦਰਵਾਜ਼ੇ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਉੱਥੇ ਕਿਉਂ ਆਇਆ ਅਤੇ ਦਰਅਸਲ ਉਹ ਕੀ ਸੀ ਜਿਹਨੇ ਉਹਨੂੰ ਉੱਥੇ ਖਿੱਚ ਲਿਆਂਦਾ। ਇਹ ਕਿਸੇ ਖਾਣੇ ਦੀ ਖੁਸ਼ਬੂ ਸੀ। ਦਰਵਾਜ਼ੇ ਦੇ ਨਾਲ ਮਿੱਠੇ ਦੁੱਧ ਅਤੇ ਚਿੱਟੇ ਬ੍ਰੈਡ ਦੇ ਟੁਕੜੇ ਤੈਰ ਰਹੇ ਸਨ। ਉਹ ਇੰਨਾ ਖੁਸ਼ ਹੋਇਆ ਕਿ ਤਕਰੀਬਨ ਹੱਸ ਹੀ ਪਿਆ, ਕਿਉਂਕਿ ਉਹਨੂੰ ਸਵੇਰ ਦੀ ਭੁੱਖ ਤੋਂ ਵੀ ਜ਼ਿਆਦਾ ਭੁੱਖ ਲੱਗੀ ਸੀ ਅਤੇ ਉਹਨੇ ਉਸੇ ਵੇਲੇ ਆਪਣਾ ਮੂੰਹ ਦੁੱਧ 'ਚ ਇੰਨਾ ਡੁਬੋ ਲਿਆ ਕਿ ਉਹਦੀਆਂ ਅੱਖਾਂ ਵੀ ਡੁੱਬ ਚੱਲੀਆਂ ਸਨ। ਪਰ ਛੇਤੀ ਉਹਨੇ ਨਿਰਾਸ਼ਾ 'ਚ ਆਪਣਾ ਮੂੰਹ ਦੁੱਧ 'ਚੋਂ ਕੱਢ ਲਿਆ, ਸਿਰਫ ਇਸ ਲਈ ਨਹੀਂ ਕਿ ਉਹਦੇ ਨਰਮ ਖੱਬੇ ਪਾਸੇ 'ਤੇ ਉਹਨੂੰ ਦਰਦ ਨਾਲ ਮੁਸ਼ਕਿਲ ਹੋ ਰਹੀ ਸੀ, ਸਗੋਂ ਜੇ ਉਹਦਾ ਸਾਰਾ ਸਰੀਰ ਵੀ ਨਾਸਾਂ ਵਾਂਗ ਕੰਮ ਕਰਦਾ ਤਾਂ ਵੀ ਉਹ ਖਾ ਨਹੀਂ ਸੀ ਸਕਦਾ, ਕਿਉਂਕਿ ਦੁੱਧ ਉੱਕਾ ਹੀ ਸਵਾਦ ਨਹੀਂ ਸੀ। ਆਮ ਤੌਰ 'ਤੇ ਇੱਦਾਂ ਦਾ ਦੁੱਧ ਉਹਨੂੰ ਬਹੁਤ ਸਵਾਦ ਲੱਗਦਾ ਸੀ, ਇਸੇ ਕਰਕੇ ਉਹਦੀ ਭੈਣ ਨੇ ਉਹਦੇ ਲਈ ਉੱਥੇ ਰੱਖਿਆ ਹੋਣਾ, ਪਰ ਉਹ ਨਾ ਚਾਹੁੰਦੇ ਹੋਏ ਵੀ ਕਮਰੇ ਦੇ ਵਿਚਾਲੇ ਰੇਂਗਦਾ ਹੋਇਆ ਖਾਣੇ ਤੋਂ ਦੂਰ ਚਲਾ ਗਿਆ। ਦਰਵਾਜ਼ੇ ਵਿਚਲੀ ਤਰੇੜ ਵਿੱਚੋਂ ਗ੍ਰੇਗੋਰ ਵੇਖ ਸਕਦਾ ਸੀ ਕਿ ਗੈਸ ਬੁਝੀ ਹੋਈ ਸੀ। ਆਮ ਤੌਰ 'ਤੇ ਉਹਦਾ ਪਿਓ ਇਸ ਵੇਲੇ ਸ਼ਾਮ ਦਾ ਅਖਬਾਰ ਲੈ ਕੇ ਬੈਠਾ ਹੁੰਦਾ ਸੀ ਅਤੇ ਮਾਂ ਨੂੰ ਉੱਚੀ ਉੱਚੀ ਪੜ੍ਹ ਕੇ ਖਬਰਾਂ ਸੁਣਾਉਂਦਾ ਸੀ ਅਤੇ ਕਦੇ ਕਦੇ ਭੈਣ ਨੂੰ ਵੀ, ਪਰ ਹੁਣ ਉੱਥੇ ਕੋਈ ਵੀ ਆਵਾਜ਼ ਨਹੀਂ ਸੀ ਆ ਰਹੀ। ਗ੍ਰੇਗੋਰ ਦੀ ਭੈਣ ਅਕਸਰ ਕੁਝ ਨਾ ਕੁਝ ਲਿਖਦੀ ਸੀ ਅਤੇ ਉਹਨੂੰ ਇਸ ਪੜ੍ਹਾਈ ਦੇ ਬਾਰੇ ਦੱਸਦੀ ਸੀ, ਪਰ ਹੋ ਸਕਦਾ ਪਿਛਲੇ ਕੁਝ ਸਮੇਂ ਤੋਂ ਉਹਦੇ ਪਿਤਾ ਅਤੇ ਉਹਦੀ ਭੈਣ ਦੀ ਆਦਤ ਛੁੱਟ ਗਈ ਹੋਵੇ। ਆਲੇ ਦੁਆਲੇ ਚੁੱਪ ਚਾਂਦ ਸੀ, ਪਰ ਫਿਰ ਵੀ ਕੋਈ ਨਾ ਕੋਈ ਤਾਂ ਫਲੈਟ ਵਿੱਚ ਜ਼ਰੂਰ ਹੋਏਗਾ। ਪਰਿਵਾਰ ਕਿੰਨੀ ਸ਼ਾਂਤੀ ਨਾਲ ਰਹਿੰਦਾ, ਗ੍ਰੇਗੋਰ ਨੇ ਆਪਣੇ ਆਪ ਨੂੰ ਕਿਹਾ ਅਤੇ ਉਹਨੇ ਹਨੇਰੇ 'ਚ ਗੌਰ ਨਾਲ ਵੇਖਿਆ। ਉਹਨੂੰ ਮਾਣ ਮਹਿਸੂਸ ਹੋਇਆ ਕਿ ਉਹ ਭੈਣ ਅਤੇ ਮਾਪਿਆਂ ਨੂੰ ਇੰਨੇ ਸੋਹਣੇ ਘਰ 'ਚ ਜ਼ਿੰਦਗੀ ਬਿਤਾਉਣ ਕਰਾਉਣ ਦੇ ਕਾਬਲ ਬਣਿਆ, ਪਰ ਹੁਣ ਕੀ ਹੋਏਗਾ।
ਜੇ ਸਾਰੀ ਸ਼ਾਂਤੀ ਅਤੇ ਦੌਲਤ ਦਾ ਭਿਆਨਕ ਅਤੇ ਡਰਾਉਣਾ ਅੰਤ ਹੋ ਗਿਆ। ਪਰ ਗ੍ਰੇਗੋਰ ਇਸ ਬਾਰੇ ਜ਼ਿਆਦਾ ਨਹੀਂ ਸੀ ਸੋਚਣਾ ਚਾਹੁੰਦਾ, ਇਸ ਲਈ ਉਹ ਕਮਰੇ 'ਚ ਇੱਧਰ ਉੱਧਰ ਅਤੇ ਉੱਪਰ ਹੇਠਾਂ ਰੇਂਗਣ ਲੱਗ ਪਿਆ। ਉਹਨੇ ਲੰਬੀ ਸ਼ਾਮ ਨੂੰ ਇੱਕ ਵਾਰੀ ਕਮਰੇ ਦੇ ਇੱਕ ਪਾਸੇ ਦਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹਿਆ ਅਤੇ ਫਟਾਫਟ ਫਿਰ ਬੰਦ ਕਰ ਦਿੱਤਾ ਅਤੇ ਦੂਜੇ ਦਰਵਾਜ਼ੇ ਨਾਲ ਵੀ ਇਹੋ ਕੁਝ ਹੋਇਆ। ਇੰਝ ਲੱਗਦਾ ਸੀ ਕਿ ਜਿਵੇਂ ਕੋਈ ਕਮਰੇ 'ਚ ਆਉਣਾ ਚਾਹੁੰਦਾ ਸੀ, ਪਰ ਉਹ ਫਿਰ ਕੁਝ ਹੋਰ ਇਸ ਤੋਂ ਵਧੀਆ ਸੋਚਣ ਲੱਗਾ। ਗ੍ਰੇਗੋਰ ਤੁਰੰਤ ਦਰਵਾਜ਼ੇ ਕੋਲ ਗਿਆ ਅਤੇ ਉਡੀਕਣ ਲੱਗਾ ਤਾਂ ਜੋ ਕੋਈ ਬੰਦਾ ਉਸ ਰਸਤੇ ਅੰਦਰ ਆ ਜਾਏ ਜਾਂ ਘੱਟੋ ਘੱਟ ਇਹ ਪਤਾ ਲੱਗ ਜਾਏ ਕਿ ਇਹ ਕੌਣ ਸੀ। ਪਰ ਦਰਵਾਜ਼ਾ ਸਾਰੀ ਰਾਤ ਨਾ ਖੁੱਲ੍ਹਿਆ ਅਤੇ ਗ੍ਰੇਗੋਰ ਦੀ ਉਡੀਕ ਵਿਅਰਥ ਰਹੀ। ਬੀਤੀ ਰਾਤ ਜਦੋਂ ਦਰਵਾਜ਼ੇ ਬੰਦ ਸਨ ਤਾਂ ਹਰ ਕੋਈ ਉਹਦੇ ਕੋਲ ਅੰਦਰ ਆਉਣਾ ਚਾਹੁੰਦਾ ਸੀ, ਪਰ ਹੁਣ ਜਦੋਂ ਉਹਨੇ ਦਰਵਾਜ਼ਿਆਂ ਵਿੱਚੋਂ ਇੱਕ ਨੂੰ ਖੋਲ੍ਹਿਆ ਸੀ ਅਤੇ ਦੂਸਰਾ ਦਿਨ ਵਿੱਚ ਥੋੜ੍ਹੇ ਸਮੇਂ ਲਈ ਜਦੋਂ ਦਰਵਾਜ਼ੇ ਖੋਲ੍ਹੇ ਗਏ ਸਨ ਤਾਂ ਕੋਈ ਅੰਦਰ ਨਾ ਆਇਆ, ਸਗੋਂ ਚਾਬੀਆਂ ਵੀ ਦਰਵਾਜ਼ੇ ਦੇ ਦੂਜੇ ਪਾਸੇ ਹੀ ਲੱਗੀਆਂ ਰਹੀਆਂ। ਦੇਰ ਰਾਤ ਤੱਕ ਕਮਰੇ 'ਚ ਗੈਸ ਨਹੀਂ ਬਾਲੀ ਗਈ ਸੀ ਅਤੇ ਹੁਣ ਸਾਫ਼ ਦਿਖਦਾ ਸੀ ਕਿ ਉਹਦੇ ਮਾਪੇ ਅਤੇ ਭੈਣ ਸਾਰਾ ਸਮਾਂ ਜਾਗਦੇ ਰਹੇ ਸਨ, ਕਿਉਂਕਿ ਜਦੋਂ ਤੁਰੇ ਫਿਰਦੇ ਸਨ ਤਾਂ ਉਹਨਾਂ ਦੇ ਕਦਮਾਂ ਦੀ ਆਹਟ ਸਾਫ਼ ਸਾਫ਼ ਸੁਣ ਰਹੀ ਸੀ। ਇੱਕ ਗੱਲ ਪੱਕੀ ਸੀ ਕਿ ਕੋਈ ਵੀ ਸਵੇਰ ਤੱਕ ਕਮਰੇ ਦੇ ਵਿੱਚ ਨਹੀਂ ਗਿਆ ਅਤੇ ਇਸ ਨਾਲ ਉਹਨੂੰ ਬਿਨਾਂ ਪਰੇਸ਼ਾਨ ਹੋਏ ਸੋਚਣ ਲਈ ਕਾਫ਼ੀ ਸਮਾਂ ਮਿਲਿਆ ਕਿ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਕਿਵੇਂ ਪਟੜੀ 'ਤੇ ਲੈ ਕੇ ਆਏ। ਬੇਸ਼ੱਕ ਉਹ ਇੱਥੇ 5 ਸਾਲ ਤੋਂ ਰਹਿ ਰਿਹਾ ਸੀ, ਪਰ ਕਿਸੇ ਨਾ ਕਿਸੇ ਕਾਰਨ ਉਹ ਲੰਬਾ ਖਾਲੀ ਕਮਰਾ ਜਿੱਥੇ ਉਹਨੂੰ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਉਹਨੂੰ ਬੇਚੈਨ ਕਰਦਾ ਸੀ। ਉਹਨੇ ਫਰਸ਼ 'ਤੇ ਲੇਟਦੇ ਹੋਏ ਨੇ ਸੋਚਿਆ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ, ਉਹ ਸ਼ਰਮ ਦਾ ਮਾਰਿਆ ਹੋਰ ਕੀ ਕਰੇ। ਉਹ ਭੱਜ ਕੇ ਸੋਫੇ ਦੇ ਹੇਠਾਂ ਵੜ ਗਿਆ। ਇੱਦਾਂ ਉਹਦੀ ਢੂਈ 'ਤੇ ਦਾਬ ਆ ਗਿਆ ਅਤੇ ਹੁਣ ਉਹ ਸਿਰ ਨਹੀਂ ਸੀ ਚੱਕ ਸਕਦਾ। ਪਰ ਫਿਰ ਵੀ ਉਹ ਜਲਦੀ ਸਹਿਜ ਹੋ ਗਿਆ ਅਤੇ ਉਹਨੂੰ ਇੱਕ ਗੱਲ ਦਾ ਪਛਤਾਵਾ ਹੋਇਆ ਕਿ ਉਹਦਾ ਸਰੀਰ ਇੰਨਾ ਵੱਡਾ ਸੀ ਕਿ ਹੇਠਾਂ ਨਹੀਂ ਸੀ ਜਾ ਸਕਿਆ। ਉਹ ਸਾਰੀ ਰਾਤ ਉੱਥੇ ਪਿਆ ਰਿਹਾ। ਕੁਝ ਸਮਾਂ ਉਹ ਕੱਚੀ ਨੀਂਦ 'ਤੇ ਸੌਂ ਗਿਆ, ਪਰ ਉਹ ਆਪਣੀ ਭੁੱਖ ਦੇ ਕਾਰਨ ਬਾਰ ਬਾਰ ਜਾਗ ਜਾਂਦਾ ਸੀ ਅਤੇ ਕੁਝ ਸਮਾਂ ਉਹਨੇ ਚਿੰਤਾਵਾਂ ਅਤੇ ਬੇਅਰਥ ਆਸਾਂ 'ਚ ਬਿਤਾਇਆ, ਪਰ ਹਮੇਸ਼ਾ ਇੱਕੋ ਨਤੀਜੇ 'ਤੇ ਪਹੁੰਚਿਆ ਕਿ ਹਾਲ ਦੀ ਘੜੀ ਉਹਨੂੰ ਸ਼ਾਂਤ ਰਹਿਣਾ ਚਾਹੀਦਾ, ਉਹਨੂੰ ਹਰ ਹਾਲਤ 'ਚ ਸਬਰ ਕਰਨਾ ਪੈਣਾ ਅਤੇ ਸਭ ਤੋਂ ਵੱਧ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਕਿ ਉਹਦੀ ਹੋਣ ਵਾਲੀ ਹਾਲਤ ਨਾਲ ਜੋ ਉਹਦੇ ਪਰਿਵਾਰ 'ਤੇ ਬਿਪਤਾ ਆ ਪਈ ਹੈ, ਪਰਿਵਾਰ ਇਸ ਮੁਸ਼ਕਲ ਨੂੰ ਸਹਾਰ ਸਕੇ। ਗ੍ਰੇਗੋਰ ਨੂੰ ਆਪਣੇ ਫੈਸਲੇ ਦੀ ਤਾਕਤ ਪਰਖਣ ਦੀ ਘੜੀ ਦੀ ਛੇਤੀ ਆ ਗਈ। ਜਦੋਂ ਅਗਲੀ ਸਵੇਰ ਅਜੇ ਰਾਤ ਖਤਮ ਹੋਣ ਤੋਂ ਪਹਿਲਾਂ ਤੜਕੇ ਹੀ ਉਹਦੀ ਭੈਣ ਨੇ ਲਗਭਗ ਤਿਆਰ ਹੋ ਕੇ ਸਾਹਮਣੇ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਤਸੁਕਤਾ ਨਾਲ ਅੰਦਰ ਵੇਖਿਆ। ਉਹਨੇ ਉਹਨੂੰ ਸਿੱਧਾ ਨਹੀਂ ਵੇਖਿਆ, ਪਰ ਉਹਨੇ ਕਿਤੇ ਤਾਂ ਹੋਣਾ ਹੀ ਸੀ ਅਤੇ ਉਹਨੇ ਵੇਖਿਆ ਕਿ ਉਹ ਸੋਫੇ ਹੇਠਾਂ ਹੈ। ਰੱਬ ਦਾ ਸ਼ੁਕਰ ਸੀ ਕਿ ਉਹ ਉੱਡ ਨਹੀਂ ਸੀ ਸਕਦਾ। ਉਹ ਇੰਨੀ ਹੈਰਾਨ ਹੋਈ ਕਿ ਆਪਣੇ ਆਪ ਤੋਂ ਕਾਬੂ ਗੁਆ ਬੈਠੀ ਅਤੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਦੁਬਾਰਾ ਬੰਦ ਕਰ ਦਿੱਤਾ। ਪਰ ਉਹਨੂੰ ਆਪਣੇ ਕੀਤੇ 'ਤੇ ਪਛਤਾਵਾ ਹੋਇਆ ਅਤੇ ਉਹਨੇ ਫਿਰ ਸਿੱਧਾ ਜਾ ਦਰਵਾਜ਼ਾ ਖੋਲ੍ਹਿਆ ਅਤੇ ਪੋਲੇ ਪੈਰੀ ਅੰਦਰ ਆ ਗਏ, ਜਿਵੇਂ ਕਿਸੇ ਗੰਭੀਰ ਮਰੀਜ਼ ਜਾਂ ਕਿਸੇ ਅਜਨਬੀ ਦੇ ਕਮਰੇ 'ਚ ਜਾਣਾ ਹੁੰਦਾ ਹੈ। ਗ੍ਰੇਗੋਰ ਨੇ ਆਪਣਾ ਸਿਰ ਅਗਾਂਹ ਨੂੰ ਸੋਫੇ ਦੇ ਸੱਜੇ ਕਿਨਾਰੇ ਵੱਲ ਕੱਢਿਆ ਅਤੇ ਉਸ ਵੱਲ ਵੇਖਿਆ ਕਿ ਉਹਨੇ ਵੇਖਿਆ ਸੀ ਕਿ ਦੁੱਧ ਵਿੱਚ ਛੱਡ ਦਿੱਤਾ ਗਿਆ ਸੀ, ਕਿ ਉਹਨੂੰ ਪਤਾ ਲੱਗਿਆ ਸੀ ਕਿ ਦੁੱਧ ਭੁੱਖ ਨਾ ਹੋਣ ਕਾਰਨ ਨਹੀਂ ਛੱਡਿਆ, ਸਗੋਂ ਉਹਨੂੰ ਕੋਈ ਹੋਰ ਵਧੀਆ ਚੀਜ਼ ਚਾਹੀਦੀ ਸੀ। ਜੇ ਉਹਦੀ ਭੈਣ ਨੇ ਆਪ ਇੱਦਾਂ ਨਾ ਕੀਤਾ ਤਾਂ ਉਹਨੂੰ ਚੇਤਾ ਕਰਾਉਣ ਦੀ ਬਜਾਏ ਭੁੱਖਾ ਹੀ ਮਰ ਜਾਏਗਾ। ਹਾਲਾਂਕਿ ਉਹਦਾ ਦਿਲ ਕੀਤਾ ਕਿ ਉਹ ਸੋਫੇ ਹੇਠੋਂ ਨਿਕਲੇ ਅਤੇ ਭੱਜ ਕੇ ਆਪਣੀ ਭੈਣ ਦੇ ਪੈਰੀਂ ਪੈ ਜਾਏ ਅਤੇ ਉਹ ਤੋਂ ਕੋਈ ਚੰਗੀ ਜਿਹੀ ਚੀਜ਼ ਖਾਣ ਨੂੰ ਮੰਗੇ। ਹਾਲਾਂਕਿ ਉਹਦੀ ਭੈਣ ਨੇ ਤੁਰੰਤ ਵੇਖ ਲਿਆ ਕਿ ਦੁੱਧ ਵਾਲਾ ਭਾਂਡਾ ਉਵੇਂ ਹੀ ਭਰਿਆ ਪਿਆ ਸੀ ਅਤੇ ਹੈਰਾਨੀਜਨਕ ਤਰੀਕੇ ਨਾਲ ਉਹਦੇ ਛਿੱਟੇ ਫਰਸ਼ 'ਤੇ ਪਏ ਸਨ। ਉਸੇ ਵੇਲੇ ਉਸ ਭਾਂਡੇ ਨੂੰ ਨੰਗੇ ਹੱਥਾਂ ਨਾਲ ਨਹੀਂ ਸਗੋਂ ਕਿਸੇ ਪੁਰਾਣੇ ਕੱਪੜੇ ਨਾਲ ਚੁੱਕ ਕੇ ਬਾਹਰ ਲੈ ਗਈ। ਗ੍ਰੇਗੋਰ ਨੂੰ ਬੜੀ ਅਚਵੀ ਲੱਗ ਗਈ ਕਿ ਇਹਦੀ ਜਗ੍ਹਾ ਹੁਣ ਉਹ ਕੀ ਲਿਆਵੇਗੀ, ਪਰ ਉਹ ਕਦੇ ਅੰਦਾਜ਼ਾ ਵੀ ਨਹੀਂ ਸੀ ਲਾ ਸਕਦਾ ਕਿ ਉਹਦੀ ਭੈਣ ਕਿੰਨੀ ਚੰਗੀ ਹੈ ਅਤੇ ਕੀ ਲਿਆਈ ਸੀ। ਉਹਦੇ ਸਵਾਦ ਨੂੰ ਪਰਖਣ ਲਈ ਉਹ ਅਖਬਾਰ 'ਤੇ ਰੱਖ ਕੇ ਕਈ ਚੀਜ਼ਾਂ ਲੈ ਆਈ ਸੀ, ਪੁਰਾਣੀਆਂ ਅੱਧੀਆਂ ਘੁੱਗਲੀਆਂ ਸੜੀਆਂ ਸਬਜ਼ੀਆਂ, ਚਿੱਟੀ ਚਟਨੀ ਨਾਲ ਲਿਬੜੀਆਂ, ਸ਼ਾਮ ਦੇ ਖਾਣੇ 'ਚੋਂ ਬਚੀਆਂ ਨਰਮ ਹੱਡੀਆਂ ਜੋ ਹੁਣ ਸਖਤ ਹੋ ਗਈਆਂ ਸਨ, ਕਿਸ਼ਮਿਸ਼ ਅਤੇ ਬਦਾਮ, ਥੋੜ੍ਹਾ ਜਿਹਾ ਪਨੀਰ ਜਿਹੜਾ ਗ੍ਰੇਗੋਰ ਨੇ 2 ਦਿਨ ਪਹਿਲਾਂ ਨਾ ਖਾਣ ਯੋਗ ਆਖਿਆ ਸੀ, ਇੱਕ ਸੁੱਕੀ ਰੋਟੀ ਅਤੇ ਮੱਖਣ 'ਤੇ ਨਮਕ ਲੱਗੇ ਹੋਏ ਕੁਝ ਬ੍ਰੈਡਾਂ ਦੇ ਟੁਕੜੇ। ਨਾਲ ਹੀ ਉਹਨੇ ਉਸ ਕਟੋਰੇ 'ਚ ਪਾਣੀ ਪਾ ਕੇ ਉਹਦੇ ਲਾਗੇ ਰੱਖ ਦਿੱਤਾ, ਜੋ ਕਿ ਸ਼ਾਇਦ ਪੱਕੇ ਤੌਰ 'ਤੇ ਗ੍ਰੇਗੋਰ ਲਈ ਰੱਖ ਦਿੱਤਾ ਸੀ। ਫਿਰ ਉਹਨੇ ਗ੍ਰੇਗੋਰ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਿ ਉਹ ਉਹਦੇ ਸਾਹਮਣੇ ਕੁਛ ਨਹੀਂ ਖਾਏਗਾ ਤੇਜ਼ੀ ਨਾਲ ਬਾਹਰ ਨਿਕਲ ਗਈ ਅਤੇ ਬਾਹਰੋਂ ਜੰਦਰੇ ਦੀ ਕੁੰਜੀ ਵੀ ਘੁਮਾ ਗਈ ਤਾਂ ਕਿ ਉਹ ਆਪਣੀ ਮਰਜ਼ੀ ਨਾਲ ਜੋ ਚੰਗਾ ਲੱਗਦਾ ਉਹ ਕਰ ਸਕੇ। ਗ੍ਰੇਗੋਰ ਦੀਆਂ ਲੱਤਾਂ ਕੁਝ ਹਿੱਲੀਆਂ ਤਾਂ ਕੀ ਕੁਝ ਖਾ ਲਵੇ,
ਹੋਰ ਤਾਂ ਹੋਰ ਉਹਦੀਆਂ ਸੱਟਾਂ ਪਹਿਲਾਂ ਹੀ ਇੰਨੀਆਂ ਠੀਕ ਹੋ ਗਈਆਂ ਕਿ ਉਹਨੂੰ ਤੁਰਨ ਫਿਰਨ 'ਚ ਕੋਈ ਤਕਲੀਫ ਨਾ ਹੋਈ। ਉਹਨੂੰ ਇਸ 'ਤੇ ਬੜੀ ਹੈਰਾਨੀ ਹੋਈ ਕਿਉਂ ਜੋ ਥੋੜ੍ਹੇ ਦਿਨ ਪਹਿਲਾਂ ਉਹਦੀ ਉਂਗਲੀ ਵੱਢੀ ਗਈ ਸੀ ਅਤੇ ਕੱਲ੍ਹ ਵੀ ਅਜੇ ਪੀੜ ਹੋ ਰਹੀ ਸੀ ਕਿ ਮੈਨੂੰ ਹੁਣ ਪਹਿਲਾਂ ਨਾਲੋਂ ਘੱਟ ਮਹਿਸੂਸ ਹੁੰਦਾ ਜਿੰਨਾ ਕਿ ਆਮ ਤੌਰ 'ਤੇ ਹੁੰਦਾ। ਉਹਨੇ ਸੋਚਿਆ ਅਤੇ ਉਹ ਲਾਲਚ ਵਸ ਉਸ ਪਨੀਰ ਨੂੰ ਚੂਸ ਰਿਹਾ ਸੀ ਜਿਹਨੇ ਉਹਨੂੰ ਅਖਬਾਰ ਵਿੱਚ ਪਈਆਂ ਹੋਰ ਚੀਜ਼ਾਂ ਨਾਲੋਂ ਸਭ ਤੋਂ ਵੱਧ ਆਕਰਸ਼ਿਤ ਕੀਤਾ ਸੀ। ਇੱਕ ਤੋਂ ਬਾਅਦ ਇੱਕ ਉਹ ਪਨੀਰ ਸਬਜ਼ੀਆਂ ਅਤੇ ਚਟਨੀ ਖਾ ਗਿਆ ਅਤੇ ਖੁਸ਼ੀ ਨਾਲ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਦੂਜੇ ਪਾਸੇ ਤਾਜ਼ਾ ਭੋਜਨ ਉਹਨੂੰ ਪਸੰਦ ਨਾ ਆਇਆ ਅਤੇ ਸਗੋਂ ਜਿਹੜੀਆਂ ਚੀਜ਼ਾਂ ਉਹਨੂੰ ਪਸੰਦ ਨਾ ਆਈਆਂ ਉਹਨੇ ਥੋੜ੍ਹੀਆਂ ਪਰਾਂ ਤੱਕ ਦਿੱਤੀਆਂ ਕਿਉਂਕਿ ਉਹਨਾਂ ਦੀ ਮੁਸ਼ਕ ਉਹ ਸਹਾਰ ਨਹੀਂ ਸੀ ਸਕਦਾ। ਖਾਣ ਪੀਣ ਤੋਂ ਕਾਫੀ ਦੇਰ ਬਾਅਦ ਜਦੋਂ ਸੁਸਤਾ ਕੇ ਪੈ ਗਿਆ ਉਹਦੀ ਭੈਣ ਨੇ ਚਾਬੀ ਘੁਮਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਇਸ਼ਾਰਾ ਕੀਤਾ ਤਾਂ ਕਿ ਇੰਨੇ ਸਮੇਂ ਵਿੱਚ ਉਹ ਵਾਪਸ ਚਲਾ ਜਾਏ। ਉਹਨੂੰ ਇੱਕਦਮ ਹੈਰਾਨੀ ਹੋਈ, ਬੇਸ਼ੱਕ ਵੱਧ ਉਨੀਂਦਰਾ ਹੀ ਸੀ ਪਰ ਉਹ ਤੇਜ਼ੀ ਨਾਲ ਵਾਪਸ ਸੋਫੇ ਹੇਠਾਂ ਵੜ ਗਿਆ। ਜਿੰਨਾ ਚਿਰ ਉਹਦੀ ਭੈਣ ਉੱਥੇ ਸੀ ਉਹਨੂੰ ਉੱਥੇ ਥੋੜ੍ਹੇ ਸਮੇਂ ਲਈ ਰੁਕੇ ਰਹਿਣ ਲਈ ਵੀ ਆਪਣੇ ਆਪ 'ਤੇ ਕਾਬੂ ਕਰਨਾ ਪੈਣਾ ਸੀ ਕਿਉਂਕਿ ਇੰਨਾ ਕੁਝ ਖਾਣ ਲਈ ਉਹਦਾ ਸਰੀਰ ਫੁੱਲ ਗਿਆ ਸੀ ਅਤੇ ਇੰਨੀ ਘੱਟ ਥਾਂ ਵਿੱਚ ਉਹਨੂੰ ਸਾਹ ਲੈਣਾ ਔਖਾ ਹੋਇਆ ਸੀ। ਇਸ ਦਮ ਘੁੱਟਦੇ ਵਿੱਚ ਉਹਦੀਆਂ ਫਰਕ ਦੀਆਂ ਅੱਖਾਂ ਨੇ ਵੇਖਿਆ ਕਿ ਬਦਾਵਾਸੀ 'ਚ ਉਹਦੀ ਭੈਣ ਝਾੜੂ ਲੈ ਆਈ ਅਤੇ ਬਚਿਆ ਖੁਚਿਆ ਹੂੰਝ ਕੇ ਬਾਕੀ ਦੇ ਖਾਣੇ ਜਿਹਨੂੰ ਉਹਨੇ ਹੱਥ ਵੀ ਨਹੀਂ ਸੀ ਲਾਇਆ ਕੂੜੇਦਾਨ 'ਚ ਪਾ ਕੇ ਲੈ ਗਈ, ਜਿਵੇਂ ਕਿ ਉਹ ਖਾਣਾ ਫੇਰ ਨਹੀਂ ਸੀ ਵਰਤਿਆ ਜਾਣਾ। ਉਹਨੇ ਫਟਾਫਟ ਸਾਰਾ ਕੁਝ ਕੂੜੇਦਾਨ 'ਚ ਪਾਉਣ ਮਗਰੋਂ ਇਹਨੂੰ ਲੱਕੜੀ ਦੇ ਢੱਕਣ ਨਾਲ ਬੰਦ ਕਰਕੇ ਬਾਹਰੋਂ ਕੱਢ ਦਿੱਤਾ। ਉਹਨੇ ਅਜੇ ਪੇਠੀ ਮੋੜੀ ਸੀ ਕਿ ਗ੍ਰੇਗੋਰ ਸੋਫੇ ਹੇਠੋਂ ਬਾਹਰ ਆ ਗਿਆ ਅਤੇ ਅੰਗੜਾਈ ਲੈਣ ਲੱਗਾ। ਇਸ ਤਰ੍ਹਾਂ ਗ੍ਰੇਗੋਰ ਨੂੰ ਹਰ ਰੋਜ਼ ਖਾਣ ਨੂੰ ਮਿਲਣ ਲੱਗਿਆ। ਕਈ ਵਾਰੀ ਸਵੇਰੇ ਜਦੋਂ ਉਹਦੇ ਮਾਪੇ ਅਤੇ ਨੌਕਰਾਣੀ ਸੁੱਤੇ ਹੁੰਦੇ ਜਾਂ ਕਈ ਵਾਰੀ ਅੱਧੀ ਰਾਤ ਨੂੰ ਜਦੋਂ ਸਾਰੇ ਰੋਟੀ ਪਾਣੀ ਖਾ ਪੀ ਕੇ ਸੌਂ ਜਾਂਦੇ ਸਨ ਤਾਂ ਉਦੋਂ ਉਹਦੀ ਭੈਣ ਨੌਕਰਾਣੀ ਨੂੰ ਕਿਸੇ ਬਹਾਨੇ ਬਾਹਰ ਭੇਜ ਦਿੰਦੀ ਸੀ। ਗ੍ਰੇਗੋਰ ਦੇ ਮਾਤਾ ਪਿਤਾ ਉਹ ਇਹ ਤਾਂ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਉਹ ਭੁੱਖਾ ਰਹੇ, ਪਰ ਸ਼ਾਇਦ ਉਹਦੇ ਖਾਣੇ ਦੇ ਬਾਰੇ ਸੁਣੀਆਂ ਗੱਲਾਂ ਤੋਂ ਵੱਧ ਉਹਦੇ ਕੋਲ ਖੜ੍ਹੇ ਹੋਣ ਦੇ ਅਹਿਸਾਸ ਬਾਰੇ ਉਹਨਾਂ ਨੂੰ ਜ਼ਿਆਦਾ ਫਿਕਰ ਸੀ ਅਤੇ ਸ਼ਾਇਦ ਉਹਦੀ ਭੈਣ ਉਹਨਾਂ ਨੂੰ ਇਸ ਮੁਸੀਬਤ ਤੋਂ ਮੁਕਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਸੱਚਮੁੱਚ ਕਾਫੀ ਦੁਖੀ ਸਨ। ਗ੍ਰੇਗੋਰ ਲਈ ਇਹ ਗੱਲ ਪਤਾ ਕਰਨੀ ਅਸੰਭਵ ਸੀ ਕਿ ਉਹਨਾਂ ਨੇ ਡਾਕਟਰ ਅਤੇ ਸਿਕਲੀਗੀਰ ਨੂੰ ਘਰੋਂ ਜਾਣ ਲਈ ਕੀ ਕਿਹਾ ਸੀ ਕਿਉਂਕਿ ਕੋਈ ਵੀ ਉਹਨੂੰ ਸਮਝ ਨਹੀਂ ਸੀ ਸਕਦਾ। ਇੱਥੋਂ ਤੱਕ ਕਿ ਉਹਦੀ ਭੈਣ ਨੇ ਵੀ ਇਹ ਨਾ ਸੋਚਿਆ ਕਿ ਗ੍ਰੇਗੋਰ ਉਹਨੂੰ ਸਮਝ ਸਕਦਾ ਸੀ। ਜਦੋਂ ਵੀ ਉਹਦੀ ਭੈਣ ਰੱਬ ਅੱਗੇ ਅਰਦਾਸ ਕਰਦੀ ਅਤੇ ਉਹਦੇ ਕਮਰੇ ਦੁਆਲੇ ਘੁੰਮਦੀ ਤਾਂ ਉਹਨੂੰ ਸੰਤੁਸ਼ਟੀ ਜਿਹੀ ਹੁੰਦੀ। ਬੇਸ਼ੱਕ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਉਹ ਇਹਨਾਂ ਹਾਲਤਾਂ ਦੀ ਪੂਰੀ ਤਰ੍ਹਾਂ ਆਦੀ ਹੋਵੇ, ਪਰ ਬਾਅਦ ਵਿੱਚ ਉਹ ਇਸ ਸਾਰੇ ਕਾਸੇ ਤੋਂ ਥੋੜ੍ਹਾ ਬਹੁਤ ਵਾਕਫ ਹੋ ਗਏ। ਗ੍ਰੇਗੋਰ ਨੂੰ ਕਈ ਵਾਰ ਦੋਸਤਾਨਾ ਫਿਕਰੇ ਸੁਣਨ ਨੂੰ ਮਿਲਦੇ ਜਾਂ ਘੱਟੋ ਘੱਟ ਇਹੋ ਜਿਹਾ ਫਿਕਰਾ ਜੋ ਦੋਸਤਾਨਾ ਸਮਝਿਆ ਜਾ ਸਕਦਾ ਸੀ। ਉਹਨੇ ਅੱਜ ਰਾਤੀ ਖਾਣੇ ਦਾ ਮਜ਼ਾ ਲਿਆ, ਉਦੋਂ ਕਹਿੰਦੀ ਜਦੋਂ ਦਿਲ ਲਾ ਕੇ ਉਸ ਲਈ ਬਚਿਆ ਸਾਰਾ ਖਾਣਾ ਚਟਮ ਕਰ ਜਾਂਦਾ ਜਾਂ ਜੇਕਰ ਉਹ ਜ਼ਿਆਦਾ ਛੱਡ ਦਿੰਦਾ ਤਾਂ ਜਿਵੇਂ ਆਮ ਤੌਰ 'ਤੇ ਜ਼ਿਆਦਾਤਰ ਛੱਡਣ ਲੱਗ ਪਿਆ ਸੀ ਤਾਂ ਉਦਾਸ ਹੋ ਕੇ ਕਹਿੰਦੀ ਹੁਣ ਫੇਰ ਸਾਰਾ ਵਿੱਚੇ ਛੱਡ ਦਿੱਤਾ। ਬੇਸ਼ੱਕ ਸਿੱਧਿਆਂ ਗ੍ਰੇਗੋਰ ਲਈ ਕੋਈ ਖ਼ਬਰ ਨਾ ਸੁਣ ਸਕਦਾ ਪਰ ਨਾਲ ਦੇ ਕਮਰੇ 'ਚ ਕੀ ਬੋਲਿਆ ਗਿਆ ਉਹ ਸੁਣ ਲੈਂਦਾ ਅਤੇ ਜਦੋਂ ਕਿਸੇ ਨੂੰ ਬੋਲਦਿਆਂ ਸੁਣਦਾ ਤਾਂ ਉਸ ਦਰਵਾਜ਼ੇ ਨਾਲ ਭੱਜਾ ਜਾਂਦਾ ਅਤੇ ਆਪਣਾ ਸਾਰਾ ਸਰੀਰ ਦਰਵਾਜ਼ੇ ਨਾਲ ਲਗਾ ਲੈਂਦਾ। ਉੱਧਰ ਬਹੁਤ ਘੱਟ ਗੱਲਬਾਤ ਹੁੰਦੀ, ਖਾਸ ਤੌਰ 'ਤੇ ਪਹਿਲੀ ਵਾਰ ਉਸ ਬਾਰੇ ਕੋਈ ਗੱਲ ਨਾ ਹੋਈ ਭਾਵੇਂ ਗੁਪਤ ਹੀ ਸੀ। ਪੂਰੇ 2 ਦਿਨ ਖਾਣੇ ਵੇਲੇ ਇਹੋ ਗੱਲ ਹੁੰਦੀ ਕਿ ਹੁਣ ਉਹ ਕੀ ਕਰਾਂ, ਪਰ ਖਾਣੇ ਤੋਂ ਇਲਾਵਾ ਕਿਸੇ ਹੋਰ ਸਮੇਂ ਵੀ ਉਹ ਇਸੇ ਵਿਸ਼ੇ 'ਤੇ ਗੱਲ ਕਰ ਲੈਂਦੇ ਸਨ ਕਿਉਂਕਿ ਘੱਟੋ ਘੱਟ 2 ਜਣੇ ਤਾਂ ਘਰ ਹੀ ਰਹਿੰਦੇ ਸਨ, ਕੋਈ ਆਪਣੀ ਮਰਜ਼ੀ ਨਾਲ ਉੱਥੇ ਨਹੀਂ ਸੀ ਰਹਿਣਾ ਚਾਹੁੰਦਾ। ਪਰ ਫਲੈਟ ਨੂੰ ਸਾਰਾ ਖਾਲੀ ਛੱਡਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਅਤੇ ਪਹਿਲੇ ਹੀ ਦਿਨ ਨੌਕਰਾਣੀ ਗੋਡਿਆਂ ਭਾਰ ਡਿੱਗ ਪਈ ਅਤੇ ਉਹਨੇ ਗ੍ਰੇਗੋਰ ਦੀ ਮਾਤਾ ਤੋਂ ਝੱਟ ਛੁੱਟੀ ਮੰਗ ਲਈ। ਇਸ ਬਾਰੇ ਬਿਲਕੁਲ ਪਤਾ ਨਾ ਚੱਲਿਆ ਕਿ ਉਹਨੂੰ ਕਿੰਨੀ ਕੁ ਗੱਲ ਦਾ ਪਤਾ ਲੱਗਿਆ, ਸਗੋਂ 15 ਕੁ ਮਿੰਟਾਂ ਵਿੱਚ ਹੀ ਚਲੀ ਗਈ। ਉਹਦੀ ਬਰਖਾਸਤਗੀ ਦੇ ਅਤੇ ਅੱਥਰੂਆਂ ਨਾਲ ਉਹਨੇ ਗ੍ਰੇਗੋਰ ਦੀ ਮਾਂ ਦਾ ਧੰਨਵਾਦ ਕੀਤਾ ਕਿਉਂਕਿ ਉਹਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਸੀ। ਸਗੋਂ ਜਾਣ ਸਮੇਂ ਉਹਨੇ ਪੱਕਾ ਸਹੁੰ ਖਾਧੀ ਕਿ ਕਿਸੇ ਨੂੰ ਭੋਰਾ ਵੀ ਨਹੀਂ ਦੱਸੇਗੀ ਕਿ ਕੀ ਹੋਇਆ ਸੀ, ਭਾਵੇਂ ਕਿ ਕਿਸੇ ਨੇ ਵੀ ਉਸ ਤੋਂ ਕੁਝ ਪੁੱਛਿਆ ਨਹੀਂ ਸੀ। ਹੁਣ ਖਾਣਾ ਬਣਾਉਣ ਲਈ ਗ੍ਰੇਗੋਰ ਦੀ ਭੈਣ ਨੂੰ ਉਹਦੀ ਮਾਂ ਦੀ ਮਦਦ ਕਰਨੀ ਪਈ। ਬੇਸ਼ੱਕ ਇਹ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਕੋਈ ਵੀ ਜ਼ਿਆਦਾ ਨਹੀਂ ਖਾਂਦਾ ਸੀ ਅਤੇ ਗ੍ਰੇਗੋਰ ਅਕਸਰ ਸੁਣਦਾ ਸੀ ਕਿ ਕਿਵੇਂ ਹਰ ਕੋਈ ਇੱਕ ਦੂਜੇ ਨੂੰ ਖਾਣਾ ਖਵਾਉਣ ਦੀ ਅਸਫਲ ਕੋਸ਼ਿਸ਼ ਕਰਦਾ ਅਤੇ ਅੱਗੋਂ ਜਵਾਬ ਮਿਲਦਾ ਨਾ ਬਸ ਸ਼ੁਕਰੀਆ ਮੇਰੇ ਕੋਲ ਬਹੁਤ ਹੈ ਜਾਂ ਕੁਝ ਇੱਦਾਂ ਦੀਆਂ ਹੀ ਹੋਰ ਗੱਲਾਂ ਸੁਣਦੀਆਂ ਅਤੇ ਘਰ ਵਿੱਚ ਨਾ ਹੀ ਕੋਈ ਵੱਧ ਪੀਂਦਾ
ਉਹਦੀ ਭੈਣ ਨੇ ਕਈ ਵਾਰ ਉਹਦੇ ਪਿਓ ਨੂੰ ਪੁੱਛਿਆ ਕਿ ਕੀ ਉਹ ਬੀਅਰ ਲੈਣੀ ਪਸੰਦ ਕਰੇਗਾ ਤਾਂ ਕਿ ਉਹ ਆਪਣੇ ਲਈ 20 ਗਲਾਸ ਭਰ ਲਿਆਵੇ। ਜਦੋਂ ਉਹਦਾ ਪਿਤਾ ਕੁਝ ਨਾ ਬੋਲਦਾ ਤਾਂ ਉਹ ਫਿਰ ਬੋਲਦੀ ਤਾਂ ਜੋ ਆਪਣੇ ਆਪ ਨੂੰ ਸਵਾਰਥੀ ਨਾ ਸਮਝੇ ਅਤੇ ਨੌਕਰਾਣੀ ਨੂੰ ਇਸ ਕੰਮ ਲਈ ਭੇਜ ਸਕੇ। ਪਰ ਉਹਦਾ ਪਿਤਾ ਉੱਚੀ ਸਾਰੀ ਨਹੀਂ ਬੋਲ ਕੇ ਸਾਰੀ ਗੱਲ ਖਤਮ ਕਰ ਦਿੰਦਾ ਅਤੇ ਫਿਰ ਕੋਈ ਨਾ ਬੋਲਦਾ। ਪਹਿਲੇ ਦਿਨ ਜਦੋਂ ਅਜੇ ਦਿਨ ਢਲਿਆ ਹੀ ਸੀ ਉਹਦੇ ਪਿਤਾ ਨੇ ਗ੍ਰੇਗੋਰ ਦੀ ਮਾਂ ਅਤੇ ਭੈਣ ਨੂੰ ਸਮਝਾ ਦਿੱਤਾ ਕਿ ਉਹਨਾਂ ਕੋਲ ਕਿੰਨੀ ਕੁ ਪੂੰਜੀ ਜਾਂ ਸੰਭਾਵਨਾਵਾਂ ਹਨ। ਹੁਣ ਤਾਂ ਪਹਿਲਾਂ ਹੀ ਉਹ ਮੇਜ਼ ਕੋਲ ਖਲੋ ਗਿਆ ਅਤੇ ਛੋਟੇ ਗੱਲੇ ਵਿੱਚੋਂ ਕੁਝ ਰਸੀਦਾਂ ਅਤੇ ਦਸਤਾਵੇਜ਼ ਲੈ ਆਇਆ ਜਿਹੜੇ ਉਹਨੂੰ ਉਸ ਵਪਾਰ 'ਚੋਂ ਬਚੇ ਸਨ ਜੋ 5 ਸਾਲ ਪਹਿਲਾਂ ਠੱਪ ਹੋ ਗਿਆ ਸੀ। ਗ੍ਰੇਗੋਰ ਨੇ ਸੁਣਿਆ ਕਿ ਗੁੰਝਲਦਾਰ ਤਾਲਾ ਉਹਨੇ ਕਿਵੇਂ ਖੋਲ੍ਹਿਆ ਅਤੇ ਇਸ ਵਿੱਚੋਂ ਜੋ ਚੀਜ਼ਾਂ ਉਹਨੂੰ ਚਾਹੀਦੀਆਂ ਸਨ ਉਹਨਾਂ ਨੂੰ ਕੱਢਣ ਤੋਂ ਬਾਅਦ ਫਿਰ ਬੰਦ ਕਰ ਦਿੱਤਾ। ਜਦੋਂ ਦਾ ਗ੍ਰੇਗੋਰ ਨੂੰ ਕਮਰੇ 'ਚ ਬੰਦ ਕੀਤਾ ਗਿਆ ਸੀ ਉਦੋਂ ਦੀ ਇਹ ਪਹਿਲੀ ਖੁਸ਼ਖਬਰੀ ਸੀ ਜਿਹੜੀ ਉਹਨੇ ਆਪਣੇ ਪਿਤਾ ਤੋਂ ਸੁਣੀ ਸੀ। ਉਹਨੇ ਤਾਂ ਸੋਚ ਰੱਖਿਆ ਸੀ ਕਿ ਉਹਦੇ ਪਿਤਾ ਨੂੰ ਵਪਾਰ 'ਚ ਕੁਝ ਵੀ ਨਹੀਂ ਸੀ ਬਚਿਆ। ਘੱਟੋ ਘੱਟ ਵਪਾਰ ਸੰਬੰਧੀ ਕਿਸੇ ਵੱਖਰੀ ਗੱਲ ਬਾਰੇ ਉਹਦੇ ਪਿਤਾ ਨੇ ਉਹਨੂੰ ਕਦੀ ਨਹੀਂ ਸੀ ਦੱਸਿਆ ਅਤੇ ਗ੍ਰੇਗੋਰ ਨੇ ਕਦੇ ਇਸ ਬਾਬਤ ਆਪਣੇ ਪਿਤਾ ਕੋਲੋਂ ਪੁੱਛਿਆ ਵੀ ਨਹੀਂ ਸੀ। ਉਹਨਾਂ ਦੇ ਕਾਰੋਬਾਰ ਦੀ ਬਦਕਿਸਮਤੀ ਨੇ ਸਾਰੇ ਟੱਬਰ ਨੂੰ ਘੋਰ ਨਿਰਾਸ਼ਾ 'ਚ ਪਾ ਦਿੱਤਾ ਸੀ ਅਤੇ ਗ੍ਰੇਗੋਰ ਨੂੰ ਇਸ ਸਮੇਂ ਇਹੀ ਫਿਕਰ ਸੀ ਕਿ ਉਹ ਕੁਝ ਨਾ ਕੁਝ ਪ੍ਰਬੰਧ ਕਰੇ ਤਾਂ ਕਿ ਉਹ ਇਸ ਸਾਰੇ ਕਾਸੇ ਨੂੰ ਜਲਦੀ ਤੋਂ ਜਲਦੀ ਭੁੱਲ ਜਾਏ। ਫਿਰ ਉਹਨੇ ਇਸ ਲਈ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਅੰਦਰ ਬਲਦੀ ਅੱਗ ਨੇ ਉਹਨੂੰ ਇੱਕ ਜੂਨੀਅਰ ਸੇਲਸਮੈਨ ਤੋਂ ਰਾਤੋਂ ਰਾਤ ਇੱਕ ਯਾਤਰੂ ਪ੍ਰਤੀਨਿਧ ਬਣਾ ਦਿੱਤਾ। ਇਹਦੇ ਨਾਲ ਉਹਨੂੰ ਕਈ ਤਰੀਕਿਆਂ ਨਾਲ ਪੈਸਾ ਕਮਾਉਣ ਦਾ ਮੌਕਾ ਮਿਲ ਗਿਆ। ਗ੍ਰੇਗੋਰ ਨੇ ਆਪਣੀ ਸਫਲਤਾ ਨੂੰ ਨਕਦੀ 'ਚ ਬਦਲ ਲਿਆ ਤਾਂ ਕਿ ਉਹ ਆਪਣੇ ਅਤੇ ਆਪਣੇ ਸੁਖੀ ਪਰਿਵਾਰ ਦੇ ਭਲੇ ਲਈ ਉਹਨਾਂ ਨਾਲ ਇਕੱਠਿਆਂ ਜ਼ਿੰਦਗੀ ਬਤੀਤ ਕਰ ਸਕੇ। ਉਹ ਵੀ ਬੜੇ ਚੰਗੇ ਸਮੇਂ ਸਨ ਅਤੇ ਉਹ ਦੁਬਾਰਾ ਕਦੇ ਨਾ ਆਏ, ਘੱਟੋ ਘੱਟ ਉਸ ਸ਼ਾਨ ਨਾਲ ਨਹੀਂ। ਉਹਨੂੰ ਕੁਝ ਪੁਰਾਣਾ ਯਾਦ ਆ ਗਿਆ। ਹਾਲਾਂਕਿ ਗ੍ਰੇਗੋਰ ਨੇ ਇੰਨਾ ਪੈਸਾ ਕਮਾ ਲਿਆ ਸੀ ਕਿ ਉਹ ਸਾਰੇ ਪਰਿਵਾਰ ਦਾ ਖਰਚਾ ਝੱਲ ਸਕਦਾ ਸੀ। ਉਹਦੇ ਸਾਰੇ ਪਰਿਵਾਰ ਦੀ ਆਦਤ ਬਣ ਗਈ ਸੀ ਕਿ ਉਹ ਤੋਂ ਪੈਸੇ ਲੈਂਦੇ ਅਤੇ ਧੰਨਵਾਦ ਕਰ ਦਿੰਦੇ ਅਤੇ ਉਹ ਵੀ ਦੇ ਕੇ ਖੁਸ਼ ਰਹਿੰਦਾ। ਪਰ ਇਹਦੇ ਵੱਟੇ ਉਹਨੂੰ ਪਿਆਰ ਦਾ ਨਿੱਘ ਨਾ ਮਿਲਿਆ। ਗ੍ਰੇਗੋਰ ਸਿਰਫ ਆਪਣੀ ਭੈਣ ਦੇ ਨੇੜੇ ਸੀ, ਉਸ ਤੋਂ ਉਲਟ ਉਹਦੀ ਭੈਣ ਨੂੰ ਸੰਗੀਤ ਦਾ ਸ਼ੌਕ ਸੀ ਅਤੇ ਹੋਣਹਾਰ 'ਤੇ ਪ੍ਰਭਾਵ ਪਾਉਣ ਵਾਲੀ ਵਾਇਲਨ ਵਾਦਕ ਸੀ। ਇਹ ਉਹਦੀ ਗੁਪਤ ਯੋਜਨਾ ਸੀ ਕਿ ਉਹ ਅਗਲੇ ਸਾਲ ਉਹਨੂੰ ਸੰਗੀਤ ਵਿਦਿਆਲੇ 'ਚ ਭੇਜੇਗਾ, ਹਾਲਾਂਕਿ ਇਸ 'ਤੇ ਬਹੁਤ ਖਰਚਾ ਜਾਣਾ ਸੀ ਜਿਹੜਾ ਕਿਸੇ ਹੋਰ ਤਰੀਕੇ ਨਾਲ ਕੱਢਣਾ ਪੈਣਾ ਸੀ। ਗ੍ਰੇਗੋਰ ਦੇ ਛੋਟੇ ਦੌਰਿਆਂ ਦੌਰਾਨ ਅਕਸਰ ਸੰਗੀਤ ਵਿਦਿਆਲੇ ਜਾਣ ਬਾਰੇ ਉਹਦੀ ਭੈਣ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ, ਪਰ ਇਹ ਸਿਰਫ ਇੱਕ ਹਸੀਨ ਸੁਪਨਾ ਸੀ ਜਿਹੜਾ ਕਦੇ ਸਾਕਾਰ ਨਾ ਹੋ ਸਕਿਆ। ਉਹਦੇ ਮਾਪਿਆਂ ਨੂੰ ਇਹ ਭੋਲੀਆਂ ਗੱਲਾਂ ਪਸੰਦ ਨਹੀਂ ਸਨ, ਪਰ ਗ੍ਰੇਗੋਰ ਨੇ ਇਸ ਬਾਰੇ ਥੋੜ੍ਹਾ ਡੂੰਘਾ ਸੋਚਿਆ ਅਤੇ ਫੈਸਲਾ ਕੀਤਾ ਕਿ ਉਹ ਕ੍ਰਿਸਮਿਸ ਵਾਲੇ ਦਿਨ ਵੱਡਾ ਐਲਾਨ ਕਰਕੇ ਉਹਨਾਂ ਨੂੰ ਦੱਸ ਦੇਵੇਗਾ ਕਿ ਉਹਨੇ ਕੀ ਤਰਕੀਬ ਬਣਾਈ ਹੈ। ਇਹ ਫਾਲਤੂ ਵਿਚਾਰ ਉਹਨੂੰ ਹੋਣ ਵਾਲੀ ਹਾਲਤ 'ਚ ਆ ਰਹੇ ਸਨ। ਉਹ ਦਰਵਾਜ਼ੇ ਦੇ ਉਤਾਂਹ ਵੱਲ ਨੂੰ ਕੰਨ ਲਾ ਕੇ ਸੁਣਨ ਲੱਗਿਆ। ਕਈ ਵਾਰ ਸੁਣਦਾ ਸੁਣਦਾ ਉਹ ਥੱਕ ਜਾਂਦਾ ਅਤੇ ਉਹਦਾ ਸਿਰ ਥਕਾਵਟ ਕਾਰਨ ਦਰਵਾਜ਼ੇ ਦੇ ਹੇਠਾਂ ਵੱਲ ਨੂੰ ਡਿੱਗ ਪੈਂਦਾ। ਜਦੋਂ ਫਿਰ ਖੜ੍ਹਾ ਹੁੰਦਾ ਤਾਂ ਦੂਜੇ ਪਾਸੇ ਉਹਦਾ ਥੋੜ੍ਹਾ ਜਿਹਾ ਖੜਕਾ ਸੁਣ ਕੇ ਵੀ ਉਹ ਚੁੱਪ ਕਰ ਜਾਂਦੇ। ਹੁਣ ਉਹ ਕੀ ਕਰ ਰਿਹਾ? ਥੋੜ੍ਹੀ ਦੇਰ ਬਾਅਦ ਉਹਦਾ ਪਿਓ ਪੁੱਛਦਾ ਅਤੇ ਜਦੋਂ ਦਰਵਾਜ਼ੇ ਤੋਂ ਚਲਾ ਜਾਂਦਾ ਤਾਂ ਰੁਕੀ ਹੋਈ ਗੱਲਬਾਤ ਫਿਰ ਸ਼ੁਰੂ ਹੋ ਜਾਂਦੀ। ਹੁਣ ਗ੍ਰੇਗੋਰ ਨੂੰ ਸਪਸ਼ਟ ਤੌਰ 'ਤੇ ਕਾਫ਼ੀ ਕੁਝ ਪਤਾ ਲੱਗ ਗਿਆ ਸੀ, ਕਿਉਂਕਿ ਜਦੋਂ ਉਹਦਾ ਪਿਤਾ ਆਪਣੀਆਂ ਗੱਲਾਂ ਨੂੰ ਸਮਝਾ ਰਿਹਾ ਸੀ ਤਾਂ ਆਪਣੀ ਗੱਲ ਨੂੰ ਦੁਹਰਾਉਂਦਾ ਹੁੰਦਾ ਸੀ ਕੁਝ ਤਾਂ, ਕਿਉਂਕਿ ਬੜੇ ਲੰਮੇ ਸਮੇਂ ਤੋਂ ਬਾਅਦ ਉਹਨੇ ਇਹ ਮਸਲੇ ਆਪਣੇ ਹੱਥ 'ਚ ਲਏ ਸਨ, ਅਤੇ ਕੁਝ ਇਸ ਕਰਕੇ ਵੀ ਕਿ ਗ੍ਰੇਗੋਰ ਦੀ ਮਾਂ ਨੂੰ ਇੱਕ ਵਾਰ ਵਿੱਚ ਹਰ ਗੱਲ ਦੀ ਸਮਝ ਨਹੀਂ ਸੀ ਲੱਗਦੀ। ਇਸ ਵਾਰ-ਵਾਰ ਦੇ ਸਪਸ਼ਟੀਕਰਨ ਤੋਂ ਗ੍ਰੇਗੋਰ ਨੂੰ ਪਤਾ ਲੱਗਿਆ ਅਤੇ ਖੁਸ਼ ਵੀ ਹੋਇਆ, ਕਿਉਂਕਿ ਉਹਨਾਂ ਦੀ ਮਾੜੀ ਕਿਸਮਤ ਦੇ ਬਾਵਜੂਦ ਅਜੇ ਵੀ ਉਹਨਾਂ ਕੋਲ ਪੁਰਾਣੇ ਦਿਨਾਂ ਦਾ ਕੁਝ ਪੈਸਾ ਬਚਿਆ ਸੀ। ਜ਼ਿਆਦਾ ਤਾਂ ਨਹੀਂ ਸੀ, ਪਰ ਉਸ ਸਮੇਂ ਦੌਰਾਨ ਇਹਨੂੰ ਛੇੜਿਆ ਨਹੀਂ ਸੀ ਗਿਆ ਅਤੇ ਕੁਝ ਵਿਆਜ ਵੀ ਇਕੱਠਾ ਹੋ ਗਿਆ ਹੋਣਾ। ਇਸ ਤੋਂ ਇਲਾਵਾ ਗ੍ਰੇਗੋਰ ਜੋ ਹਰ ਮਹੀਨੇ ਕਮਾ ਕੇ ਲਿਆਉਂਦਾ ਸੀ ਥੋੜ੍ਹਾ ਕੁ ਆਪਣੇ ਲਈ ਵੀ ਰੱਖ ਲੈਂਦਾ ਸੀ, ਅਤੇ ਉਹ ਪੈਸਾ ਵੀ ਉਹਨਾਂ ਨੇ ਨਹੀਂ ਖਰਚਿਆ ਸੀ ਜੋ ਹੁਣ ਤੱਕ ਇਕੱਠਾ ਹੋਇਆ ਹੋਣਾ। ਦਰਵਾਜ਼ੇ ਦੇ ਪਿੱਛੇ ਸਚਨਚੇਤ ਧਨ ਮਿਲਣ 'ਤੇ ਉਹ ਧਿਆਨ ਨਾਲ ਖੁਸ਼ੀ ਵਿੱਚ ਖੀਵਾ ਹੋ ਕੇ ਉੱਛਲ ਪਿਆ। ਉਹਨੂੰ ਇਹ ਵਾਧੂ ਪੈਸਾ ਆਪਣੇ ਪਿਤਾ ਦੁਆਰਾ ਉਹਦੇ ਮਾਲਕ ਤੋਂ ਲਏ ਕਰਜ਼ੇ ਨੂੰ ਲਾਉਣ ਲਈ ਵਰਤ ਲੈਣਾ ਚਾਹੀਦਾ ਸੀ, ਅਤੇ ਜਦੋਂ ਉਹਦੀ ਨੌਕਰੀ ਖਤਮ ਹੋ ਜਾਂਦੀ ਤਾਂ ਇਸ ਤਰ੍ਹਾਂ ਉਹਨਾਂ ਦੇ ਹੋਰ ਨੇੜੇ ਆ ਜਾਂਦਾ। ਪਰ ਹੁਣ ਜੋ ਉਹਦਾ ਪਿਤਾ ਕਰ ਰਿਹਾ ਸੀ ਵਧੀਆ ਹੀ ਸੀ।
ਪਰ ਇਹ ਪੈਸਾ ਉਹਦੇ ਪਰਿਵਾਰ ਲਈ ਵਿਆਜ ਮੋੜਨ ਲਈ ਕਾਫੀ ਨਹੀਂ ਸੀ। ਸ਼ਾਇਦ ਇੱਕ ਜਾਂ ਦੋ ਸਾਲ ਲਈ ਉਹਨਾਂ ਦਾ ਖਰਚਾ ਚਲਾ ਸਕਦਾ ਸੀ, ਪਰ ਇਸ ਤੋਂ ਵੱਧ ਨਹੀਂ। ਕਹਿਣ ਦਾ ਭਾਵ ਕਿ ਇਸ ਪੈਸੇ ਨੂੰ ਉਹਨਾਂ ਨੂੰ ਛੇੜਨਾ ਨਹੀਂ ਚਾਹੀਦਾ ਸੀ, ਸਗੋਂ ਕਿਸੇ ਔਖੇ ਸਮੇਂ ਲਈ ਇਹਨੂੰ ਪਾਸੇ ਰੱਖ ਲੈਣਾ ਅਤੇ ਖਰਚਿਆਂ ਲਈ ਹੋਰ ਕਮਾਈ ਕਰਨੀ ਚਾਹੀਦੀ ਸੀ। ਉਹਦਾ ਪਿਓ ਸਿਹਤਮੰਦ ਤਾਂ ਸੀ ਪਰ ਉਹ ਬੁੱਢਾ ਸੀ ਅਤੇ ਉਸ ਅੰਦਰ ਆਤਮ ਵਿਸ਼ਵਾਸ ਦੀ ਘਾਟ ਸੀ। ਇਹਨਾਂ 5 ਸਾਲਾਂ 'ਚ ਉਹਨੇ ਕੋਈ ਕੰਮ ਨਹੀਂ ਸੀ ਕੀਤਾ ਅਤੇ ਜ਼ਿੰਦਗੀ ਦੀ ਪਹਿਲੀ ਛੁੱਟੀ ਜਿਹੜੀ ਤਣਾਅਪੂਰਨ ਸੀ ਅਤੇ ਉਹਦਾ ਕੋਈ ਕੰਮ ਨਾ ਬਣਿਆ ਤਾਂ ਕਰਕੇ ਉਸ 'ਤੇ ਬਹੁਤ ਭਾਰ ਪੈ ਗਿਆ ਅਤੇ ਉਹ ਸੁਸਤ ਅਤੇ ਹੱਡ ਹਰਾਮੀ ਹੋ ਗਿਆ ਸੀ। ਕੀ ਹੁਣ ਗ੍ਰੇਗੋਰ ਦੀ ਬੁੱਢੀ ਮਾਂ ਨੂੰ ਜਾ ਕੇ ਕਮਾਈ ਕਰਨੀ ਪਏਗੀ? ਉਹਨੂੰ ਤਾਂ ਦਮਾਂ ਸੀ ਅਤੇ ਉਹ ਘਰ ਵੀ ਮੁਸ਼ਕਲ ਨਾਲ ਤੁਰੀ ਫਿਰਦੀ ਸੀ ਅਤੇ ਹਰ ਦੂਜੇ ਦਿਨ ਉਹਨੂੰ ਸਾਹ ਲੈਣ ਲਈ ਖੁੱਲ੍ਹੀ ਖਿੜਕੀ ਕੋਲ ਸੋਫੇ 'ਤੇ ਆ ਕੇ ਜ਼ੋਰ ਅਜ਼ਮਾਈ ਕਰਨੀ ਪੈਂਦੀ ਸੀ। ਫਿਰ ਕੀ ਉਹਦੀ ਭੈਣ ਕਮਾਈ ਕਰਨ ਜਾਏਗੀ? ਉਹ ਤਾਂ ਅਜੇ 17 ਸਾਲ ਦੀ ਬੱਚੀ ਸੀ, ਉਹਦੀ ਜ਼ਿੰਦਗੀ ਤਾਂ ਅਜੇ ਮੌਜਾਂ ਮਾਣਨ ਵਾਲੀ ਸੀ। ਨਵੇਂ ਕੱਪੜੇ ਪਾਉਣਾ, ਦੇਰ ਰਾਤ ਤੱਕ ਸੌਣਾ, ਕੰਮ ਕਾਜ 'ਚ ਮਦਦ ਕਰਨੀ, ਛੋਟੀਆਂ ਛੋਟੀਆਂ ਖੁਸ਼ੀਆਂ ਮਾਣਨਾ ਅਤੇ ਜ਼ਿਆਦਾਤਰ ਵਾਇਲਨ ਵਜਾਉਣਾ। ਜਦੋਂ ਵੀ ਉਹ ਪੈਸਾ ਕਮਾਉਣ ਦੀ ਲੋੜ ਬਾਰੇ ਗੱਲ ਕਰਦੇ ਤਾਂ ਗ੍ਰੇਗੋਰ ਦਰਵਾਜ਼ੇ ਤੋਂ ਪਰਾਂ ਤੁਰ ਜਾਂਦਾ ਅਤੇ ਆਪਣੇ ਆਪ ਨੂੰ ਲਾਗਲੇ ਠੰਡੇ ਚਮੜੇ ਦੇ ਸੋਫੇ 'ਤੇ ਸੁੱਟ ਲੈਂਦਾ। ਇਸ ਤਰ੍ਹਾਂ ਉਹ ਸ਼ਰਮ ਅਤੇ ਪਛਤਾਵੇ ਹੇਠ ਪੂਰੀ ਤਰ੍ਹਾਂ ਭੱਖ ਜਾਂਦਾ। ਉਹ ਸਾਰੀ ਰਾਤ ਉੱਥੇ ਅੱਖ ਝਪਕਿਆਂ ਪਿਆ ਰਹਿੰਦਾ ਅਤੇ ਘੰਟਿਆਂ ਬੱਧੀ ਚਮੜੇ ਨੂੰ ਖੁਰਚਦਾ ਜਾਂ ਇੱਕ ਖਿੜਕੀ ਵੱਲ ਪੂਰਾ ਜ਼ੋਰ ਲਾ ਕੇ ਕੁਰਸੀ ਧੱਕ ਕੇ ਲੈ ਜਾਂਦਾ, ਸਲੈਬ 'ਤੇ ਚੜ ਜਾਂਦਾ, ਕੁਰਸੀ 'ਤੇ ਖਲੋ ਖਿੜਕੀ ਵੱਲ ਝੁੱਕ ਜਾਂਦਾ, ਇਸ ਵਿੱਚੋਂ ਬਾਹਰ ਝਾਕਣ ਲੱਗ ਪੈਂਦਾ। ਉਹਨੂੰ ਇਹ ਕਰਨ ਲਈ ਆਜ਼ਾਦ ਹੋਣ ਦਾ ਹੌਸਲਾ ਵਰਤਣਾ ਪਿਆ, ਪਰ ਹੁਣ ਇੱਦਾਂ ਕਰਨਾ ਤਜਰਬੇ ਨਾਲੋਂ ਜ਼ਿਆਦਾ ਯਾਦਾਂ ਹੀ ਸਨ, ਕਿਉਂਕਿ ਉਹਨੇ ਵੇਖਿਆ ਕਿ ਹੁਣ ਇਸ ਤਰ੍ਹਾਂ ਕਰਨਾ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਇੱਥੋਂ ਤੱਕ ਕਿ ਉਹ ਚੀਜ਼ਾਂ ਵੀ ਦੂਰ ਹੁੰਦੀਆਂ ਜਾ ਰਹੀਆਂ ਸਨ ਜੋ ਪਹਿਲਾਂ ਉਹਨੇ ਉਹਦੇ ਕਾਫ਼ੀ ਨੇੜੇ ਸਨ। ਉਹਨੇ ਸੜਕੋਂ ਪਾਰ ਹਸਪਤਾਲ ਦੇ ਹਰ ਰੋਜ਼ ਦੇ ਦ੍ਰਿਸ਼ ਨੂੰ ਵੇਖਣਾ ਘੱਟ ਕਰ ਦਿੱਤਾ। ਹੁਣ ਉਹ ਇਹਨੂੰ ਬਿਲਕੁਲ ਨਹੀਂ ਸੀ ਵੇਖ ਸਕਦਾ ਅਤੇ ਜੇ ਉਹਨੂੰ ਇਹ ਪਤਾ ਨਾ ਹੋਵੇ ਕਿ ਉਹ ਸ਼ਾਰਲੋਟ ਸਟਰੀਟ ਵਿੱਚ ਰਹਿੰਦਾ ਹੈ ਜਿਹੜੀ ਕਿ ਸ਼ਹਿਰ ਦੇ ਵਿੱਚ ਘਰ ਹੋਣ ਦੇ ਬਾਵਜੂਦ ਸ਼ਾਂਤ ਜੀ ਗਲੀ ਸੀ, ਤਾਂ ਉਹਨੂੰ ਇਉਂ ਲੱਗਦਾ ਸੀ ਕਿ ਜਿਵੇਂ ਉਹ ਖਿੜਕੀ ਵਿੱਚੋਂ ਕਿਸੇ ਵਿਅਰਥ ਗੰਦੀ ਜ਼ਮੀਨ ਵੱਲ ਵੇਖਦਾ ਹੋਵੇ ਜਿੱਥੇ ਸਲੇਟੀ ਰੰਗਾਂ ਅੰਬਰ ਅਤੇ ਧਰਤੀ ਇੱਕ ਦੂਜੇ 'ਚ ਰਲ ਗਏ ਹੋਣ। ਉਹਦੀ ਨਿਗਰਾਨੀ 'ਚ ਲੱਗੀ ਭੈਣ ਨੂੰ ਕਮਰਾ ਸਾਫ਼ ਕਰਨ ਵੇਲੇ ਕੁਰਸੀ ਨੂੰ ਖਿੜਕੀ ਦੇ ਨੇੜੇ ਰੱਖਣ ਲਈ ਜਿੱਥੇ ਕਿ ਉਹਦਾ ਟਿਕਾਣਾ ਸੀ 2 ਵਾਰ ਹੀ ਧਿਆਨ ਦੇਣ ਦੀ ਲੋੜ ਪਈ ਅਤੇ ਫਿਰ ਉਹ ਖਿੜਕੀ ਦੀ ਅੰਦਰਲੀ ਬਾਰੀ ਨੂੰ ਖੁੱਲ੍ਹਾ ਛੱਡ ਗਈ। ਜੇ ਕਿਤੇ ਗ੍ਰੇਗੋਰ ਬੋਲ ਸਕਦਾ ਹੁੰਦਾ ਤਾਂ ਆਪਣੀ ਭੈਣ ਦਾ ਧੰਨਵਾਦ ਜ਼ਰੂਰ ਕਰਦਾ, ਕਿਉਂਕਿ ਜੋ ਕੁਝ ਉਹਦੇ ਨਾਲ ਕਰ ਰਹੀ ਸੀ ਉਸ ਨਾਲ ਉਹਦਾ ਕੰਮ ਸੌਖਾ ਹੋ ਜਾਂਦਾ ਸੀ, ਪਰ ਇਸ ਨਾਲ ਉਹਨੂੰ ਤਕਲੀਫ ਵੀ ਪਹੁੰਚਦੀ। ਸੁਭਾਵਕ ਤੌਰ 'ਤੇ ਉਹਦੀ ਭੈਣ ਜਿੰਨਾ ਕੁ ਹੋ ਸਕਦਾ ਸੀ ਇਹ ਦਿਖਾਵਾ ਕਰਦੀ ਕਿ ਇਸ ਕੰਮ ਦਾ ਉਹ 'ਤੇ ਕੋਈ ਬੋਝ ਨਹੀਂ ਅਤੇ ਜਿੰਨਾ ਚਿਰ ਇੱਦਾਂ ਚੱਲਦਾ ਰਿਹਾ ਉਹਨਾਂ ਕੋ ਕੰਮ ਕਰਨ ਦੀ ਆਦੀ ਹੋ ਗਈ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਗ੍ਰੇਗੋਰ ਇਹ ਸਭ ਕੁਝ ਵਧੀਆ ਢੰਗ ਨਾਲ ਵੇਖਣ ਦੇ ਯੋਗ ਹੋ ਗਿਆ। ਇਹ ਉਦੋਂ ਉਹਦੇ ਲਈ ਮੁਸ਼ਕਿਲ ਵੀ ਹੋ ਗਿਆ ਸੀ ਜਦੋਂ ਕਮਰੇ ਦੇ ਅੰਦਰ ਆਉਂਦੀ। ਜਿਵੇਂ ਹੀ ਅੰਦਰ ਆਉਂਦੀ ਫਟਾਫਟ ਦਰਵਾਜ਼ਾ ਬੰਦ ਕਰ ਦਿੰਦੀ ਤਾਂ ਕਿ ਕਿਸੇ ਹੋਰ ਨੂੰ ਗ੍ਰੇਗੋਰ ਦੇ ਕਮਰੇ ਦਾ ਹਾਲ ਨਾ ਵੇਖੇ। ਫਿਰ ਉਹ ਸਿੱਧੀ ਖਿੜਕੀ ਵੱਲ ਜਾਂਦੀ ਅਤੇ ਫਟਾਫਟ ਖਿੜਕੀ ਖੋਲ੍ਹ ਦਿੰਦੀ ਅਤੇ ਉਹਦਾ ਸਾਹ ਹੀ ਨਾ ਘੁੱਟ ਜਾਏ। ਬੇਸ਼ੱਕ ਸਰਦੀ ਸੀ ਪਰ ਉਹ ਖਿੜਕੀ ਕੋਲ ਥੋੜ੍ਹਾ ਚਿਰ ਲਈ ਲੰਬੇ ਸਾਹ ਲੈਣ ਲਈ ਖੜ੍ਹੀ ਰਹਿੰਦੀ। ਉਹ ਦਿਨ 'ਚ 2 ਰੌਲਾ ਪਾ ਕੇ ਜਾਂ ਆਪਣੇ ਭੱਜਣ ਦਾ ਖੜਾਕ ਸੁਣਾ ਕੇ ਗ੍ਰੇਗੋਰ ਨੂੰ ਇਸ਼ਾਰਾ ਕਰਦੀ ਅਤੇ ਉਹ ਵੀ ਉਨ੍ਹਾਂ ਸਮਾਂ ਸੋਫੇ ਹੇਠ ਕੰਬਦਾ ਰਹਿੰਦਾ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਉਹਨੂੰ ਇਸ ਕਠੋਰ ਸਥਿਤੀ ਵਿੱਚੋਂ ਆਜ਼ਾਦ ਕਰਾਉਣ ਲਈ ਜ਼ਰੂਰ ਕੁਝ ਨਾ ਕੁਝ ਕਰੇਗੀ, ਪਰ ਉਹਦੇ ਲਈ ਗ੍ਰੇਗੋਰ ਨਾਲ ਉਹਦੇ ਕਮਰੇ 'ਚ ਖਿੜਕੀਆਂ ਬੰਦ ਕਰਕੇ ਖਲੋਣਾ ਅਸੰਭਵ ਸੀ। ਇੱਕ ਦਿਨ ਗ੍ਰੇਗੋਰ ਦੇ ਰੂਪ ਬਦਲਣ ਤੋਂ ਕਰੀਬ 1 ਕੁ ਬਾਅਦ ਜਦੋਂ ਉਹਦੀ ਭੈਣ ਕੋਲ ਉਹਦੀ ਸ਼ਕਲ ਵੇਖ ਕੇ ਡਰਨ ਦਾ ਕੋਈ ਖਾਸ ਕਾਰਨ ਨਹੀਂ ਰਿਹਾ ਤਾਂ ਆਮ ਵਾਂਗ ਪਹਿਲਾਂ ਕਮਰੇ 'ਚ ਆ ਗਈ। ਉਹਨੇ ਵੇਖਿਆ ਕਿ ਉਹ ਅਜੇ ਵੀ ਬਿਨਾਂ ਹਿਲਜੁਲ ਕੀਤੇ ਖਿੜਕੀ ਤੋਂ ਬਾਹਰ ਝਾਕ ਰਿਹਾ ਸੀ ਜਿੱਥੇ ਉਹ ਸਭ ਤੋਂ ਭਿਆਨਕ ਲੱਗਦਾ ਸੀ। ਜੇ ਉਹ ਅੰਦਰ ਨਾ ਆਉਂਦੀ ਤਾਂ ਇਹ ਗ੍ਰੇਗੋਰ ਲਈ ਕੋਈ ਹੈਰਾਨੀ ਵਾਲੀ ਗੱਲ ਨਾ ਹੁੰਦੀ, ਕਿਉਂਕਿ ਉਹਦੀ ਸਥਿਤੀ ਉਹਨੂੰ ਤੁਰੰਤ ਖਿੜਕੀ ਖੋਲ੍ਹਣ ਤੋਂ ਰੋਕ ਰਹੀ ਸੀ। ਪਰ ਉਹ ਸਿਰਫ ਅੰਦਰ ਹੀ ਨਹੀਂ ਆਈ ਸਗੋਂ ਵਾਪਸ ਦਰਵਾਜ਼ੇ ਵੱਲ ਮੁੜ ਗਈ ਅਤੇ ਉਹਨੇ ਆਪਣਾ ਪਿਛਲਾ ਦਰਵਾਜ਼ਾ ਬੰਦ ਕਰ ਦਿੱਤਾ। ਵੇਖਣ ਵਾਲੇ ਨੂੰ ਇੰਝ ਲੱਗਦਾ ਸੀ ਜਿਵੇਂ ਉਹਨੇ ਉਹਨੂੰ ਡਰਾਇਆ ਹੋਵੇ ਅਤੇ ਉਹਨੂੰ ਡੰਗਣ ਦੀ ਕੋਸ਼ਿਸ਼ ਕੀਤੀ ਹੋਵੇ। ਬੇਸ਼ੱਕ ਗ੍ਰੇਗੋਰ ਸਿੱਧਾ ਸੋਫੇ ਹੇਠਾਂ ਵਾਪਸ ਚਲਾ ਗਿਆ, ਪਰ ਉਹਨੂੰ ਦੁਪਹਿਰ ਤੱਕ ਇੰਤਜ਼ਾਰ ਕਰਨਾ ਪਿਆ। ਜਦੋਂ ਉਹਦੀ ਭੈਣ ਵਾਪਸ ਆਈ ਤਾਂ ਉਹ ਅੱਗੇ ਨਾਲੋਂ ਜ਼ਿਆਦਾ ਪਰੇਸ਼ਾਨ ਲੱਗ ਰਹੀ ਸੀ। ਇਸ ਤੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਉਹ ਅਜੇ ਵੀ ਉਹਦੀ ਸ਼ਕਲ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੀ ਅਤੇ ਇਹ ਸਭ ਇੱਦਾਂ ਹੀ ਚੱਲਦਾ ਰਿਹਾ। ਸ਼ਾਇਦ ਉਹਨੂੰ ਉੱਥੋਂ ਭੱਜਣ ਦੀ ਇੱਛਾ ਨੂੰ ਵੀ ਮਾਰਨਾ ਪਿਆ ਜਦੋਂ ਉਹਨੇ ਉਹਦੇ ਸਰੀਰ ਦਾ ਛੋਟਾ ਜਿਹਾ ਹਿੱਸਾ ਵੇਖਿਆ ਜੋ ਬਾਹਰ ਵੱਲ ਵਧਿਆ ਹੋਇਆ ਸੀ।
ਇੱਕ ਦਿਨ ਉਹਨੂੰ ਇਸ ਦ੍ਰਿਸ਼ ਤੋਂ ਵੀ ਨਿਜਾਤ ਦਿਵਾਉਣ ਲਈ ਉਹਨੇ ਸੋਫੇ ਤੋਂ ਚਾਦਰ ਖਿੱਚ ਕੇ ਆਪਣੀ ਪਿੱਠ 'ਤੇ ਲੈ ਲਈ ਅਤੇ ਇਸ ਤਰ੍ਹਾਂ ਪ੍ਰਬੰਧ ਕਰ ਲਿਆ ਕਿ ਉਹ ਪੂਰਾ ਢੱਕਿਆ ਜਾਵੇ ਅਤੇ ਜੇ ਉਹਦੀ ਭੈਣ ਹੇਠਾਂ ਝੁੱਕ ਕੇ ਵੀ ਵੇਖੇ ਤਾਂ ਵੀ ਉਹ ਵਿਖਾਈ ਨਾ ਦੇਵੇ। ਜੇ ਉਹ ਇਹ ਨਾ ਸੋਚਦੀ ਕਿ ਚਾਦਰ ਲੋੜੀਂਦੀ ਸੀ ਤਾਂ ਉਹਨੇ ਇਹਨੂੰ ਵਾਪਸ ਚੁੱਕ ਲੈਣਾ ਸੀ, ਪਰ ਇਹ ਸਾਫ ਸਾਫ ਦਿਖਦਾ ਸੀ ਕਿ ਇੱਦਾਂ ਗ੍ਰੇਗੋਰ ਨੂੰ ਚੰਗਾ ਨਹੀਂ ਸੀ ਲੱਗਣਾ ਕਿ ਉਹਨੇ ਪੂਰੀ ਤਰ੍ਹਾਂ ਅਲੱਗ ਥਲੱਗ ਕਰ ਦਿੱਤਾ ਗਿਆ ਸੀ। ਉਹ ਚਾਦਰ ਉੱਥੇ ਹੀ ਛੱਡ ਗਈ ਜਿੱਥੇ ਪਈ ਸੀ। ਗ੍ਰੇਗੋਰ ਨੇ ਸੋਚਿਆ ਕਿ ਜਦੋਂ ਉਹਨੇ ਧਿਆਨ ਨਾਲ ਚਾਦਰ ਦੇ ਹੇਠਾਂ ਵੇਖਿਆ ਕਿ ਉਹਦੀ ਭੈਣ ਨੂੰ ਇਹ ਨਵਾਂ ਪ੍ਰਬੰਧ ਕਿਵੇਂ ਦਾ ਲੱਗਾ ਤਾਂ ਉਹਨੇ ਸ਼ੁਕਰਾਨੇ ਵਾਲੀ ਝਲਕ ਦਿੱਤੀ। ਪਿਛਲੇ 14 ਦਿਨਾਂ ਤੋਂ ਗ੍ਰੇਗੋਰ ਦੇ ਮਾਪੇ ਉਹਦੇ ਕਮਰੇ 'ਚ ਉਹਨੂੰ ਵੇਖਣ ਨਾ ਆਏ। ਉਹ ਅਕਸਰ ਉਹਨਾਂ ਨੂੰ ਉਹਦੇ ਭੈਣ ਦੇ ਨਵੇਂ ਕੰਮ ਦੀ, ਜਿਹੜਾ ਉਹ ਹੁਣ ਕਰ ਰਹੀ ਸੀ, ਦੀ ਤਾਰੀਫ ਕਰਦੇ ਸੁਣਦਾ। ਪਹਿਲਾਂ ਉਹ ਇਸੇ ਲੜਕੀ ਨੂੰ ਬੇਕਾਰ ਸਮਝਦੇ ਸਨ ਅਤੇ ਅਕਸਰ ਉਸ ਨਾਲ ਗੁੱਸੇ ਹੁੰਦੇ ਰਹਿੰਦੇ ਸਨ, ਪਰ ਹੁਣ ਜਦ ਉਹ ਆਪਣਾ ਕਮਰਾ ਸਵਾਰਨ ਜਾਂਦੀ ਸੀ ਤਾਂ ਉਹਦੇ ਮਾਤਾ ਅਤੇ ਪਿਤਾ ਦੋਵੇਂ ਗ੍ਰੇਗੋਰ ਦੇ ਕਮਰੇ ਦੇ ਬਾਹਰ ਉਹਦੀ ਭੈਣ ਦਾ ਇੰਤਜ਼ਾਰ ਕਰਦੇ ਸਨ। ਅਤੇ ਜਦੋਂ ਬਾਹਰ ਆਉਂਦੀ ਅਤੇ ਦੱਸਦੀ ਕਿ ਅੰਦਰ ਸਭ ਕਿਵੇਂ ਲੱਗਦਾ, ਗ੍ਰੇਗੋਰ ਨੇ ਕੀ ਖਾਧਾ, ਉਹ ਕਿਵੇਂ ਦਾ ਵਿਹਾਰ ਕਰਦਾ ਅਤੇ ਕੀ ਸ਼ਾਇਦ ਕੋਈ ਮਾੜਾ ਮੋਟਾ ਸੁਧਾਰ ਆਇਆ, ਉਹਦੀ ਮਾਂ ਵੀ ਅੰਦਰ ਜਾਣਾ ਚਾਹੁੰਦੀ ਸੀ ਅਤੇ ਜਲਦੀ ਗ੍ਰੇਗੋਰ ਨੂੰ ਮਿਲਣਾ ਚਾਹੁੰਦੀ ਸੀ। ਉਸ ਅਤੇ ਪਿਓ ਅਤੇ ਭੈਣ ਨੇ ਪਹਿਲਾਂ ਤਾਂ ਉਹਨੂੰ ਨਾ ਜਾਣ ਲਈ ਮਨਾ ਲਿਆ, ਪਰ ਬਾਅਦ ਵਿੱਚ ਉਹਨੂੰ ਧੱਕੇ ਨਾਲ ਰੋਕਣਾ ਪਿਆ। ਗ੍ਰੇਗੋਰ ਨੇ ਸਭ ਕੁਝ ਨੇੜਿਓਂ ਸੁਣ ਲਿਆ ਸੀ ਅਤੇ ਪੂਰੀ ਤਰ੍ਹਾਂ ਮੰਨ ਲਿਆ ਸੀ। ਉਹਦੀ ਮਾਂ ਨੇ ਤਰਲਾ ਪਾਇਆ, ਮੈਨੂੰ ਜਾਣ ਦਿਓ, ਗ੍ਰੇਗੋਰ ਨੂੰ ਮਿਲ ਲੈਣ ਦਿਓ, ਉਹ ਮੇਰਾ ਬਦਕਿਸਮਤ ਬੱਚਾ ਹੈ, ਕੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ। ਗ੍ਰੇਗੋਰ ਨੂੰ ਆਪਣੇ ਆਪ ਨੂੰ ਲੱਗਾ ਕਿ ਚੰਗਾ ਹੋਏਗਾ ਜੇ ਉਹਦੀ ਮਾਂ ਉਹਦੇ ਕੋਲ ਆ ਜਾਵੇ। ਰੋਜ਼ ਨਾ ਸੀ ਪਰ ਹਫ਼ਤੇ 'ਚ ਇੱਕ ਦਿਨ ਤਾਂ ਸ਼ਾਇਦ ਉਹਨੂੰ ਉਹਦੀ ਭੈਣ ਨਾਲੋਂ ਜ਼ਿਆਦਾ ਸਮਝ ਆ ਜਾਏ, ਜਿਹੜੀ ਪੂਰੀ ਦਲੇਰੀ ਨਾਲ ਆ ਰਹੀ ਸੀ। ਪਰ ਹੈ ਤਾਂ ਉਹ ਆਖਰ ਅਜੇ ਬੱਚੀ ਸੀ ਅਤੇ ਜੋ ਬੋਝਲ ਕੰਮ ਉਹ ਕਰ ਰਹੀ ਸੀ, ਹੋ ਸਕਦਾ ਹੈ ਕਿ ਵੱਡਿਆਂ ਵਾਂਗ ਸ਼ਾਇਦ ਉਹ ਇਸ ਕੰਮ ਨੂੰ ਨਿਪਟਾ ਸਕੇ, ਉਹ ਇਸ ਕੰਮ ਨੂੰ ਨਿਪਟਾ ਨਾ ਸਕੇ। ਗ੍ਰੇਗੋਰ ਚਾਹੁੰਦਾ ਸੀ ਕਿ ਉਹਦੀ ਮਾਂ ਜਲਦੀ ਮੰਨ ਜਾਏ, ਆਪਣੇ ਮਾਪਿਆਂ ਦੀ ਸੋਚ ਤੋਂ ਪਰੇ ਗ੍ਰੇਗੋਰ ਚਾਹੁੰਦਾ ਸੀ ਕਿ ਉਹਨੂੰ ਦਿਨੇ ਖਿੜਕੀ 'ਤੇ ਬੈਠਿਆ ਨਾ ਕੋਈ ਵੇਖ ਲਵੇ। ਕੁਝ ਕੁ ਵਰਗ ਮੀਟਰ ਕਮਰੇ ਦੀ ਫਰਸ਼ 'ਤੇ ਉਹ ਜ਼ਿਆਦਾ ਘੁੰਮ ਨਹੀਂ ਸੀ ਸਕਦਾ ਅਤੇ ਸਾਰੀ ਰਾਤ ਉੱਥੇ ਹੀ ਪਿਆ ਰਹਿਣਾ ਉਸ ਲਈ ਬਹੁਤ ਕਠਿਨ ਵੀ ਸੀ। ਛੇਤੀ ਉਹ ਭੋਜਨ ਤੋਂ ਅੱਕ ਗਿਆ ਸੀ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖਣ ਲਈ ਉਹ ਕੰਧਾਂ 'ਤੇ ਉੱਪਰ ਹੇਠਾਂ 'ਤੇ ਛੱਤ 'ਤੇ ਰੇਂਗਣ ਲੱਗ ਪਿਆ। ਉਹਨੂੰ ਖਾਸ ਤੌਰ 'ਤੇ ਛੱਤ ਉੱਤੇ ਲਟਕਣਾ ਪਸੰਦ ਸੀ, ਭਾਵੇਂ ਫਰਸ਼ 'ਤੇ ਲੇਟਣ ਨਾਲੋਂ ਥੋੜ੍ਹਾ ਵੱਖਰਾ ਸੀ। ਇਸ ਤਰ੍ਹਾਂ ਉਹ ਚੰਗੀ ਤਰ੍ਹਾਂ ਸਾਹ ਲੈ ਸਕਦਾ ਸੀ। ਅਜਿਹਾ ਕਰਨ ਨਾਲ ਉਹਦਾ ਸਰੀਰ ਥੋੜ੍ਹਾ ਝੂਲਣ ਲੱਗਦਾ ਅਤੇ ਛੱਤ ਉੱਪਰ ਉਹਨੂੰ ਆਰਾਮ ਅਤੇ ਖੁਸ਼ੀ ਮਹਿਸੂਸ ਹੁੰਦੀ। ਇਹ ਵੀ ਹੋ ਸਕਦਾ ਸੀ ਕਿ ਅਜਿਹਾ ਕਰਨ ਨਾਲ ਉਹ ਛੱਤ ਤੋਂ ਫਰਸ਼ 'ਤੇ ਡਿੱਗ ਪੈਂਦਾ ਅਤੇ ਨਾਲ ਇਸ ਨਾਲ ਉਹਨੂੰ ਖੁਦ ਵੀ ਹੈਰਾਨੀ ਹੁੰਦੀ, ਪਰ ਹੁਣ ਤਾਂ ਉਹਨੇ ਪਹਿਲਾਂ ਨਾਲੋਂ ਵੀ ਵੱਧ ਆਪਣੇ ਸਰੀਰ 'ਤੇ ਕਾਬੂ ਪਾ ਲਿਆ ਸੀ। ਏਡੀ ਵੱਡੀ ਛਾਲ ਨਾਲ ਵੀ ਹੁਣ ਉਹਨੂੰ ਕੋਈ ਨੁਕਸਾਨ ਨਾ ਪੁੱਜਦਾ। ਛੇਤੀ ਉਹਦੀ ਭੈਣ ਨੇ ਵੇਖਿਆ ਕਿ ਗ੍ਰੇਗੋਰ ਨੇ ਖੁਦ ਨੂੰ ਖੁਸ਼ ਰੱਖਣ ਦਾ ਨਵਾਂ ਤਰੀਕਾ ਲੱਭ ਲਿਆ ਸੀ। ਉਹ ਜਦੋਂ ਰੇਂਗਦਾ ਸੀ ਤਾਂ ਪੈਰਾਂ ਵਿੱਚੋਂ ਚਿਪਚਿਪੇ ਪਦਾਰਥ ਦੇ ਨਿਸ਼ਾਨ ਛੱਡ ਦਿੰਦਾ ਤਾਂ ਕਿ ਭੈਣ ਜਿੰਨੀ ਜਲਦੀ ਹੋ ਸਕੇ ਉਹਦੇ ਰਸਤੇ ਵਿੱਚ ਆਉਣ ਵਾਲਾ ਫਰਨੀਚਰ ਚੁੱਕ ਦੇਵੇ, ਖਾਸ ਤੌਰ 'ਤੇ ਬੈਂਚ ਅਤੇ ਅਲਮਾਰੀ। ਹੁਣ ਇੱਦਾਂ ਦਾ ਕੰਮ ਉਹ ਇਕੱਲੀ ਵੀ ਨਹੀਂ ਸੀ ਕਰ ਸਕਦੀ ਅਤੇ ਨਾ ਹੀ ਉਹਦੀ ਆਪਣੇ ਪਿਤਾ ਨੂੰ ਬੁਲਾਉਣ ਦੀ ਹਿੰਮਤ ਪਈ। ਹੁਣ ਤਾਂ 16 ਕੁ ਸਾਲ ਦੀ ਨੌਕਰਾਣੀ ਤੋਂ ਹੀ ਆਸ ਸੀ, ਜੋ ਕਿ ਖਾਣਾ ਪਕਾਉਣ ਵਾਲੀ ਅਤੇ ਕੰਮ ਛੱਡਣ ਤੋਂ ਬਾਅਦ ਵੀ ਹਿੰਮਤ ਨਾਲ ਕੰਮ ਕਰ ਰਹੀ ਸੀ। ਪਰ ਇਸ ਕੰਮ ਲਈ ਉਹਨੇ ਵੀ ਨਹੀਂ ਸੀ ਮੰਨਣਾ। ਉਹ ਤਾਂ ਅੱਗੋਂ ਹੀ ਕਹਿੰਦੀ ਸੀ ਕਿ ਰਸੋਈ ਦਾ ਦਰਵਾਜ਼ਾ ਵੀ ਹਰ ਸਮੇਂ ਬੰਦ ਰੱਖਿਆ ਜਾਏ ਅਤੇ ਉਦੋਂ ਤੱਕ ਨਾ ਖੋਲ੍ਹਿਆ ਜਾਏ ਜਦ ਤੱਕ ਬਹੁਤ ਹੀ ਜ਼ਰੂਰੀ ਨਾ ਹੋਵੇ। ਹੁਣ ਉਹਦੀ ਭੈਣ ਕੋਲ ਕੋਈ ਰਸਤਾ ਨਹੀਂ ਸੀ ਬਚਿਆ ਸਿਵਾਏ ਦੇ ਕਿ ਕੰਮ ਉਦੋਂ ਕਰਦੀ ਜਦੋਂ ਉਹਦਾ ਪਿਤਾ ਘਰ ਨਾ ਹੋਵੇ ਅਤੇ ਆਪਣੀ ਮਾਂ ਦੀ ਮਦਦ ਇਸ ਕੰਮ ਲਈ ਲੈ ਸਕੇ। ਜਦੋਂ ਦਰਵਾਜ਼ੇ ਕੋਲ ਆਏ ਤਾਂ ਗ੍ਰੇਗੋਰ ਆਪਣੀ ਮਾਂ ਦੀ ਖੁਸ਼ ਹੋਣ ਦੀ ਆਵਾਜ਼ ਸੁਣ ਸਕਦਾ ਸੀ, ਪਰ ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਚੁੱਪ ਹੋ ਗਈ। ਬੇਸ਼ੱਕ ਪਹਿਲਾਂ ਉਹਦੀ ਭੈਣ ਅੰਦਰ ਆਈ ਅਤੇ ਉਹਨੇ ਆਲੇ ਦੁਆਲੇ ਦੇਖਿਆ ਕਿ ਕੀ ਕਮਰੇ 'ਚ ਸਭ ਕੁਝ ਠੀਕ ਠਾਕ ਸੀ, ਫਿਰ ਹੀ ਉਹਨੇ ਆਪਣੀ ਮਾਂ ਨੂੰ ਅੰਦਰ ਆਉਣ ਦਿੱਤਾ। ਗ੍ਰੇਗੋਰ ਨੇ ਫਟਾਫਟ ਚਾਦਰ ਸੋਫੇ ਹੇਠਾਂ ਖਿੱਚ ਲਈ ਅਤੇ ਇਸ ਤਰ੍ਹਾਂ ਵੱਟੋ ਵੱਟ ਕਰ ਦਿੱਤੀ ਤਾਂ ਜੋ ਇੰਝ ਲੱਗੇ ਕਿ ਸਭ ਕੁਝ ਅਚਾਨਕ ਹੀ ਹੋਇਆ। ਇਸ ਵਾਰ ਗ੍ਰੇਗੋਰ ਨੇ ਚਾਦਰ ਹੇਠਾਂ ਜਸੂਸਾਂ ਵਾਂਗ ਝਾਕਣ ਤੋਂ ਗੁਰੇਜ਼ ਕੀਤਾ। ਉਹਨੇ ਮਾਂ ਨੂੰ ਮਿਲਣ ਦਾ ਮੌਕਾ ਵੀ ਛੱਡ ਦਿੱਤਾ। ਉਹਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਅੰਦਰ ਆਈ ਸੀ। ਉਹਦੀ ਭੈਣ ਬੋਲੀ, ਮੰਮੀ ਤੁਸੀਂ ਆ ਸਕਦੇ ਹੋ। ਉਹਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਅਤੇ ਉਹ ਆਪਣੀ ਮੰਮੀ ਦਾ ਹੱਥ ਫੜ ਕੇ ਉਹਨੂੰ ਅੰਦਰ ਲੈ ਆਈ। ਪੁਰਾਣੀਆਂ ਅਲਮਾਰੀਆਂ ਬਹੁਤ ਭਾਰੀ ਸਨ ਅਤੇ ਉਹਦੀ ਕਮਜ਼ੋਰ ਅਤੇ ਉਸ ਕਮਜ਼ੋਰ ਔਰਤ ਲਈ ਖਿੱਚਣੀਆਂ ਔਖੀਆਂ ਸਨ, ਪਰ ਗ੍ਰੇਗੋਰ ਨੇ ਉਹਨਾਂ ਦੇ ਇੱਥੋਂ ਘਸੀਟੇ ਜਾਣ ਦੀ ਆਵਾਜ਼ ਸੁਣੀ। ਸਾਰਾ ਭਾਰਾ ਕੰਮ ਉਹਦੀ ਭੈਣ ਕਰ ਰਹੀ ਸੀ ਅਤੇ ਉਹਦੀ ਮਾਂ ਉਹਨੂੰ ਨਸੀਹਤਾਂ ਦੇ ਰਹੀ ਸੀ ਕਿ ਆਪਣੇ ਆਪ ਨੂੰ ਖਿੱਚਣਾ ਪਵਾ ਲਈ। ਇੱਦਾਂ ਕਾਫ਼ੀ ਚਿਰ ਚੱਲਦਾ ਰਿਹਾ।
15 ਕੁ ਮਿੰਟਾਂ ਦੀ ਮਿਹਨਤ ਤੋਂ ਬਾਅਦ ਉਹਦੀ ਮਾਂ ਨੇ ਕਿਹਾ ਕਿ ਅਲਮਾਰੀਆਂ ਉੱਥੇ ਹੀ ਪਈਆਂ ਰਹਿਣ ਦੇ ਕਿਉਂਕਿ ਬਹੁਤ ਭਾਰੀ ਨੇ ਅਤੇ ਗ੍ਰੇਗੋਰ ਦੇ ਪਿਓ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਲਿਆ ਜਾਏ। ਪਰ ਜੇ ਇਹਨਾਂ ਨੂੰ ਕਮਰੇ ਦੇ ਵਿਚਕਾਰ ਹੀ ਛੱਡ ਦਿੱਤਾ ਤਾਂ ਇਸ ਨਾਲ ਗ੍ਰੇਗੋਰ ਨੂੰ ਹੋਰ ਅੜਿੱਕਾ ਪਏਗਾ। ਅਤੇ ਦੂਜੀ ਗੱਲ ਇਹ ਵੀ ਕੋਈ ਪੱਕਾ ਨਹੀਂ ਕਿ ਫਰਨੀਚਰ ਬਾਹਰ ਕੱਢਣ ਨਾਲ ਉਹਦੀ ਵਾਕਿਆ ਹੀ ਕੋਈ ਮਦਦ ਹੋਏਗੀ। ਉਹਨੇ ਬਿਲਕੁਲ ਉਲਟਾ ਸੋਚਿਆ। ਸੁੰਨੀਆਂ ਕੰਧਾਂ ਵੇਖ ਕੇ ਉਹਦਾ ਦਿਲ ਉਦਾਸ ਹੋ ਗਿਆ। ਗ੍ਰੇਗੋਰ ਨੂੰ ਵੀ ਇੱਦਾਂ ਹੀ ਕਿਉਂ ਨਹੀਂ ਮਹਿਸੂਸ ਹੁੰਦਾ, ਉਹ ਲੰਮੇ ਸਮੇਂ ਤੋਂ ਇਸ ਫਰਨੀਚਰ ਦਾ ਆਦੀ ਹੈ ਅਤੇ ਫਰਨੀਚਰ ਕੱਢਣ ਨਾਲ ਉਹਨੂੰ ਲੱਗੇਗਾ ਕਿ ਉਹਨੂੰ ਖਾਲੀ ਕਮਰੇ 'ਚ ਇਕੱਲਾ ਛੱਡ ਦਿੱਤਾ ਹੈ। ਫਿਰ ਉਹਨੇ ਫੁਸਫੁਸਾਇਆ ਤਾਂ ਕਿ ਗ੍ਰੇਗੋਰ ਨੂੰ ਉਹਦੀ ਆਵਾਜ਼ ਨਾ ਸੁਣ ਜਾਏ। ਉਹਨੂੰ ਪਤਾ ਨਹੀਂ ਸੀ ਕਿ ਗ੍ਰੇਗੋਰ ਉੱਥੇ ਹੀ ਹੈ ਅਤੇ ਜਦੋਂ ਉਹਨੂੰ ਭਰੋਸਾ ਹੋ ਗਿਆ ਕਿ ਗ੍ਰੇਗੋਰ ਨੂੰ ਉਹਦੀ ਆਵਾਜ਼ ਨਹੀਂ ਸੀ ਸੁਣ ਰਹੀ ਤਾਂ ਉਹਨੇ ਕਿਹਾ ਕਿ ਫਰਨੀਚਰ ਲਿਜਾਣ ਨਾਲ ਉਹਨੂੰ ਇੱਦਾਂ ਨਹੀਂ ਲੱਗੇਗਾ ਕਿ ਅਸੀਂ ਉਹਦੇ ਠੀਕ ਹੋਣ ਦੀ ਉਮੀਦ ਹੀ ਛੱਡ ਦਿੱਤੀ ਹੈ ਅਤੇ ਉਹਨੂੰ ਇਕੱਲੇ ਹੀ ਜੂਝਣ ਲਈ ਛੱਡ ਦਿੱਤਾ। ਮੇਰਾ ਖਿਆਲ ਇਹ ਚੰਗਾ ਹੋਏਗਾ ਜੇ ਕਮਰੇ ਨੂੰ ਪਹਿਲਾਂ ਵਾਂਗ ਹੀ ਬਣਾ ਦੇਈਏ ਤਾਂ ਜੋ ਜਦੋਂ ਗ੍ਰੇਗੋਰ ਆਵੇ ਤਾਂ ਉਹਨੂੰ ਹਰ ਚੀਜ਼ ਨਾ ਬਦਲੀ ਹੋਈ ਲੱਗੇ। ਇਸ ਤਰ੍ਹਾਂ ਇਹ ਔਖਾ ਸਮਾਂ ਉਹ ਸੌਖਿਆਂ ਹੀ ਭੁੱਲ ਜਾਵੇ।